ਸ਼ਿਕ ਹੋਤੇ ਹਨ ਸ਼ਹਾਦਤ ਕੇ ਵੋ ਜੀਨਾ ਛੋੜ dete hain ਖਿਲੋਨਾ ਸਮਝਕਰ ਜਿਸਮ ਕੋ ਵੋ ਫੋੜ dete hain ਨਾ ਖੁਆਇਸ਼ ਹੈ ਤਖਤ ও ਤਾਜ ਕੀ ਨਾ ਹੂਰੋਂ ਕੀ ਹਸਰਤ ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ dete hain ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਿਆਤ ਹੈ ਹਿਆਤ ਤੋ ਹਿਆਤ ਵੋ ਮੌਤ ਵੀ ਹਿਆਤ ਹੈ ਗੁਰੂ ਰੂਪ ਗੁਰੂ ਸvare ਖਾਲਸਾ ਜੀਓ ਕਿਸੇ ਅਦੀਬ ਨੇ ਬੜੇ ਕਮਾਲ ਦੀਆਂ ਲੈਣਾ ਦੇ ਵਿੱਚ ਆਪਣੇ ਭਾਵਾਂ ਨੂੰ ਪ੍ਰਗਟ ਕੀਤਾ ਉਹ ਕਹਿੰਦੇ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ ਨਾ ਅਸਲ ਦੇ ਵਿੱਚ ਉਹ ਕੋਮਾਂ ਦੀਆਂ ਜ਼ਿੰਦਗੀਆਂ ਹੁੰਦੀਆਂ ਨੇ ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਕਿਉਂਕਿ ਵਿਸ਼ਾ ਆਪਾਂ ਸਾਰਿਆਂ ਨੂੰ ਪਤਾ ਆ ਆਪਾਂ ਸਾਰੇ ਉਸ ਮਹਾਨ ਮਰਦੇ ਮੁਜਾਹਿਦ ਬਾਬਾਏ ਕੌਮ ਸਰਦਾਰ ਬਲਵੰਤ ਸਿੰਘ ਰਾਜੂਵਾਨਾ ਸਾਹਿਬ ਜੀ ਦੇ ਉਪਲਖਸ਼ ਦੇ ਵਿੱਚ ਸਾਰੇ ਇਕੱਠੇ ਹੋਏ ਆ ਸੋ ਅੱਜ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਗੁਰਸਿੱਖ ਵੀਰਾਂ ਦਾ ਗੁਰੂ ਰੂਪ ਖਾਲਸਾ ਜੀ ਦਾ ਜਿਨ੍ਹਾਂ ਨੇ ਬੜੇ ਸਚਜੇ ਤਰੀਕੇ ਦੇ ਨਾਲ ਪਹਿਲਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਹੁਣ ਚੈਨਲ ਤੇ ਲਾਈਵ ਆ ਕੇ ਜਿਹੜਾ ਆਪਣਾ ਕੀਮਤੀ ਸਮਾਂ ਦਿੱਤਾ ਆ ਤੇ ਉਹਨਾਂ ਮਹਾਨ ਯੋਧੇ ਦੀ ਯਾਦ ਦੇ ਵਿੱਚ ਉਹਨਾਂ ਦੇ ਵਿਚਾਰਾਂ ਦੇ ਨਾਲ ਆਪਣੇ ਵਿਚਾਰ ਮਿਲਾਉਣ ਦੇ ਵਾਸਤੇ ਅਸੀਂ ਵਚਨਬੰਦ ਹੋ ਰਹੇ ਹਾਂ ਸੋ ਇਸ ਤੇ ਨਾਲ ਮੇਰੇ ਬੈਠੇ ਨੇ ਵੀਰ ਪ੍ਰਭਦੀਪ ਸਿੰਘ ਜੀ ਦੇ ਨਾਲ ਗੁਰੂ ਰੂਪ ਗੁਰੂ ਖਾਲਸਾ ਜੀ ਤੇ ਇੱਥੇ ਜਿਹੜਾ ਨਗਰ ਕੀਰਤਨ ਅੱਜ ਦਾ ਪ੍ਰੋਗਰਾਮ ਸੀਗਾ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦੇ ਆਂ ਜਿਹੜਾ ਨਗਰ ਕੀਰਤਨ ਸ਼ਬਦ ਹੈ ਨਾ ਸਿੱਖੀ ਦੇ ਵਿੱਚ ਬੜਾ ਅਨਮੋਲ ਸ਼ਬਦ ਸੀਗਾ ਇਹਦਾ ਜੇ ਬੈਕਗ੍ਰਾਉਂਡ ਆਪਾਂ ਵੇਨੇ ਆ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ ਤੇ ਕੁਝ ਸੂਝਵਾਨ ਗੁਰਸਿੱਖਾਂ ਨੇ ਕੁਝ ਆਪ ਜੈਸੇ ਗੁਰਸਿੱਖ ਵੀਰਾਂ ਨੇ ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੇ ਉਸ ਸਮੇਂ ਦੀਆਂ ਹੋਰ ਨਾਮੀ ਹਸਤੀਆਂ ਸੀਗੀਆਂ ਉਹਨਾਂ ਨੇ ਇੱਕ ਪ੍ਰੋਟੈਸਟ ਮਾਰਚ ਕੀਤਾ ਸੀਗਾ ਜਿਹਦਾ ਬਾਅਦ ਦੇ ਵਿੱਚ ਅਗਾ ਮੋਡਰਲਾਈਜ਼ ਹੋ ਕੇ ਉਹਦਾ ਨਾਮ ਨਗਰ ਕੀਰਤਨ ਹੋ ਗਿਆ ਤੇ ਅੱਜ ਆਪ ਜੀ ਨੇ ਇਹ ਪਾਈ ਰਾਜੂਆਣਾ ਦੇ ਜਿਹੜੇ ਸੰਬੰਧ ਦੇ ਵਿੱਚ ਉੱਥੇ ਆਪਣਾ ਮੁਜ਼ਾਹਰਾ ਕੀਤਾ ਪ੍ਰੋਟੈਸਟ ਕੀਤਾ ਇੱਥੋਂ ਦੀ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਜਿਹੜੀ ਅੱਜ ਤੁਸੀਂ ਚੁਣੌਤੀ ਦਿੱਤੀ ਵੀ ਜੇ ਖਾਲਸੇ ਦੇ ਨਾਲ ਵਧeekੀਆਂ ਕਰੋਗੇ ਤੇ ਖਾਲਸਾ ਜਾਗਦਾ ਆ ਖਾਲਸਾ ਜਾਗਦੇ ਜਮੀਰ ਦਾ ਨਾਂ ਆ ਤੇ ਬਹੁਤ ਬਹੁਤ ਧੰਨਵਾਦ ਆ ਆ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਇੱਕ ਵਾਰੀ ਦਸ਼ਮੇਸ਼ ਪਿਤਾ ਜੀ ਦੀ ਫਤਿਹ ਦੀ ਅਸੀਸ ਨੂੰ ਪ੍ਰਵਾਨ ਕਰੀਏ ਜੀ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਜਿਹੜਾ ਟੋਪਿਕ ਆ ਉਹਦੇ ਬਾਰੇ ਤੁਸੀਂ ਸਾਰੇ ਜਾਣੂ ਤੇ ਕੁਛ ਕੁ ਕੁਝ ਚਮੇ ਜਿਹੜੇ ਆਪਾਂ ਸੋਜਵਾਲ ਵੀਰਾਂ ਦੇ ਕੋਲੋਂ ਆਪਜੀ ਦੇ ਸੰਗਤ ਜੀ ਦੇ ਨਾਲ ਸਾਂਝੇ ਕਰਨੇ ਨੇ ਕੁਝ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ ਕੁਝ ਅਸੀਂ ਆਪਣੇ ਰਲ ਮਿਲ ਕੇ ਵਿਚਾਰਾਂ ਕਰਨੀਆਂ ਨੇ ਵੀ ਜਿਹੜੀ ਪੰਥ ਦੇ ਸਾਹਮਣੇ ਇਹ ਵਿਸ਼ਾ ਇੰਨਾ ਉਬਾਰ ਕੇ ਰੱਖ ਦਿੱਤਾ ਵੇਖੋ ਦੋ ਸ਼ਬਦ ਵਰਤਾਰਾ ਤੇ ਨਜ਼ਾਰਾ ਵਰਤਾਰਾ ਤੇ ਨਜ਼ਾਰਾ ਇਹਨਾਂ ਦੋ ਸ਼ਬਦਾਂ ਨੇ ਪਤਾ ਨਹੀਂ ਕਿੰਨੇ ਕੋ ਟਾਈਮ ਤੋਂ ਅਸੀਂ ਕਿੰਨਾ ਜ਼ੋਰ ਲਾਇਆ ਪਰ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਕਰ ਸਕੇ ਪਰ ਇਹਨਾਂ ਅੱਜ ਦੋ ਸ਼ਬਦਾਂ ਨੇ ਵੀਰ ਜੀ ਇਹ ਗੱਲ ਕਲੀਅਰ ਕਰ ਦਿੱਤੀ ਵੀ ਇੱਥੇ ਕਰਨੀ ਪ੍ਰਧਾਨ ਦੀ ਗੱਲ ਆ ਕਠਿਨਾਈ ਦੇ ਵਿੱਚੋਂ ਕੁਝ ਨਹੀਂ ਇੱਥੇ ਕਰਨੀ ਪ੍ਰਧਾਨ ਦੀ ਗੱਲ ਕੀਤੀ ਆ ਤੇ ਇਹਦੇ ਵਿੱਚ ਮੈਂ ਬਹੁਤ ਧੰਨਵਾਦੀ ਆ ਸਿੱਖ ਚੈਨਲ ਦਾ ਜਿਨ੍ਹਾਂ ਨੇ ਆਪਣਾ ਆਯੋਜਨ ਰੋਲ ਪਲੇ ਕੀਤਾ ਕਿ ਇਸ ਪੰਥ ਨੂੰ ਇੱਕ ਬੇਸ ਦੇ ਉੱਤੇ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਿੱਤਾ ਕਿਉਂਕਿ ਅਸੀਂ ਪਿੱਛੇ ਲੀਬੀਆ ਦੇ ਵਿੱਚ ਜਿਹੜਾ ਆਪਣੇ ਸਾਹਮਣੇ ਇੱਕ ਐਗਜ਼ੈਂਪਲ ਆ ਵੀ ਉੱਥੇ ਜਿਹੜਾ ਮੀਡੀਆ ਦੇ ਵਿੱਚ ਇਹੋ ਜੀ ਕ੍ਰਾਂਤੀ ਆਈ ਵੀ ਉੱਥੇ ਤਖਤੇ ਪਲਟ ਹੋ ਗਏ ਬਹੁਤ ਧੰਨਵਾਦ ਹਿੰਆ ਸਿੱਖ ਚੈਨਲ ਦੇ ਜਿਨ੍ਹਾਂ ਨੇ ਆਪਣਾ ਇਹਨਾ ਸੋਹਣਾ ਜਿਹੜਾ ਆ ਰੋਲ ਪਲੇ ਕੀਤਾ ਇਹਨਾਂ ਨੇ ਜਿਹੜੇ ਕਰੰਟ ਇਵੈਂਟ ਸੀਗੇ ਉਹ ਸਾਡੇ ਸੰਗਤਾਂ ਦੇ ਸਾਹਮਣੇ ਜਾਣੂ ਕਰਵਾਇਆ ਸਾਨੂੰ ਤੇ ਅਸੀਂ ਉਹ ਬਹੁਤ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਦਾ ਤੇ ਮੇਰਾ ਸਭ ਤੋਂ ਪਹਿਲਾ ਕੁਐਸਚਨ ਹੈ ਵੀਰ ਪ੍ਰਭ ਦੀਪ ਸਿੰਘ ਜੀ ਨੂੰ ਬੀ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਇਹ 'ਚ ਕੋਈ ਸ਼ੱਕ ਨਹੀਂ ਖਾਲਸਾ ਕਿਉਂਕਿ ਇਹਦੀ ਜੇ ਛੋਟੇ ਸ਼ਬਦਾਂ ਦੇ ਵਿੱਚ ਕਹੀਏ ਤੇ ਖਾਲਸਾ ਖੁਦਮੁਖਤਿਆਰ ਆ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਇੱਕ ਪਾਸੇ ਜਿਹੜਾ ਆ ਬਹੁਤ ਘਟ ਗਏ ਪਿਆ ਮੌਤ ਤੇ ਜ਼ਿੰਦਗੀ ਦੇ ਵਿੱਚ ਤੇ ਦੂਜੇ ਪਾਸੇ ਜਿਹੜੀ ਆ ਸਟੇਟਮੈਂਟ ਆ ਮੈਂ ਕੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਵੀ ਜਦੋਂ ਭਾਈ ਸਾਹਿਬ ਜੀ ਦੇ ਚਿਹਰੇ ਨੂੰ ਵੇਖੀਦਾ ਆ ਨਾ ਤੇ ਉਹਨਾਂ ਦਾ ਚਿਹਰਾ ਜਿਹੜਾ ਦਗਦਾ ਕਰਦਾ ਆ ਉਹਨਾਂ ਦੇ ਜਿਹੜੇ ਚਿਹਰੇ ਦਾ ਹਾਪ ਭਾਵਿਆ ਉਹਨੂੰ ਵੇਖ ਲਈ ਜਾਂ ਸਾਡੇ ਆਪਣੇ ਦਿਲ ਪਰ ਆ ਜਾਂਦੇ ਆ ਬਿਲਕੁਲ ਬਿਲਕੁਲ ਇਹਨੂੰ ਚੜਦੀ ਕਲਾ ਇਸ ਚੜਦੀ ਕਲਾ ਦੇ ਪਿੱਛੇ ਕੀ ਰਾਜਿਆ ਸਭ ਤੋਂ ਪਹਿਲਾਂ ਤੇ ਵੀਰ ਗੁਲਜਾਰ ਗੁਲਜਾਰ ਸਿੰਘ ਜੀ ਮੈਂ ਫਤਿਹ ਸਾਂਝੀ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜਦੋਂ ਤੁਸੀਂ ਟਰਮ ਟਰਮ ਯੂਜ਼ ਕੀਤੀ ਹੈ ਨਾ ਖਾਲਸਾ ਜਿਹੜੀ ਖਾਲਸੇ ਦੀ ਟਰਮਨੋਲੋਜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਤਕੜੀ ਸੈਂਸ ਬੜਾ ਤਕੜਾ ਭੇਤ ਛੁਪਾਈ ਬੈਠੀ ਹੈ ਬਿਲਕੁਲ ਬਿਲਕੁਲ ਜੀ ਜਦੋਂ ਅਸੀਂ ਭਾਈ ਕਾਨ ਸਿੰਘ ਨਾਭਾ ਕੋਲ ਉਹਨਾਂ ਦੀ ਮਹਾਨ ਕੋਸ਼ ਕੋਲ ਪਹੁੰਚਦੇ ਆਂ ਉੱਥੇ ਜਾ ਕੇ ਪੁੱਛਦੇ ਆਂ ਭਾਈ ਕਾਨ ਸਿੰਘ ਨਾਭਾ ਜੀ ਨੂੰ ਦੱਸੋ ਸਾਨੂੰ ਖਾਲਸਾ ਦਾ ਮਤਲਬ ਕੀ ਹੈ ਜੀ ਤੇ ਮਹਾਨ ਕੋਸ਼ ਬੋਲਦੀ ਹੈ ਹੂੰ ਹੂੰ ਵੀ ਖਾਲਸਾ ਕੀ ਉਹ ਜ਼ਮੀਨ ਹੂੰ ਖਾਲਸਾ ਬਹੁਤ ਆਮ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਮੇਰੇ ਵੀਰ ਰਜਿਸਟਰੀਆਂ ਵਗੈਰਾ ਕਰਾਉਂਦੇ ਨੇ ਇੰਤਕਾਲਾਂ ਕਰਾਉਂਦੇ ਨੇ ਉੱਥੇ ਲਫ਼ਜ਼ ਵਰਤਿਆ ਜਾਂਦਾ ਹੈ ਕਚਹਿਰੀਆਂ ਦੇ ਵਿੱਚ ਖਾਲਸਾ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਉਹ ਜ਼ਮੀਨ ਆ ਜਿਸ ਦਾ ਸਿੱਧਾ ਸਬੰਧ ਰਾਜੇ ਦੇ ਨਾਲ ਉਸ ਦੇਸ਼ ਦੇ ਬਾਦਸ਼ਾਹ ਦੇ ਨਾਲ ਹੁੰਦਾ ਹੈ ਮਤਲਬ ਵੀ ਵਿੱਚ ਜ਼ਿੰਮੇਦਾਰਾ ਸਿਸਟਮ ਤਾਂ ਕੋਈ ਜ਼ਿੰਮੇਦਾਰਾ ਸਿਸਟਮ ਨਹੀਂ ਜੀ ਜੀ ਹੁਣ ਖਾਲਸਾ ਗੁਰੂ ਨੇ ਖਾਲਸਾ ਸਾਜਿਆ ਇਹ ਸਾਨੂੰ ਸਮਝਣਾ ਪਏਗਾ ਕਿ ਗੁਰੂ ਨੇ ਖਾਲਸਾ ਸਾਜਿਆ ਉਹ ਖਾਲਸੇ ਦੇ ਪਿੱਛੇ ਕੀ ਭੇਤ ਹੈ ਜਦੋਂ ਅਸੀਂ ਫਿਰ ਰਹਿਤਨਾਮਿਆਂ ਦੇ ਵਿੱਚ ਪੁੱਛਦੇ ਜਾਂ ਕੇ ਰਹਿਤਨਾਮਿਆਂ ਨੂੰ ਚਾਤ ਮਾਰਦੇ ਆ ਉੱਥੇ ਆਉਂਦਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਪਰਮਾਤਮਾ ਦੀ ਮੌਜ ਜੀ ਹੋਨੋ ਤੇ ਸਬੰਧ ਦੱਸ ਦਿੱਤਾ ਉੱਥੇ ਵੀ ਡੈਫੀਨੇਸ਼ਨ ਦੇ ਦਿੱਤੀ ਖਾਲਸੇ ਦੀ ਵੀ ਖਾਲਸਾ ਇੱਕ ਸਿੱਧੀ ਅਕਾਲ ਪੁਰਖ ਦੀ ਫੌਜ ਹੈ ਜਿਹਦਾ ਸਿੱਧਾ ਸਬੰਧ ਅਕਾਲ ਪੁਰਖ ਦੇ ਨਾਲ ਹੈ ਉਹਦੇ ਵਿੱਚ ਕੋਈ ਦੇਵੀ ਦੇਵਤਾ ਨਹੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਮੀਡੀਏਟਰ ਨਹੀਂ ਉਹਦਾ ਸਿੱਧਾ ਸਬੰਧ ਅਕਾਲ ਪੁਰਖ ਦੇ ਨਾਲ ਹੈ ਹੁਣ ਤੁਸੀਂ ਗੱਲ ਕੀਤੀ ਹੈ ਚੜ੍ਹਦੀ ਕਲਾ ਦੀ ਜੀ ਹੁਣ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਹਾਂਜੀ ਉਹਦਾ ਸਬੰਧ ਖਾਲਸੇ ਦਾ ਸਬੰਧ ਅਕਾਲ ਪੁਰਖ ਦੇ ਨਾਲ ਹੈ ਬਿਲਕੁਲ ਹੁਣ ਜਦੋਂ ਸੰਬੰਧ ਅਕਾਲ ਪੁਰਖ ਦੇ ਨਾਲ ਹੋਏਗਾ ਤੇ ਅਕਾਲ ਪੁਰਖ ਦਾ ਇੱਕ ਗੁਣ ਹੈ ਜਿਹੜਾ ਅਸੀਂ ਜਪਜੀ ਵਿੱਚ ਰੋਜ਼ ਪੜ੍ਹਦੇ ਹਾਂ ਵੀ ਨਿਰਭਉ ਤੇ ਨਿਰਵੈਰ ਜੀ ਬਿਲਕੁਲ ਹੁਣ ਜਦੋਂ ਉਹਦਾ ਨਿਰਭਉ ਗੁਣ ਹੈ ਤੇ ਜਿਹੜਾ ਉਹਨੂੰ ਬਿਲਾਉਂਗ ਕਰਦਾ ਹੈ ਉਹਦੇ ਅੰਦਰ ਨਿਰਭਉਤਾ ਕਿਉਂ ਨਹੀਂ ਚੱਲ ਕੇ ਗਈ ਜੀ ਜੀ ਹੁਣ ਖਾਲਸੇ ਦਾ ਸੰਬੰਧ ਹੈ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਮੌਜ ਬੜਾ ਸ਼ਬਦ ਜਿਹੜਾ ਹੈ ਨਾ ਸਮਝਣ ਵਾਲਾ ਹੈ ਹਮਮ ਮੌਜ ਦਾ ਮਤਲਬ ਹੈ ਲਹਿਰ ਇੱਕ ਤਰੰਗ ਜੀ ਹੁਣ ਵੇਖੋ ਅਕਾਲ ਪੁਰਖ ਨੂੰ ਤਾਂ ਫੌਜ ਦੀ ਲੋੜ ਨਹੀਂ ਵੈਸੇ ਕਿਉਂਕਿ ਕਾਲਪੁਰਖ ਜਿਹੜਾ ਨਿਰਭਾਉ ਆ ਨਿਰਵੈਰ ਆ ਜਿਹੜਾ ਪਾਵਰਫੁਲ ਆ ਉਹਨੂੰ ਤਾਂ ਫੌਜ ਦੀ ਲੋੜ ਨਹੀਂ ਲੇਕਿਨ ਵੇਖੋ ਟਰਮਨੋਲੋਜੀ ਕੀ ਹੈ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਵੀ ਉਹਦੀ ਲਹਿਰ ਚੋਂ ਪੈਦਾ ਹੋਇਆ ਏ ਉਹ ਤਰੰਗ ਹੈ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਚੱਲਦੀਆਂ ਨੇ ਜੀ ਬਿਲਕੁਲ ਉਹ ਲਹਿਰਾਂ ਕਿਨਾਰੇ ਤੇ ਜਾਂਦੀਆਂ ਨੇ ਹੁਣ ਕਿਨਾਰੇ ਨੂੰ ਇਹ ਭੁਲੇਖਾ ਪੈ ਜਾਵੇ ਵੀ ਮੈਂ ਲਹਿਰ ਨੂੰ ਖਤਮ ਕਰ ਦਿੱਤਾ ਜੀ ਇਹ ਕਿਨਾਰੇ ਦਾ ਕਿਨਾਰੇ ਦੀ ਬਹੁਤ ਵੱਡੀ ਗਲਤੀ ਹੋ ਸਕਦੀ ਹੈ ਹਾਂਜੀ ਕਿਉਂਕਿ ਉਹਦੇ ਪਿਛੇ ਇੱਕ ਲਹਿਰ ਹੋਰ ਉੱਠੀ ਆ ਰਹੀ ਹੈ ਉਹ ਸਮੁੰਦਰ ਦੀ ਐਪੀ ਸੈਂਟਰ ਚੋਂ ਪੈਦਾ ਹੋ ਰਹੀਆਂ ਨੇ ਹਾਂਜੀ ਹਾਂਜੀ ਜਿਹੜੀ ਸਿੱਖੀ ਜਿਹੜੀ ਖਾਲਸੇ ਦਾ ਜੋਸ਼ ਹੈ ਜਿਹੜਾ ਖਾਲਸੇ ਦੀ ਚੜ੍ਹਦੀ ਕਲਾ ਉਹ ਉਸ ਅਕਾਲਪੁਰਖ ਦੇ ਐਪੀ ਸੈਂਟਰ ਚੋਂ ਪੈਦਾ ਹੋ ਰਹੀਆਂ ਨੇ ਇੱਕ ਲਹਿਰ ਉੱਠੇਗੀ ਭਾਈ ਬਲਵੰਤ ਸਿੰਘ ਵਰਗੀ ਲਹਿਰ ਉੱਠੇਗੀ ਜੇ ਇਹ ਕਿਨਾਰਾ ਹਿੰਦੁਸਤਾਨ ਦੀ ਗਵਰਨਮੈਂਟ ਇਹ ਸਮਝ ਲਏ ਕਿ ਇਹ ਕਿਨਾਰੇ ਦੇ ਨਾਲ ਲਾ ਕੇ ਸ਼ਾਇਦ ਖਤਮ ਹੋ ਗਈ ਇਹ ਬੜਾ ਵੱਡਾ ਭੁਲੇਖਾ ਹੋਏਗਾ ਕਿਉਂਕਿ ਪਿੱਛੇ ਇੱਕ ਲਹਿਰ ਹੋਰ ਆ ਰਹੀ ਹੈ ਜਿੰਨਾ ਬਾਬਾ ਜਰਨੈਲ ਸਿੰਘ ਦੀ ਲਹਿਰ ਉੱਠੀ ਸੀ ਉਸੇ ਤਰੀਕੇ ਨਾਲ ਭਾਈ ਬਲਵੰਤ ਸਿੰਘ ਦੀ ਉੱਠੀ ਹੈ ਤੇ ਇਹ ਲਹਿਰਾਂ ਕਈ ਤਿਆਰ ਹੋ ਰਹੀਆਂ ਨੇ ਅੱਜ ਭਾਈ ਬਲਵੰਤ ਸਿੰਘ ਨੇ ਜਿਹੜਾ ਚੜ੍ਹਦੀ ਕਲਾ ਦਾ ਸੰਕੇਤ ਦਿੱਤਾ ਹੈ ਨਾ ਸਾਨੂੰ ਹਾਂਜੀ ਹਾਂਜੀ ਦੇਖੋ ਦੋ ਲਫ਼ਜ਼ ਬੋਲਨੇ ਆਪ ਜੀ ਨੇ ਕਹੇ ਨੇ ਵੀ ਨਜ਼ਾਰਾ ਵਖਰਾ ਹੋਏਗਾ ਵਰਤਾਰਾ ਵਖਰਾ ਹੋਏਗਾ ਜਦੋਂ ਮੇਰੀ ਵਾਰੀ ਆਏਗੀ ਨਜ਼ਾਰਾ ਵਖਰਾ ਹੋਏਗਾ ਵਰਤਾਰਾ ਵਖਰਾ ਹੋਏਗਾ ਜੀ ਇਹ ਛੋਟੀ ਜੀ ਕਥਾ ਹੈ ਛੋਟੀ ਜੀ ਕਥਾ ਜੀ ਅੱਜ ਅਸੀਂ ਵੀ ਸਟੇਜਾਂ ਤੇ ਬੈਠ ਕੇ ਬੜੀਆਂ-ਬੜੀਆਂ ਕਥਾਂ ਕਰਦੇ ਆਂ ਬੜੇ-ਬੜੇ ਸੈਮੀਨਾਰ ਅਸੀਂ ਕਰਦੇ ਆਂ ਸਟੇਜਾਂ ਤੇ ਬੋਲਦੇ ਆਂ ਤੇ ਬੜੇ-ਬੜੇ ਤਕੜੇ ਸਾਡੇ ਬਿਆਨ ਹੁੰਦੇ ਨੇ ਕਿਉਂ ਨਹੀਂ ਸੰਗਤ ਕਿਉਂ ਨਹੀਂ ਮੰਨ ਰਹੀ ਅਮਾਮ ਕਿਉਂ ਨਹੀਂ ਜਾਗ ਰਹੀ ਕਿਉਂਕਿ ਉਹ ਬਿਆਨ ਜਿਹੜੇ ਨੇ ਸਾਡੇ ਜੀਵਨ 'ਚ ਨਹੀਂ ਉਹ ਸਿਰਫ ਸ਼ਬਦਾਵਲੀ ਇਹੋ ਜੀ ਅਸੀਂ ਵਰਤਦੇ ਆ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੁਣ ਨਜ਼ਾਰਾ ਵੱਖਰਾ ਹੋਏਗਾ ਵਰਤਾਰਾ ਵੱਖਰਾ ਹੋਏਗਾ ਉਹਦੇ ਜੀਵਨ ਚੋ ਇਹ ਗੱਲ ਚਲਕੀ ਤੇ ਵਾਕਈ ਅੱਜ ਨਜ਼ਾਰਾ ਵੱਖਰਾ ਏ ਵਰਤਾਰਾ ਵੱਖਰਾ ਏ ਕੌਮ ਜਾਗ ਪਈ ਏ ਲੋਕ ਜਥੇਬੰਦੀਤਾਂ ਉੱਤੇ ਉੱਠਾਏ ਨੇ ਹਰ ਇੱਕ ਬੰਦਾ ਇੱਕ ਪਲੇਟਫਾਰਮ ਤੇ ਅੱਜ ਇਕੱਠਾ ਏ ਨਗਰ ਕੀਰਤਨ ਦੇ ਵਿੱਚ ਇਹਦਾ ਆਪਾਂ ਸਬੂਤ ਵੇਖਿਆ ਏ ਤੇ ਜਦੋਂ ਉੱਥੇ ਜਦੋਂ ਅਸੀਂ ਵੀ ਉੱਥੇ ਭਾਈ ਸਾਹਿਬ ਦੇ ਵਾਸਤੇ ਆਪਾਂ ਨਾਰੇਬਾਜੀ ਕਰ ਰਹੇ ਸੀ ਤੇ ਜਿੰਨੇ ਵੀਰ ਸਨ ਕੋਈ ਵੀ ਜਥੇਬੰਦੀ ਨੂੰ ਬਲੌਂਗ ਕਰਦਾ ਸੀ ਸਾਰੇ ਸਾਰੇ ਸਪੋਰਟ ਕਰ ਰਹੇ ਸਨ ਸਾਰੇ ਆਪੋ ਆਪਣਾ ਜੋਰ ਲਾ ਰਹੇ ਸਨ ਇਹ ਨਜ਼ਾਰਾ ਵਾਕੇ ਵੱਖਰਾ ਏ ਜੀ ਜਿਹੜੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਦਾ ਜਿਹੜੇ ਸਾਡੇ ਵਿੱਚ ਜਥੇਬੰਦੀਆਂ ਦੇ ਵਿੱਚ ਆਪੇ ਦੇ ਕੁਝ મતਭੇਦ ਸੀਗੇ ਛੋਟੇ-ਛੋਟੇ ਜਿਹੜੀਆਂ ਗੱਲਾਂ ਰੰਜਿਸ਼ਾਂ ਸੀਗੀਆਂ ਅੱਜ ਉਹ ਗੱਲਾਂ ਜਦੋਂ ਵੇਖ ਕੇ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਅਸੀਂ ਇੱਕਦਮ ਹੀ ਵੇਖੋ ਉਹਨਾਂ ਉਹਨਾਂ ਦੀ ਇਹ ਜਿਹੜੇ ਦੋ ਵਰਡ ਆ ਉਹਨਾਂ ਨੇ ਸਾਡੀਆਂ ਰਵਿਸ਼ਾ ਖਤਮ ਕਰ ਦਿੱਤੀਆਂ ਸਾਡੀਆਂ ਜਿਹੜੀਆਂ ਹੱਦਾ ਬਣੀਆਂ ਸੀਗੀਆਂ ਵੀ ਅਸੀਂ ਛੋਟੇ ਛੋਟੇ ਆਪਣੀਆਂ ਉਲਝਣਾਂ ਦੇ ਵਿੱਚ ਉਹ ਜੇਸ ਯਾਦ ਰੱਖਿਓ ਠੀਕ ਹੈ ਸਾਡੇ ਆਮ ਵੀਰਾਂ ਦੇ ਵਿੱਚ ਛੋਟੇ ਛੋਟੇ ਮਤਭੇਦ ਹੈ ਨੇ ਚ ਕੋਈ ਸ਼ੱਕ ਨਹੀਂ ਇੱਕ ਘਰ ਦੀ ਫੈਮਿਲੀ ਜਿਹੜੀ ਹੁੰਦੀ ਹੈ ਨਾ ਉੱਥੇ ਵੀ ਭਰਾਵਾਂ ਭਰਾਵਾਂ ਦੇ ਵਿੱਚ ਕਈ ਤਰ੍ਹਾਂ ਦੇ ਮਤਭੇਦ ਆਉਂਦੇ ਨੇ ਲੇਕਿਨ ਉਹਨਾਂ ਦਾ ਇੱਕ ਸੈਂਟਰ ਹੁੰਦਾ ਹੈ ਮਾਂ ਪਿਓ ਹਾਂਜੀ ਹਾਂਜੀ ਸਾਡੇ ਵਿੱਚ ਮਾੜੇ ਮੋٹے ਮਤਭੇਦ ਹੋਣਗੇ ਨਾਟ ਪ੍ਰੋਬਲਮ ਲੈਕਿਨ ਸਾਡਾ ਇੱਕ ਸੈਂਟਰ ਹੈ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਅਸੀਂ ਉੱਥੇ ਤਾਂ ਸਾਰੇ ਇਕੱਠੇ ਆ ਨਾ ਉੱਥੇ ਤਾਂ ਕਿਸੇ ਦਾ ਕੋਈ ਮਤਭੇਦ ਨਹੀਂ ਹਾਂਜੀ ਬਿਲਕੁਲ ਸੋ ਇਸ ਕਰਕੇ ਅੱਜ ਸਾਰੇ ਸਮਰਪਿਤ ਹੋ ਚੁੱਕੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਕੌਮ ਦੀਆਂ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਆ ਤੋੜੀਆਂ ਜਾ ਸਕਣ ਸੋ ਇਸ ਕਰਕੇ ਖਾਲਸਾ ਜਿਹੜਾ ਏ ਉਹਦੀ ਚੜ੍ਹਦੀ ਕਲਾ ਦਾ ਅੱਜ ਨਜ਼ਾਰਾ ਏ ਕਿ ਜੋ ਸਾਨੂੰ ਵੇਖਣ ਨੂੰ ਮਿਲਿਆ ਹੈ ਨਗਰ ਕੀਰਤਨ ਦੇ ਵਿੱਚ ਵੀ ਹਾਂਜੀ ਹਾਂਜੀ ਤੇ ਇਹ ਉਹਦੀ ਚੜ੍ਹਦੀ ਕਲਾ ਦਾ ਸੰਕੇਤ ਹੈ ਜੀ ਜੀ ਬਹੁਤ ਧੰਨਵਾਦ ਵੀਰ ਜੀ ਤੇ ਦੂਜੀ ਗੱਲ ਜਿਹੜਾ ਭਾਈ ਬਲਵੰਤ ਸਿੰਘ ਰਾਜੂ ਆਣਾ ਸਾਹਿਬ ਜੀ ਨੇ ਜਿਹੜਾ ਸਟੈਪ ਲਿਆ ਸੀਗਾ ਉਸ ਟਾਈਮ ਸ਼ਹੀਦ ਭਾਈ ਦਿਲਾਵਰ ਸਿੰਘ ਜਿਹੜੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਇੰਨਾ ਟਾਈਮ ਸੰਤਾਪ ਖੰਡਾਇਆ ਤੇ ਉਹਨਾਂ ਨੂੰ ਹੁਣ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਇਹ ਅਨਾਉਂਸ ਹੋ ਗਈ ਆ ਵੀ ਉਹਨਾਂ 31 ਮਾਰਚ ਨੂੰ ਇਹ ਉਹਨਾਂ ਨੂੰ ਫਾਂਸੀ ਜਿਹੜੀ ਇਹ ਨਿਰਤਾਰਤ ਹੋ ਗਈ ਆ ਤੇ ਦੂਜੇ ਪਾਸੇ ਜਿਹੜਾ ਬਿਆਨਤਾ 부ਚੜ ਮੈਂ ਉਹਦੇ ਵਾਸਤੇ ਸਿੰਘ ਸ਼ਬਦ ਨਾਲ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਬਿਆਨਤਾ 부ਚੜ ਉਨੇ ਸਭ ਤੋਂ ਜ਼ਿਆਦਾ ਸਿੱਖੀ ਦੀ ਜਿਹੜੀ ਨੌਜਵਾਨ ਪਨੀਰੀ ਸੀਗੀ ਉਹਦਾ ਕਾਣ ਕੀਤਾ ਹੂੰ ਹੂੰ ਉਹਦੇ ਕਾਣ ਦਾ ਜਿਹੜਾ ਦੂਜੇ ਪਾਸੇ ਐਕਸ਼ਨ ਸੀਗਾ ਹੂੰ ਹੂੰ ਉਹ ਭਾਈ ਬਲਵੰਤ ਸਿੰਘ ਰਾਜੂਆਣਾ ਨੇ ਜਿਹੜੀ ਸਿੱਖ ਕੌਮ ਦੀ ਪੱਗ ਲੈ ਚੁੱਕੀ ਸੀ ਉਸ ਸਮੇਂ ਕਿਉਂਕਿ ਉਸ ਵੇਖੋ ਇਹ ਕਿਸੇ ਅਦੀਬ ਦੀਆਂ ਬੜੀਆਂ ਕਮਾਲ ਦੀਆਂ ਲੈਣਾ ਆ ਉਹ ਕਹਿੰਦਾ ਆ ਹਜ਼ਾਰਾਂ ਬਰਸ ਨਰਗਸ ਰੋਤੀ ਹੈ ਆਪਣੇ ਬੇ ਨੂਰੀ ਤੇ ਹਜ਼ਾਰਾਂ ਬਰਸ ਨਰਗਸ ਰੋਤੀ ਹੈ ਆਪਣੀ ਬੇ ਨੂਰੀ ਤੇ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਲ ਮੇ ਦਿਦਾਵਰ ਪੈਦਾ ਵੀ ਜਿਹੜੇ ਲੀਡ ਕਰਨ ਵਾਲੇ ਬੰਦੇ ਨੇ ਨਾ ਹਕੂਮਾ ਦੇ ਵਿੱਚ ਬਹੁਤ 1-2% ਹੁੰਦੇ ਆ ਜਿਵੇਂ ਆਪਾ ਦਰਸ਼ਨ ਸਿੰਘ ਫਿਰੂਵਾਨ ਦਾ ਨਾਮ ਲੈ ਲਈਏ 78 ਦੇ ਵਿੱਚ ਪਾਈ ਸੋਜਾ ਸਿੰਘ ਦੀ ਹਰੀ 84 ਦੇ ਵਿੱਚ ਉਹ ਮਰਦੇ ਮਜਾਹਿਦ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਤੇ ਉਹਨਾਂ ਤੋਂ ਬਾਅਦ ਜਿਹੜਾ ਸਾਡੇ ਸਾਹਮਣੇ ਪ੍ਰਤੱਖ ਇੱਕ ਪ੍ਰਮਾਣ ਆ ਤੇ ਦੂਜੇ ਪਾਸੇ ਜਿਹੜਾ ਕੁਝ ਲੋਕਾਂ ਦੀ ਸੋਚ ਸਾਡੇ ਆਪਣੇ ਵੀਰਾਂ ਦੀ ਕਈਆਂ ਦੀ ਸੋਚ ਆ 1 2% ਲੋਕਾਂ ਦੀ ਇਹ ਵੀ ਸੋਚ ਹੈਗੀ ਆ ਵੀ ਵੇਖੋ ਜੀ ਉਹਨਾਂ ਨੇ ਕਤਲ ਕੀਤਾ ਕਤਲ ਦੀ ਸਜ਼ਾ ਆ ਜੀ ਉਹ ਠੀਕ ਆ ਪਰ ਜਿਹਦੇ ਪਾਸੇ ਕੀ ਬੇਅੰਤੇ ਬੁੱਚੜ ਦੇ ਜਿਹੜਾ ਕਤਲ ਹੋਇਆ ਤੁਸੀਂ ਇਹਨੂੰ ਕੀ ਮੰਨਦੇ ਹੋ ਸੰਗਤਾਂ ਦੇ ਸਾਹਮਣੇ ਆਪਣੇ ਵਿਚਾਰ ਰੱਖੋ ਪੁਲਿਸ ਹੈ ਨਾ ਵੇਖੋ ਮੈਂ ਸਭ ਤੋਂ ਪਹਿਲਾਂ ਤੇ ਗੱਲ ਕਲੀਅਰ ਕਰਦਾ ਵੀ ਜਿੰਨਾ ਵੀਰਾਂ ਨੂੰ ਜਿਹੜੇ ਵੀਰ ਅਜੇ ਵੀ ਇਸ ਭਲੇਖੇ 'ਚ ਨੇ ਵੀ ਜੋ ਭਾਈ ਬਲਵੰਤ ਸਿੰਘ ਰਾਜਵਾਨੀ ਤੇ ਦੋਸ਼ ਲੱਗੇ ਨੇ ਵੀ ਉਹ ਲੱਗਣੇ ਚਾਹੀਦੇ ਸਨ ਜਿਹੜੇ ਇਸ ਭਲੇਖੇ ਵਿੱਚ ਨੇ ਉਹ ਲੋਕਾਂ ਦਾ ਪਹਿਲਾਂ ਉਹਨਾਂ ਲੋਕਾਂ ਦੀ ਮਾਨਸਿਕਤਾ ਸਟੱਡੀ ਕਰਨ ਦੀ ਲੋੜ ਹੈ ਜੀ ਜਦੋਂ ਅਸੀਂ ਉਹਨਾਂ ਦਾ ਮਾਨਸਿਕ ਤਲ ਦੇਖਦੇ ਆ ਉਹ ਬਹੁਤ ਉੱਥੇ ਰਹਿੰਦੇ ਨੇ ਜਿੱਥੇ ਕਿ ਉਹਨਾਂ ਉਸ ਉਹਨਾਂ ਦੇ ਕੋਲ ਜਿਸ ਮੀਡੀਆ ਦਾ ਪ੍ਰਭਾਵ ਹੈ ਨਾ ਉਹ ਗਵਰਨਮੈਂਟ ਦੇ ਅੰਡਰ ਹੈ ਜੀ ਉੱਥੋਂ ਦੀ ਸਰਕਾਰ ਦੇ ਅੰਡਰ ਹੈ ਜਿਹਨੂੰ ਅਸੀਂ ਅਖੌਤੀ ਪੰਥਕ ਸਰਕਾਰ ਕਹਿੰਦੇ ਆ ਹੁਣ ਉਹ ਮੀਡੀਆ ਜੋ ਮੈਸੇਜ ਡਿਲੀਵਰ ਕਰ ਰਿਹਾ ਹੈ ਹੁਣ ਉਸ ਮੀਡੀਆ ਦੀ ਗੱਲ ਹੈ ਉਹਨਾਂ ਦੇ মিডিਆ ਦੀ ਗੱਲ ਜੇ ਵੇਖੋ ਸਾਡਾ ਇਹ মিডিਆ ਨਾ ਹੋਵੇ ਜੀ ਸਾਡੇ ਤੱਕਰ ਮੇਰੇ ਖਿਆਲ ਨਾਲ ਐਡੀ ਐਡੀ ਤਕੜੀ ਲੋਕ ਲਹਿਰ ਐਡੀ ਤਕੜੀ ਲੋਕ ਆਵਾਜ਼ ਨਾ ਫੈਲਦੀ ਬਿਲਕੁਲ ਇਹ মিডিਆ ਦੇ ਦੇਣ ਆ ਹੁਣ ਉਹ ਪੰਜਾਬ ਦਾ ਜਿਹੜਾ মিডিਆ ਚੱਲ ਰਿਹਾ ਏ ਕਿਉਂਕਿ ਕੁਝ ਜਿਹੜੇ ਚੈਨਲ ਨੇ ਉਹ ਤਾਂ ਬੰਦ ਕਰਾਏ ਉਹਨਾਂ ਨੇ ਜਿਹੜਾ ਉੱਥੇ মিডিਆ ਚੱਲ ਰਿਹਾ ਏ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਜੀ ਬਲਵੰਤ ਸਿੰਘ ਜੀ ਇਹ ਮੰਨ ਰਹੇ ਨੇ ਜੀ ਮੈਂ ਕਤਲ ਕੀਤਾ ਤੇ ਮੈਨੂੰ ਫਾਂਸੀ ਚੜ੍ਹਾ ਦਿਓ ਹਾਂ ਹੈ ਸ਼ਬਦ ਨੇ ਲੈਕਿਨ ਜਦੋਂ ਸ਼ਬਦਾਂ ਨੂੰ ਟਵਿਸਟ ਕਰ ਦਿੱਤਾ ਜਾਂਦਾ ਹੈ ਨਾ ਇਹਦੇ ਤੋਂ ਹੀ ਕਈ ਕਈ ਜਿਹੜੇ ਕਈ ਤਰ੍ਹਾਂ ਦੇ ਭੇਦਛਾਪਾ ਲਏ ਜਾਂਦੇ ਨੇ ਹੁਣ ਆਮ ਲੋਕ ਇਹ ਸੋਚ ਰਹੇ ਨੇ ਕਿ ਸ਼ਾਇਦ ਉਹ ਇਸ ਕੰਮ ਦੇ ਕਰਕੇ ਜਿਹੜਾ ਉਹਨੇ ਐਕਸ਼ਨ ਕੀਤਾ ਉਹ ਗਲਤੀ ਮੰਨ ਰਹੇ ਨੇ ਹਾਂਜੀ 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 ਹਾਲਾਂਕਿ ਉਹ ਗਲਤੀ ਨਹੀਂ ਮੰਨ ਰਹੇ ਉਹ ਤਾਂ ਦੱਸ ਰਹੇ ਨੇ ਕਿ ਮੈਂ ਇਹ ਕੰਮ ਕੀਤਾ ਏ ਮੈਂ ਇਹਦੀ ਅਪੀਲ ਵੀ ਨਹੀਂ ਕਰਨੀ ਮੈਂ ਇਹਦੀ ਕੋਈ ਦਲੀਲ ਵੀ ਨਹੀਂ ਕਰਨੀ ਕਿਉਂਕਿ ਮੈਂ ਕੀਤਾ ਤੇ ਕੀਤਾ ਜੋ ਹੈ ਮੈਂ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਹੈ ਅੰਡਰ ਦੀ ਇਨਫਲੂਐਂਸ ਆਫ ਮੋਸ਼ਨ ਨਹੀਂ ਕੀਤਾ ਨਾਗੇ इमोਸ਼ਨ ਦੇ ਪ੍ਰਭਾਵ ਵਿੱਚ ਕੀਤਾ ਹੈ ਨਾ ਸੈਂਟੀਮੈਂਟੈਲਿਟੀ ਦੇ ਪ੍ਰਭਾਵ ਵਿੱਚ ਕੀਤਾ ਹੈ ਮੈਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਜੋ ਉਸ ਟਾਈਮ ਦੀ ਸਿਚੁਏਸ਼ਨ ਸਰਕਮਸਟੈਂਸਸ ਹਨ ਉਹਨਾਂ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਹੈ ਇਸ ਕਰਕੇ ਮੇਰੀ ਕੋਈ ਅਪੀਲ ਨਹੀਂ ਤੇ ਜੋ ਮੈਂ ਕੀਤਾ ਹੈ ਦੇਖੋ ਇੱਕ ਗੱਲ ਯਾਦ ਰੱਖਿਓ ਜਦੋਂ 5 ਸਟਾਰ ਹੋਟਲ ਦੇ ਉੱਤੇ ਜੀ ਬੰਬੇ ਦੇ ਵਿੱਚ 5 ਸਟਾਰ ਹੋਟਲ ਦੇ ਉੱਤੇ ਹਮਲਾ ਆਇਆ ਜੀ ਦਿੱਲੀ ਤੋਂ ਸਪੈਸ਼ਲ ਕਮਾਂਡੋ ਚੱਲੇ ਨੇ ਜੀ ਜੀ ਤੇ ਵਿਦਨ 5 6 ਆਵਰਸ ਜੀ ਉਹ ਬੰਬੇ ਪਹੁੰਚ ਗਏ ਬੰਬੇ ਪਹੁੰਚ ਜੀ ਉਥੇ ਸਪੈਸ਼ਲ ਕਮਾਂਡੋ ਆਈ ਹੈ ਆਰਮੀ ਲੱਗ ਗਈ ਉਥੇ ਸਿਰਫ ਇੱਕ ਫਾਈਵ ਸਟਾਰ ਹੋਟਲ ਨੂੰ ਬਚਾਉਣ ਵਾਸਤੇ ਹੁਣ ਜੇ ਧਾਰਮਿਕ ਸਥਾਨ ਤੇ ਹਮਲਾ ਕਰਨ ਵਾਲੀ ਵੀ ਫੌਜ ਹੈ ਹਿੰਦੁਸਤਾਨ ਦੀ ਹਮਲਾ ਕਰਨ ਵਾਲੀ ਫੌਜ ਹੈ ਉਸ ਗਵਰਨਮੈਂਟ ਨੇ ਹਮਲਾ ਕੀਤਾ ਹੈ ਹੁਣ ਦੱਸੋ ਵੀ ਉਧਰ ਜਿਹੜੇ ਜਿਨ੍ਹਾਂ ਨੂੰ ਅਤਵਾਦੀ ਕਹਿੰਦੇ ਨੇ ਉਹ ਹਮਲਾ ਕਰ ਰਹੇ ਨੇ ਤੇ ਫੌਜ ਵਿਚਾਰ ਰਹੀ ਹੈ ਇਧਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਫੌਜੀ ਹਮਲਾ ਕਰ ਰਹੇ ਹੁਣ ਦੱਸੋ ਅਤਵਾਦੀ ਕੌਣ ਹੈ ਤੇ ਫੌਜ ਕੌਣ ਹੈ ਸੋ ਕਹਿਣ ਤੋਂ ਪਾਵੇ ਹੈ ਪੀ ਜਿੰਨਾ ਚਿਰ ਐਂਡ ਆਫ ਦਿ ਡੇ ਜਿੰਨਾ ਚਿਰ ਅਸੀਂ ਇੱਕ ਪਲੇਟਫਾਰਮ ਤੇ ਜਿੰਨਾ ਚਿਰ ਸਾਡੇ ਅੰਦਰ ਅਵੇਅਰਨੈਸ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਨੂੰ ਸੱਚ ਦੀ ਸੱਚ ਦੀ ਸੱਚ ਤਾਂ ਪਤਾ ਨਹੀਂ ਲੱਗੇਗਾ ਜੋ ਭਾਈ ਸਾਹਿਬ ਉਹਨਾਂ ਨੇ ਕੀਤਾ ਹੈ ਭਾਈ ਬਲਵੰਤ ਸਿੰਘ ਉਹਨਾਂ ਨੇ ਉਹਨਾਂ ਨੇ ਬਿਲਕੁਲ ਉਸ ਟਾਈਮ ਸਿਚੁਏਸ਼ਨ ਨੂੰ ਸਮੇਂ ਨੂੰ ਸਾਹਮਣੇ ਰੱਖ ਕੇ ਵੇਖੋ ਕਿਸੇ ਦਾ ਕੋਈ ਜੀ ਨਹੀਂ ਕਰਦਾ ਵੀ ਉਹ ਕੀੜੀ ਵੀ ਮਾਰੇ ਕਿਸੇ ਦਾ ਕੋਈ ਜੀ ਨਹੀਂ ਕਰਦਾ ਉਹ ਕੀੜੀ ਵੀ ਮਾਰੇ ਹਮੇਸ਼ਾ ਹੀ ਜਦੋਂ ਤੁਸੀਂ ਡੰਗਰ ਹਿੱੱਕੇ ਜਾਂਦੇ ਮੈਂ ਪਿੰਡ ਦੇ ਵਿੱਚ ਪਲਿਆ ਡੰਗਰ ਅਸੀਂ ਪਾਲੇ ਨੇ ਬਹੁਤ ਜਦੋਂ ਡੰਗਰਾਂ ਨੂੰ ਕੀ ਹੈ ਨਾ ਜਿਹੜਾ ਡੰਗਰ ਜਾਦਾ ਸੈਰ ਨੂੰ ਜਾਵੇ ਉਹਨੂੰ ਕਿਸੇ ਵੇਲੇ ਡਾਂਗ ਨਾਲ ਮੋੜਨਾ ਪੈਂਦਾ ਤੇ ਜਿਹੜੇ ਤੁਰੇ ਜਾਣ ਉਹਨਾਂ ਨੂੰ ਕੋਈ ਡਾਂਗ ਨਹੀਂ ਮਾਰਦਾ ਜੀ ਸੋ ਕਿਸੇ ਵੇਲੇ ਜਦੋਂ ਡੰਗਰ ਕੰਟਰੋਲ ਤੋਂ ਬਾਹਰ ਚਲੇ ਜਾਂਦੇ ਨੇ ਨਾ ਉੱਥੇ ਡਾਂਗ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਕਿ ਜਾਇਜ਼ ਹੈ ਤੇ ਉਹ ਅਖੀਰਲਾ ਹਥਿਆਰ ਹੈ ਜਿਵੇਂ ਪਹਿਲਾਂ ਜਦੋਂ ਰੋਗੀ ਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਵੀ ਤੂੰ ਪਰਹੇਜ਼ ਕਰ ਪਰਹੇਜ਼ ਤੋਂ ਬਾਅਦ ਗੋਲੀ ਦਿੱਤੀ ਜਾਂਦੀ ਹੈ ਤੇ ਗੋਲੀ ਤੋਂ ਬਾਅਦ ਜਿਹੜਾ ਟੀਕਾ ਲਾਇਆ ਜਾਂਦਾ ਉਹ ਇੱਕ ਲਾਸਟ ਹਥਿਆਰ ਹੈ ਇਸ ਕਰਕੇ ਉਹਨਾਂ ਨੂੰ ਇਹ ਲਾਸਟ ਹਥਿਆਰ ਚੁੱਕਣਾ ਪਿਆ ਚੁੱਕਿਆ ਨਹੀਂ ਚੁੱਕਣਾ ਪਿਆ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਦੀ ਸਟਡੀ ਕਰਨੇ ਆ ਤੇ ਬੜੇ ਕਲੀਅਰ ਸ਼ਬਦ ਨੇ ਉਹਦੇ ਵਿੱਚ ਬੋਲ ਸੁਤਰ ਮਿੜਿਆ ਮੋਹਨ ਕਤਾਰ ਕਿਉਂਕਿ ਗੁਰੂ ਕੇ ਸਿੱਖ ਦਾ ਫਰਜ਼ ਬਣਦਾ ਆ ਵੀ ਜਿੱਥੇ ਵੀ ਕੋਈ ਗਲਤ ਹੁੰਦਾ ਜ਼ੁਲਮ ਹੁੰਦਾ ਆ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਪੈ ਕਾ ਹੁਕੂ ਦੇਤਨਾ ਮੈਂ ਪਹਿਮਾਨਤ ਆਣ ਜੇ ਅਸੀਂ ਕਿਸੇ ਤੋਂ ਕਿਸੇ ਨੂੰ ਡਰਾਉਂਦੇ ਨਹੀਂ ਤੇ ਸਾਡਾ ਡਰਨਾ ਵੀ ਕੋਈ ਤਰਮ ਨਹੀਂ ਬਿਲਕੁਲ ਸਾਡਾ ਡਰਨਾ ਕੋਈ ਫਰਜ਼ ਨਹੀਂ ਬਿਲਕੁਲ ਤੇ ਭਾਈ ਰਾਜਵਾਨਾ ਨੇ ਜਿਹੜੀ ਗੱਲ ਕੀਤੀ ਹੈ ਤੇ ਜਿਹੜੀ ਗੱਲ ਕਰਦੇ ਆਪ ਹੈ ਹਾਂਜੀ ਉਹ ਅਸਲ ਦੇ ਵਿੱਚ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਆਪ ਹੈ ਹਾਂਜੀ ਤੇ ਆਪਾਂ ਇਸ ਟੌਪਿਕ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਅਵੇਅਰਨੈਸ ਦੀ ਗੱਲ ਕਰੀਏ ਹੁਣ ਬਹੁਤ ਅਵੇਅਰਨੈਸ ਆ ਮੈਂ ਸੰਗਤ ਆਪਣਾ ਸਿੱਖ ਟੀਵੀ ਤੋਂ ਲਾਈਵ ਦੇਖਦਾ ਸੀਗਾ ਪਿਆ ਵੀ ਉਸ ਚੀਜ਼ ਨੂੰ ਲਾਈਵ ਕਵਰ ਕਰਦੇ ਸੀਗੇ ਵੀ ਜਿਹੜੀ ਕ੍ਰਾਂਤੀ ਉੱਥੇ ਇਸ ਟਾਈਮ ਆਈ ਆ ਤੇ ਉਹ ਸਾਰੀਆਂ ਸੰਗਤਾਂ ਆਪਾਂ ਦੇਖਦੇ ਸੀਗੇ ਵਾ ਇਸ ਪ੍ਰੋਗਰਾਮ ਤੋਂ ਪਹਿਲਾਂ ਹਾਂਜੀ ਪਰ ਫਿਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉੱਥੇ ਕੁਝ ਸਾਨੂੰ ਮੀਡੀਆ ਦੀ ਘਾਟ ਨਹੀਂ ਦੇਖੋ ਸਿੱਖ ਚੈਨਲ ਜਿਹੜਾ ਉੱਥੇ ਆਪਣਾ ਰੋਲ ਪਲੇ ਕਰਦਾ ਹੈ ਨਾ ਪਰ ਇੱਕ ਕੱਲਾ ਚੈਲੰਜ ਹੋਣ ਦੇ ਨਾਤੇ ਜੇ ਆਪਾਂ ਪੰਥਕ ਧਿਰ ਦੀ ਗੱਲ ਕਰੀਏ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿੰਦਾ ਵੀ ਮੈਂ ਇਹ ਸਿੱਖ ਚੈਨਲ ਦੀ ਪ੍ਰੋਤਤਾ ਨਹੀਂ ਕਰਦਾ ਪਿਆ ਵੀ ਜਿਹੜਾ ਸਿੱਖ ਚੈਨਲ ਅੱਜ ਰੋਲ ਨਿਭਾਉਂਦਾ ਆ ਪਿਆ ਜੇ ਸਾਡੀ ਪੰਥਕ ਅਖਵਾਉਣ ਵਾਲੀ ਸਰਕਾਰ ਇਹ ਰੋਲ ਉਹ ਮੀਡੀਆ ਇਹ ਰੋਲ ਨਿਭਾਵੇ ਤੇ ਇਹ ਜਿਹੜਾ ਰਲ ਮਿਲ ਕੇ ਆਪਾਂ ਇਹਨੂੰ ਬੜੇ ਹਾਈ ਲੈਵਲ ਤੇ ਬਹੁਤ ਪੂਰਾ ਵਰਲਡ ਵਾਈਡ ਜਿਹੜਾ ਆ ਬੜੇ ਤਰੀਕੇ ਦੇ ਨਾਲ ਕਵਰ ਕਰ ਸਕਦੇ ਆ ਪਰ ਫਿਰ ਵੀ ਅੱਜ ਉਥੇ ਅਖੌਤੀ ਪੰਥਕ ਸਰਕਾਰ ਤੁਸੀਂ ਸ਼ਬਦ ਵਰਤੇ ਮੈਂ ਇਹ ਸ਼ਬਦਾਂ ਦੇ ਨਾਲ ਸਹਿਮਤ ਨਹੀਂ ਵੀ ਪੰਥਕ ਸਰਕਾਰ ਆਪਾਂ ਕਹਿ ਦਈਏ ਉਹਨੂੰ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ ਉਹਦੇ ਬਾਰੇ ਵੀ ਪੰਥਕ ਸਰਕਾਰ ਜਿਹੜੀ ਹੈਗੀ ਆ ਉਹਦਾ ਜਿਹੜਾ ਮੀਡੀਆ ਆ ਉਹ ਰੋਲ ਕਿਉਂ ਨਹੀਂ ਪਲੇ ਕਰਦਾ ਪਿਆ ਜਾਂ ਸਾਡੇ ਜਿਹੜੀ ਉਥੇ ਜਾਗਰੂਤੀ ਆ ਜਾਂ ਆਪਾਂ ਜਿਹੜੇ ਪਹਿਲਾਂ ਨਿਰਵੈਰਤਾ ਜਾਂ ਨਿਰਭਉ ਵਾਲੇ ਸ਼ਬਦ ਕਹੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਨਹੀਂ ਕਰਦੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਜਿਉਂਦੇ ਜਾਂ ਸਾਡੇ ਉਥੇ ਜਿਹੜੀ ਪੰਥਕ ਸਰਕਾਰ ਆ ਉਹਦਾ ਰੋਲ ਜਿਹੜਾ ਆ ਉਹ ਇਨਾ ਕਲੀਅਰ ਨਹੀਂ ਹੈਗਾ ਵੀ ਉਹ ਆਪਣਾ ਸਟੈਂਡ ਕਲੀਅਰ ਨਹੀਂ ਕਰ ਸਕਦੇ। ਹਮੇਰੇ ਬਾਰੇ ਤੁਹਾਡੇ ਕੀ ਵਿਚਾਰ ਹੈ? ਮੈਂ ਵੇਖੋ ਜਿਹੜੀ ਗੱਲ ਤੁਹਾਡੇ ਨਾਲ ਕਹੀ ਨਾ ਅਖੌਤੀ ਸ਼ਬਦ ਵਰਤ ਕੇ ਉਹਦੀ ਮੈਂ ਉਹਦੇ ਵਾਸਤੇ ਮੈਂ ਰੈਫਰੈਂਸ ਦਿਨਾ ਤੁਹਾਨੂੰ। ਮੈਂ ਕੁਝ ਵੀ ਜੋ ਕਹਿ ਰਿਹਾ ਨਾ ਕਿ ਮੇਰੀ ਨਹੀਂ ਹੈ। ਜੀ। ਉਹਦੀ ਰੈਫਰੈਂਸ ਪਈ ਹੈ। ਹੁਣ ਭਾਈ ਕਾਨ ਸਿੰਘ ਨਾ ਬਹੁਤ ਪੁੱਛੀਏ ਭਾਈ ਸਾਹਿਬ ਜੀ। ਸਾਨੂੰ ਦੱਸੋ ਵੀ ਪੰਥ ਜਾਂ ਅਕਾਲੀ ਕਿਹਨੂੰ ਕਹਿੰਦੇ ਨੇ? ਜੀ। ਤੇ ਭਾਈ ਸਾਹਿਬ ਜੀ ਅਕਾਲੀ ਦੀ ਡੈਫੀਨੇਸ਼ਨ ਬੜੀ ਵਧੀਆ ਡੈਫੀਨੇਸ਼ਨ ਦੇ ਰਹੇ ਨੇ। ਉਹ ਕਹਿੰਦੇ ਨੇ ਕਮਲ ਜਿਵੇਂ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਕਿਆ ਬਾਤ ਹੈ ਕਮਲ ਜਿਉਂ ਮਾਇਆ ਜਲ ਵਿੱਚ ਹੈ ਇਹਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਬਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਿਆਲੀ ਹੈ ਜੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਯੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ ਇਹਨੂੰ ਪੰਥਕ ਕਹਿੰਦੇ ਨੇ ਇਹਨੂੰ ਅਕਾਲੀ ਕਹਿੰਦੇ ਨੇ ਕਿਹੜੇ ਜਿਹੜੇ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਤੇ ਜਦੋਂ ਅਸੀਂ ਮੰਗਣ ਦੀ ਗੱਲ ਆਉਂਦੀ ਹੈ ਸਮੁੰਦਰ ਬੰਦ ਕਰਨ ਵਾਲੀ ਗੱਲ ਉਹਨਾਂ ਨੇ ਕਰ ਦਿੱਤੀ ਹੈ ਕੁਤੇ ਦੇ ਵਿੱਚ ਸਮੁੰਦਰ ਬੰਦ ਕੀਤਾ ਹੁਣ ਮੈਂ ਸਿਰਫ ਇਹਨਾਂ ਸ਼ਬਦਾਂ ਨੂੰ ਖੋਲਣਾ ਹੈ ਜੇ ਜੇ ਕਿਸੇ ਵੀਰ ਨੂੰ ਮਹਿਸੂਸ ਹੋ ਰਿਹਾ ਵੀ ਸ਼ਾਇਦ ਇੱਥੇ ਕੋਈ ਖਿਲਾਫਤ ਕੀਤੀ ਜਾ ਰਹੀ ਹੈ ਖਿਲਾਫਤ ਨਹੀਂ ਕੀਤੀ ਜਾ ਰਹੀ ਮੈਂ ਸਿਰਫ ਇਹਨਾਂ ਸ਼ਬਦਾਂ ਨੂੰ ਖੋਲਣਾ ਚਾਹੁੰਦਾ ਕਿਉਂਕਿ ਸਭਾ ਜਿਹੜਾ ਦਾਇਰਾ ਆ ਉਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਅੱਜ ਦਾ ਜਿਹੜਾ ਮਸਲਾ ਆ ਇਹਦੇ ਵਿੱਚ ਹੀ ਰਵੇ ਆਪਾਂ ਕਿਸੇ ਵੀ ਓਦਾਂ ਦੀ ਗੱਲ ਦੇ ਵਿੱਚ ਨਹੀਂ ਪੈਣਾ ਵੀ ਜਿਹਦੇ ਵਿੱਚ ਜਿਹੜਾ ਪੰਥ ਦੇ ਵਿੱਚ ਜਿਹੜੀ ਇੱਕ ਸੁਰਤਾ ਆ ਉਹਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਆਪਾਂ ਜਿਹੜਾ ਪੁਆਇੰਟ ਆ ਉਹਨੂੰ ਹੋਰ ਉਜਾਗਰ ਕਰਕੇ ਤੇ ਜਿਹੜੇ ਲੇੜੇ ਆਈਆਂ ਗੱਲਾਂ ਆ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਬਿਲਕੁਲ ਇਹ ਤੁਹਾਡੀ ਗੱਲ 110% ਸਹੀ ਹੈ ਵੀ ਆਪਾਂ ਵੇਖੋ ਜਿਹੜੀ ਚੀਜ਼ ਸਾਨੂੰ ਨੁਕਸਾਨ ਦੇ ਰਹੀ ਹੈ ਨਾ ਹਾਂਜੀ 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 ਜਿਹੜੇ ਕਿਟਾਨੂ ਸਾਡੀ ਬਾਡੀ ਦਾ ਨੁਕਸਾਨ ਕਰ ਰਹੇ ਨੇ ਹਮੇਸ਼ਾ ਉਹਨਾਂ ਕਿਟਾਨੂਆਂ ਨੂੰ ਮਾਰਨ ਵਾਸਤੇ ਦਵਾਈ ਖਾਦੀ ਜਾਂਦੀ ਹੈ ਜੀ ਜੀ ਤੇ ਬਾਡੀ ਤਾਂ ਤੰਦਰੁਸਤ ਹੁੰਦੀ ਹੈ ਮੈਂ ਸਿਰਫ ਉਹਨਾਂ ਕਿਟਾਨੂਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਵਾਸਤੇ ਅੱਜ ਸਾਨੂੰ ਦਵਾਈ ਲੈਣ ਦੀ ਲੋੜ ਹੈ ਤੇ ਦਵਾਈ ਗਿਆਨ ਦੀ ਹੈਗੀ ਹੈ ਹਾਂਜੀ 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 ਉਹ ਜਿੰਨਾ ਜਿੰਨੇ ਅਸੀਂ ਸਾਂਝ ਕਰਾਂਗੇ ਡਿਸਕਸ਼ਨ ਕਰਾਂਗੇ ਇਸ মিডিਏ ਦੇ ਥਰੂ ਸੰਗਤ ਤੱਕਰ ਆਮ ਆਮ ਤੱਕਰ ਆਵਾਜ਼ ਪਹੁੰਚਾਵਾਂਗੇ ਕਿ ਅਸਲ ਪ੍ਰੋਬਲਮ ਕੀ ਹੈ ਤੇ ਪ੍ਰੋਬਲਮ ਪੈਦਾ ਕਿੱਥੋਂ ਹੋਈ ਹੈ ਨਹੀਂ ਜਿਹੜੇ মিডিਏ ਹੈਗੇ ਆ ਨਾ ਜਿਹੜੇ ਪੰਥਕ মিডিਆ ਕਹਿੰਦਾ ਇਹਨਾਂ ਦਾ ਫਰਜ਼ ਹੀ ਇਹ ਆ ਵੀ ਇਹ ਗੁਰਬਾਣੀ ਦੀ ਜਿਹੜੀ ਗੱਲ ਆ ਉਸ ਗਿਆਨ ਗੁਰੂ ਦੇ ਗਿਆਨ ਦੀ ਗੱਲ ਸਿੱਖਾਂ ਤੱਕ ਪਹੁੰਚਾਣੀ ਆਮ ਆਵਾਮ ਤੱਕ ਪਹੁੰਚਾਣੀ ਇਹਨਾਂ ਦੇ ਫਰਜ਼ ਹੀ ਇਹ ਨੇ ਤੁਸੀਂ ਕਰੋ ਗੱਲ ਹਾਂਜੀ ਬਿਲਕੁਲ ਮੈਂ ਗੱਲ ਇਹੋ ਕਰ ਰਿਆ ਸੀ ਵੀ ਅਸੀਂ ਇਸ মিডিਏ ਦੇ ਰੋਲ ਨੂੰ ਸਾਹਮਣੇ ਰੱਖ ਕੇ ਜਿਹੜੀ ਗੱਲ ਕਰ ਰਹੇ ਆ ਉਹ ਇਹੋ ਹੀ ਹੈ ਪੀ ਆਮ ਲੋਕਾਂ ਤੱਕਰ ਆਮ ਵਰਗ ਤੱਕਰ ਇਹ ਆਵਾਜ਼ ਪਹੁੰਚ ਜਾਵੇ ਪੀ ਅਸਲ ਸੱਚ ਕੀ ਹੈ ਜੀ ਪੀ ਜੋ ਅੱਜ ਸਾਡੇ ਨਾਲ ਸਾਨੂੰ ਦਬਾਇਆ ਜਾ ਰਿਹਾ ਹੈ ਓਵਰਰਾਈਟ ਕੀਤਾ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਸਾਡੇ ਉੱਤੇ ਕਦੇ ਸਾਨੂੰ ਟੈਰਰਿਸਟ ਕਹਿ ਦਿੰਦੇ ਨੇ ਕਦੇ ਸਾਨੂੰ ਕੁਝ ਕਹਿ ਦਿੰਦੇ ਨੇ ਕਿਉਂ ਕਹਿ ਰਹੇ ਨੇ ਇਹ ਇਹ ਸਾਨੂੰ ਗੱਲ ਸੋਚਣੀ ਪੈਗੀ ਸਾਨੂੰ ਨਹੀਂ ਸਾਡੇ ਹਿੰਦੂਸਤਾਨ ਦੇ ਵਿੱਚ ਹੋਰ ਜਿੰਨੇ ਵੀ ਹੋਰ ਕਟਗਿੰਤੀਆਂ ਵਾਲੇ ਲੋਕ ਨੇ ਕਿਉਂ ਉਹਨਾਂ ਨੂੰ ਕਿਹਾ ਜਾਂਦਾ ਹੈ ਸਭ ਕੁਝ ਕਿਉਂਕਿ ਹਮੇਸ਼ਾ ਹੀ ਜਿਹੜੀ ਮਿਨਿਓਰਿਟੀ ਹੈ ਉਨੂੰ ਖਾਨ ਦੀ ਉਹਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦੇ ਵਾਸਤੇ ਮੈਂ ਰੈਫਰੈਂਸ ਦੇਣਾ ਚਾਹੁੰਦਾ ਹੈ ਭਾਈ ਕੁਲਬੀਰ ਸਿੰਘ ਕੌੜਾ ਦੀ ਕਿਤਾਬ ਪੜ ਲਿਓ ਤੇ ਹੁਣ ਸਿੱਖ ਵੀ ਨਿਗਲੇ ਗਏ ਇਹ ਸਿੱਖ ਵੀ ਨਿਗਲੇ ਬਿਲਕੁਲ ਜੀ ਬਿਲਕੁਲ ਹੁਣ ਉਹਦੇ ਵਿੱਚ ਰੈਫਰੈਂਸ ਉਹਦੀ ਰੈਫਰੈਂਸ ਨੂੰ ਉਹਨੂੰ 베ਸ ਬਣਾ ਕੇ ਮੈਂ ਗੱਲ ਕਰਨਾ ਚਾਹੁੰਦਾ ਭੀ ਜਦੋਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਬੁੱਧ ਧਰਮ ਵਾਲੇ ਨਿਕਲੇ ਗਏ ਜਦੋਂ ਅਸੀਂ ਬੋਧੀਆਂ ਦੀ ਗੱਲ ਕਰਦੇ ਹਾਂ ਨਾ ਬੁੱਧ ਧਰਮ ਇਹੋ ਜਿਹਾ ਧਰਮ ਸੀ ਜਿਹਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਸੀ ਹਾਂਜੀ ਹਾਂਜੀ ਲੇਕਿਨ ਅੱਜ ਜਿੱਥੋਂ ਧਰਮ ਪੈਦਾ ਆਇ ਉੱਥੇ ਉਹ ਧਰਮ ਨਹੀਂ ਹੈ థਾਈਲੈਂਡ ਵੀ ਵਿਏਟਨਾਮ ਲਾਓਸ ਕੰਬੋਡੀਆ ਦੇ ਵਿੱਚ ਤੁਹਾਨੂੰ ਉੱਥੇ ਜਾ ਕੇ ਬੋਧੀ ਮਿਲ ਜਾਣਗੇ ਲੇਕਿਨ ਹਿੰਦੁਸਤਾਨ ਚ ਪੈਦਾ ਹੋਇਆ ਧਰਮ ਹਿੰਦੁਸਤਾਨ ਚ ਨਹੀਂ ਮਿਲੇਗਾ ਜੇ ਅਸੀਂ ਜੈਨੀਆਂ ਦੀ ਗੱਲ ਕਰਦੇ ਹਾਂ ਜੈਨੀਆਂ ਦੇ ਮਹਾਵੀਰ ਤੋਂ ਇਹ ਮਹਾਵੀਰ ਦਾ ਮੋਢੀ ਹੈ ਲੇਕਿਨ ਇਹਨੂੰ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਸਿਰਫ 0 0.5% ਦੇ ਤੌਰ ਤੇ ਲਭੋ ਜਦੋਂ ਅਸੀਂ ਪਾਰਸੀਆਂ ਦੀ ਗੱਲ ਕਰਦੇ ਹਾਂ ਇਹ ਉਹ ਧਰਮ ਨੇ ਜਿਹੜੇ ਹਿੰਦੁਸਤਾਨ ਚ ਪੈਦਾ ਹੋਏ ਨੇ ਹੁਣ ਇਹ ਉਹ ਸਾਰੇ ਧਰਮ ਜਿਹੜੇ ਹਿੰਦੁਸਤਾਨ ਚ ਪੈਦਾ ਹੋਏ ਅੱਜ ਖਤਮ ਹੋ ਗਏ ਕਿਉਂ ਖਤਮ ਹੋ ਗਏ ਉਹਦਾ ਕਾਰਨ ਇਹ ਆ ਕਿ ਅਸੀਂ ਲੋਕ ਆਵਾਜ਼ ਲੋਕ ਲਹਿਰ ਸੱਚ ਦੀ ਲਹਿਰ ਨਹੀਂ ਪੈਦਾ ਕਰ ਸਕੇ ਅੱਜ ਮੇਰੇ ਵੀਰ ਜਿੰਨੇ ਵੀ ਜਾਗਦੇ ਨੇ ਜਿੰਨੇ ਵੀ ਨਗਰ ਕੀਰਤਨ ਦੇ ਵਿੱਚ ਇਹਨੇ ਉਤਸ਼ਾਹ ਦੇ ਨਾਲ ਨਾਰੇ ਮਾਰ ਕੇ ਆਏ ਨੇ ਮੈਨੂੰ ਲੱਗਦਾ ਵੀ ਆਪਾਂ ਉਹਨਾਂ ਵੱਲ ਜਾਣਾ ਚਾਹੀਦਾ ਹੋਣਾ ਜੀ ਇਹਨੇ ਨਾਰੇ ਮਾਰ ਕੇ ਕਿਉਂ ਮਾਰਦੇ ਨੇ ਕਿਉਂਕਿ ਇਹਨਾਂ ਤੱਕ ਸੱਚ ਦੀ ਆਵਾਜ਼ ਪਹੁੰਚੀ ਹੈ ਹੁਣ ਇਹ ਤੋਂ ਹੀ ਮਹਿਸੂਸ ਹੁੰਦਾ ਹੈ ਕਿ ਸਿੱਖੀ ਦੀਆਂ ਜਿਹੜਾਂ ਹਿੰਦੁਸਤਾਨ ਚ ਪੁਟਣੀਆਂ ਬੜੀਆਂ ਔਖੀਆਂ ਐ ਬਿਲਕੁਲ ਕਿਉਂਕਿ ਜਦੋਂ ਇੱਕ ਆਂਦੇ ਨਾ ਜੰਗਲ ਦੇ ਵਿੱਚ ਕੋਨੇ ਨੂੰ ਅਗ ਲੱਗੇ ਸਾਰੇ ਜੰਗਲ ਨੂੰ ਲੱਗ ਜਾਂਦੀ ਐ ਜੀ ਜੀ ਹੁਣ ਜਿਹੜੀ ਇਹ ਗਿਆਨ ਰੂਪੀ ਚੰਗਿਆਰੀ ਐ ਨਾ ਇਹ ਮਚ ਚੁੱਕੀ ਐ ਸਾਡੀ ਕੌਮ ਦੇ ਵਿੱਚ ਹੁਣ ਇਹਨੂੰ ਕੋਈ ਵੀ ਸਰਕਾਰ ਆ ਜਾਏ ਇਹਦੀਆਂ ਜਣਾ ਪੁਟਣੀਆਂ ਬੜੀਆਂ ਔਖੀਆਂ ਹੁੰਦੀਆਂ ਬਿਲਕੁਲ ਕਿਸੇ ਆਦੀਬ ਨੇ ਬੜੇ ਕਮਾਲ ਦੀਆਂ ਲੇਣਾ ਲਿਖਦੀਆਂ ਲਿਖੀਆਂ ਉਹ ਕਹਿੰਦਾ ਕੋਈ ਜ਼ੁਲਮ ਕੋਈ ਸਤਨ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂ ਕਿਉਂਕਿ ਸਾਡੀ ਰਗਾਂ ਵਿੱਚ ਹਜੇ ਕਲਗੀਧਰ ਦਾ ਖੂਨ ਹੈ ਤੇ ਸਾਡੇ ਸਾਹਮਣੇ ਸਬੂਤ ਹੈ ਭਲਵੰਤ ਸਿੰਘ ਦੀ ਰਾਜੂਆਣਾ ਉਹਨਾਂ ਨੇ ਉਹ ਜਿਹੜੀ ਅਣਖਿਆ ਹਰ ਇੱਕ ਨੌਜਵਾਨ ਦੀ ਸੁੱਤੀ ਜ਼ਮੀਰ ਨੂੰ ਉਹਨਾਂ ਨੇ ਇਹੋ ਜਿਹਾ ਹਿਲਾਉਣਾ ਦਿੱਤਾ ਕਿ ਅੱਜ ਜਿਹੜਾ ਆਪਣੇ ਸਾਹਮਣੇ ਸੀਗਾ ਨਜ਼ਾਰਾ ਤੇ ਜੋ ਉਹਦੋਂ ਦਾ ਆਪਾਂ ਚੈਨਲ ਦੇ ਉੱਤੇ ਦੇਖਨੇ ਆਪਾਂ ਇਹ ਜਾਗਦੇ ਜ਼ਮੀਰ ਦੀ ਨਿਸ਼ਾਨੀ ਹੈ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਪਲੇ ਕਰ ਰਿਹਾ ਸਿੱਖ ਚੈਨਲ ਜਿਹਨੂੰ ਤੇ ਸਾਡਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਜਿਹੜੇ ਪੰਥਕ ਚੈਨਲ ਆ ਜਿਨ੍ਹਾਂ ਨੇ ਪੰਥ ਦੇ ਵਾਸਤੇ ਇੰਨੀਆਂ ਮਾਰਾ ਮਾਰਦੇ ਆ ਪੈ ਇਹ ਵੀਰ ਆਪਣਾ ਕਾਫੀ ਟਾਈਮ ਇਨਵੈਸਟ ਕਰਕੇ ਇੰਨਾ ਕੁ ਸਾਡੇ ਪੰਥ ਨੂੰ ਦਿੰਦੇ ਆ ਪੈ ਸਾਡਾ ਵੀ ਫਰਜ ਬਣਦਾ ਆ ਵੀ ਅਸੀਂ ਇਹਨਾਂ ਦੀ ਸਪੋਰਟ ਕਰੀਏ ਵੱਧ ਤੋਂ ਵੱਧ ਸਾਡਾ ਫਰਜ ਬਣਦਾ ਆ ਵੀ ਅਸੀਂ ਇਹੀ ਹੋ ਜਾ ਪੰਥਕ মিডিਏ ਜਿਹੜੇ ਆ ਹੋਰ ਪੈਦਾ ਕਰੀਏ ਤੇ ਇਹਨਾਂ মিডিਆ ਨੂੰ ਉਹ ਅੱਗਾ ਵਧਾਉਣ ਵਾਸਤੇ ਅਸੀਂ ਇਹਨਾਂ ਦੇ ਨਾਲ ਜਿਹੜੇ ਡਾਇਰੈਕਟ ਡੈਪਟ ਸੈੱਟ ਕਰੀਏ ਸਾਡੇ ਬੀਇੰਗ ਐ ਸਿੱਖ ਇੱਕ ਫਰਜ ਬਣਦਾ ਆ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਚੈਨਲਾਂ ਦਾ ਸਾਥ ਦਈਏ ਕਿਉਂਕਿ ਕਿਉਂਕਿ ਸਿੱਖ ਚੈਨਲ ਦਾ ਜਿਹੜਾ ਰੋਲ ਆ ਉਹ ਰੋਲ ਦੀ ਵਜ੍ਹਾ ਦੇ ਨਾਲ ਅੱਜ ਜਿਹੜਾ ਉੱਥੇ ਕੰਮ ਆਪਾਂ ਦੇਖਿਆ ਜੋ ਵੀ ਉੱਥੇ ਪ੍ਰਾਪਤੀ ਸੀਗੀ ਇਸ ਚੈਨਲ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਦੇਖੋ ਮੈਂ ਮੈਨੂੰ ਜੋ ਅੰਦਰ ਖਾਤੇ ਦੀ ਨਿਊਜ਼ ਮਿਲੀ ਹੈ ਵੀ ਉਥੋਂ ਤੱਕਰ ਖਬਰ ਇੰਨੀ ਫੈਲ ਚੁੱਕੀ ਹੈ ਨਾ ਵੀ ਇੰਗਲੈਂਡ ਦੇ ਵਿੱਚ ਸੰਗਤਾਂ ਨੇ ਭਾਈ ਬਲਵੰਤ ਸਿੰਘ ਨੂੰ ਇਥੋਂ ਤੱਕਰ ਕਿ ਵੀ ਜਥੇਦਾਰ ਥਾਪ ਦਿੱਤਾ ਹੈ। ਹਾਂਜੀ ਹਾਂਜੀ। ਵੀ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਹੈ ਤੇ ਅੱਜ ਜਿਹੜੀ ਜਿੰਨੀ ਸੰਗਤ ਇੱਥੇ ਸਾਊਥ ਹਾਲ ਨਗਰ ਕੀਰਤਨ 'ਚ ਪਹੁੰਚੀ ਸੀ ਜੋ ਕਿ ਜਿਹਦੀ ਗਵਾਹੀ ਸਿੱਖ ਚੈਨਲ ਨੇ ਦਿੱਤੀ ਹੈ ਲਾਈਵ ਸਾਰੀ ਦੁਨੀਆ ਦੇ ਵਿੱਚ ਜੀ ਹੁਣ ਉਹਦੇ ਨਾਲ ਇੱਕ ਗੱਲ ਤੇ ਕਲੀਅਰ ਹੋ ਗਈ ਹੈ ਕਿ ਸਿੱਖ ਬੇਸ਼ੱਕ ਮਿਨੋਰਿਟੀ ਹੈ ਸਿੱਖ ਬੇਸ਼ੱਕ ਮਿਨੋਰਿਟੀ ਦੇ ਵਿੱਚ ਨੇ ਲੇਕਿਨ ਇਹ ਇਕੱਠੇ ਨੇ ਜੀ ਵੇਖੋ ਪੁਰਾਣੀ ਆਪਾਂ ਨਾ ਹਮ ਕਹਾਣੀ ਸੁਣਦੇ ਆਂ ਕਿ ਇੱਕ ਲੱਕੜੀ ਦਿੱਤੀ ਪਿਓ ਨੇ ਬੱਚੇ ਨੂੰ ਉਹਨੇ ਤੋੜ ਦਿੱਤੀ ਉਹਨੇ ਦੋ ਦਿੱਤੀਆਂ ਤੋੜ ਦਿੱਤੀਆਂ ਤੇ ਉਹਨੇ ਚਾਰ ਪੰਜ ਬਣਾ ਦਿੱਤੀਆਂ ਉਹਨੂੰ ਲੱਕੜੀਆਂ ਦੇ ਵੀ ਹੁਣ ਤੋੜ ਨਹੀਂ ਟੁੱਟੀ ਹੁਣ ਚਾਰ ਪੰਜ ਲੱਕੜੀਆਂ ਵੀ ਤਾਂ ਤੋੜੀਆਂ ਜਾ ਸਕਦੀਆਂ ਨੇ ਚਾਰ ਪੰਜ ਲੱਕੜੀਆਂ ਵੀ ਤੇ ਤੋੜੀਆਂ ਜਾ ਸਕਦੀਆਂ ਨੇ ਲੇਕਿਨ ਬੱਚੇ ਨੂੰ ਸਮਝਾਉਣ ਦਾ ਉੱਥੇ ਸੰਕੇਤ ਸੀ ਕਿ ਯੂਨਿਟੀ ਇਜ਼ ਸਟਰੈਂਥ ਉਹਨਾਂ ਨੇ ਅੱਜ ਸਾਡੀ ਯੂਨਿਟੀ ਦੇਖ ਲਈ ਹੈ ਚੈਨਲ ਦੇ ਥਰੂ ਵੀ ਇਹ ਬੰਦੇ ਕਿਦਾਂ ਯੂਨੀਅਨ ਨੇ ਕਿਦਾਂ ਇਕੱਠੇ ਨੇ ਇਸ ਕਰਕੇ ਇਹ ਬਹੁਤ ਪੋਜ਼ਿਟਿਵ ਸੰਕੇਤ ਹੈਗਾ ਇਹ ਮੈਂ ਚਾਹੁੰਦਾ ਵੀ ਸੰਗਤ ਦੇਖ ਰਹੀ ਹੈ ਇਹਨਾਂ ਨੂੰ ਵੀ ਆਪਾਂ ਹਾਂਜੀ ਹਾਂਜੀ ਇਹਨਾਂ ਵੀਰਾਂ ਦੇ ਵਿੱਚੋਂ ਜਾਂ ਸਾਡੀਆਂ ਭੈਣਾਂ ਦੇ ਵਿੱਚੋਂ ਕੋਈ ਸਵਾਲ ਹੋਵੇ ਕਿਸੇ ਤਰ੍ਹਾਂ ਦਾ ਇਸ ਪ੍ਰਲਖਸ਼ ਦੇ ਵਿੱਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦਾ ਜਗਰੂਪ ਸਿੰਘ ਟਾਈਗਰ ਜਥਾ ਯੂਕੇ ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇਹ ਕੰਮ ਕਰ ਰਹੇ ਹਨ ਮੈਨੂੰ ਕਹਿਣ ਦੀ ਲੋੜ ਨਹੀਂ ਡਿਟੇਲ ਚ ਆਪੇ ਸੰਗਤ ਜੀ ਜੀ ਵਿਕਲਸ ਆ ਗਈ ਹੈ ਦੀ ਹਾਂ ਜੀ ਤੇ ਇੱਕ ਚੀਜ਼ ਹੁਣ ਵੀਰ ਜੀ ਹੁਣੇ ਕਹਿ ਕੇ ਹਟਿਆ ਕਿ ਅੱਜ ਉਹਨਾਂ ਨੂੰ ਮੈਸੇਜ ਪਹੁੰਚ ਗਿਆ ਕਿ ਬਾਹਰੀ ਸੰਗਤ ਨੇ ਬਲਵੰਤ ਸਿੰਘ ਰਾਜਵਾਨ ਜਥੇਦਾਰ ਜੀ ਜੀ ਜਾਰੀ ਦਾ ਸਬੂਤ ਦਿੱਤਾ ਜੀ ਜਥੇਦਾਰ ਉਹ ਹੁੰਦਾ ਜਿਹੜਾ ਕਿਸੇ ਜਥੇ ਨੂੰ ਲੀਡ ਕਰੇ ਜੀ ਪੁਰਾਣੇ ਇਤਿਹਾਸ ਦੇਖ ਲੋ ਅੱਜ ਦੇ ਕੌਮ ਜਸੇ ਬੰਦ ਹੈਗੀ ਇਹਨੂੰ ਲੀਡ ਕੌਣ ਕਰ ਰਿਹਾ ਹੈ ਹਮਮ ਬਲਵੰਤ ਸਿੰਘ ਰਾਜਵਾਨਾ ਹੀ ਇਜ਼ ਆਲਰੇਡੀ ਯਾ ਜਸੇਦਾਰ ਹਮਮ ਬਿਲਕੁਲ ਬਿਲਕੁਲ ਜੀ ਤੇ ਹੁਣ ਆਪਾਂ ਬਣਾਣਾ ਪਾਈਆਂ ਪਿੱਛੇ ਪੜਦਾ ਜੀ ਇਹਦੇ ਉੱਪਰ ਲਿਖਿਆ ਹੋਇਆ ਹੁਣ ਮੈਂ ਸੋਚਿਆ ਮੈਂ ਕਿ ਮੇਰੇ ਦਾ ਦਿਲ ਦੇ ਉੱਪਰ ਲਿਖਿਆ ਗਿਆ ਉੱਥੇ ਲਿਖੀ ਚੀਜ਼ ਕਦੇ ਨਹੀਂ ਮਿਟਣੀ ਤੇ ਬਾਕੀ ਉਹਨਾਂ ਨੇ ਇੰਨਾ ਲੰਮਾ ਟਾਈਮ ਜਿਹੜਾ ਜੇਲ੍ਹ 'ਚ ਵੀ ਹੰਡਾਇਆ ਇਟਸ ਨਾਟ ਇਜ਼ੀ ਕੋਈ ਸੌਕੀ ਗੱਲ ਨਹੀਂ ਹੁੰਦੀ ਥੋੜਾ ਜਿਹਾ ਮੈਂ ਅੱਧਕ ਵਿੱਚ ਡਿਲਾਵਾਂਗਾ ਦਾਸ ਦਾ ਆਪਣਾ ਵੀ ਐਕਸਪੀਰੀਅੰਸ ਹੋਇਆ ਸੀ ਏਸੇ ਕੰਟਰੀਸ ਯੂਕੇ ਚ ਜੀ 97 ਚ ਜੀ ਜਿਹੜੇ ਇਸ ਨੂੰ ਅੱਜ ਇੱਕ ਜ਼ਾਲਿਮ ਨੂੰ ਡੀਜੀਪ ਬਣਾਇਆ ਗਿਆ ਪੰਜਾਬ ਚ ਸੁਮੇਸ਼ ਸੈਣੀ ਜੀ ਉਹਦੇ ਕਤਲ ਦੇ ਕੇਸ ਦੀ ਸਾਜ਼ਿਸ਼ ਵਿੱਚ ਦਾਸ ਨੂੰ ਇੱਥੇ ਫੜਿਆ ਗਿਆ ਸੀਗਾ ਤੇ 5.5 ਸਾਲ ਜੇਲ੍ਹ ਹੋਈ ਜਿਹੜੀ ਆਪ ਹਣਾਈ ਹੈ ਡਿਟੇਲਸ ਨਾ ਜਾਵਾਂਗੇ ਚੈਨਲ ਤੇ ਕਈ ਚੀਜ਼ ਨਹੀਂ ਕਹਿ ਸਕਦੇ ਫਸਾਇਆ ਵੀ ਆਪਣੇ ਸੋ ਕਾਲ ਖਾਲਸਤਾਨੀ ਕੁਝ ਕਰ ਲੋ ਚਲੋ ਠੀਕ ਪਰ ਬਹੁਤ ਔਖਾ ਟਾਈਮ ਨਾ ਗਾਣਾ ਉਹ ਤਾਂ ਸ਼ੇਰ ਹੈ ਜਿਹੜੇ ਇੰਨਾ ਟਾਈਮ ਉਸਨੂੰ ਘਾ ਲਿਆ ਜੀ ਇਸ ਕੰਟਰੀ ਤੋਂ ਉਹਨੂੰ ਵਿਜ਼ਿਟ ਹੋ ਸਕਦੀ ਹੈ ਟੈਲੀਫੋਨ ਕਰ ਸਕਦੇ ਹੋ ਘਰੇ ਸਾਰਾ ਕੁਝ ਪਰ ਮੈਂ ਧੰਨਤਾ ਦੇਉ ਉਹਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਜਿਹੜਿਆਂ ਨੇ ਉਹਨੂੰ ਸਪੋਰਟ ਕੀਤੀ ਹੋ ਜੀ ਅੱਜ ਪੰਥ ਉਹਦੇ ਨਾਲ ਹੈਗਾ ਮੀਡੀਆ ਫੇਰ ਇਹ ਧੰਨਤਾ ਦੇਯੋਗ ਹੈ ਜਿਹੜਾ ਬਿਲਕੁਲ ਉਹ ਕਰ ਰਿਹਾ ਤੇ ਬਾਕੀ ਤੁਹਾਡੇ ਵਰਗੇ ਵੀਰ ਨੌਜਵਾਨ ਨੂੰ ਦੇਖ ਕੇ ਦਾਸ ਦੇ ਵਿੱਚ ਵੀ ਇੱਕ ਹੌਸਲਾ ਬਹੁਤ ਹੁੰਦਾ ਹੈ ਕੋਈ ਕਦੇ ਕੋਈ ਸੁਪਨਾ ਲਿਆ ਸੀ ਸਾਕਾਰ ਹੁੰਦਾ ਦਿਖਦਾ ਜੀ ਤੇ ਅਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੂਗਾ ਤੁਹਾਰਾ ਫੇਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨੋਰਮਲੀ ਗੱਲਾਂ ਕਰਦੇ ਆਂ ਕਿ ਕਾਸ਼ ਸੰਤ ਭਿੰਡਾਲੇ ਵਾਪਸ ਆ ਜਾਣ ਸਾਡੀ ਕੌਮ ਨੂੰ ਗਵਾਹੀ ਕਰਨ ਤਾਂ ਮੇਰੇ ਖਿਆਲ ਨਾਲ ਤਾਂ ਆ ਹੀ ਗਏ ਨੇ ਇੱਕ ਮਾਸਕ ਨਹੀਂ ਹੁੰਦਾ ਵਿਚਾਰ ਹੁੰਦੀ ਆ ਇੱਕ ਗੁਰਨਾਨ ਦੇਵ ਮਹਾਰਾਜ ਸਰੀਰ ਬਦਲਦਾ ਗਿਆ ਵਿਚਾਰ ਉਹੀ ਰਿਹਾ ਜੋਤ ਉਹ ਹਾਜੁਕਤ ਸਾਈਂ ਬਿਲਕੁਲ ਉਹੀ ਰਿਹਾ ਹੁਣ ਸਾਨੂੰ ਇੱਕ ਲੀਡਰ ਮਿਲਿਆ ਅਸੀਂ ਕਿਉਂ ਨਹੀਂ ਪਛਾਣਦੇ ਅਸੀਂ ਕਿਉਂ ਵੇੜ ਕਰਦੇ ਹਾਂ ਹੁਣ ਹੋਰ ਲੀਡਰ ਚਾਹੀਦਾ ਇਹੀ ਸਾਡਾ ਲੀਡਰ ਹੈ ਹੁਣ ਜ਼ਰੂਰੀ ਨਹੀਂ ਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਸਦੀਫਾ ਦਵੇ ਫਿਰ ਹੀ ਉਹਨੂੰ ਜਥੇਦਾਰ ਬਣਾਇਆ ਜਾਵੇ ਸੰਗਤ ਦਾ ਜਥੇਦਾਰ ਥਾਪਿਆ ਜਥੇਦਾਰ ਹੁੰਦਾ ਹੈ ਜਾਂ ਸੰਗਤ ਰੈੜੀ ਆ ਫਿਰ ਉਹੀ ਸਾਡਾ ਜਥੇਦਾਰ ਆ ਬੋਲੇ ਸੋਨਹਿ ਰਾਹ ਸਤ ਸ੍ਰੀ ਅਕਾਲ ਗਿਆਨੀ ਗੁਰਵਚਨ ਸਿੰਘ ਜਥੇਦਾਰ ਨਹੀਂ ਪਈ ਰਾਜਵਰਨ ਸਾਹਿਬ ਇਹ ਸਾਡੇ ਜਥੇਦਾਰ ਨੇ ਜਰੂਰੀ ਨਹੀਂ ਕਿ ਉਹੀ ਸ਼੍ਰੋਮਣੀ ਕਮੇਟੀ ਕਹੇ ਕਿ ਜੇ ਨਹੀਂ ਇਹ ਜਥੇਦਾਰ ਨਹੀਂ ਇਹ ਸੰਗਤ ਨੂੰ ਮਨਜ਼ੂਰੀ ਆ ਜਥੇਦਾਰ ਤਾਂ ਸਾਡਾ ਜਥੇਦਾਰ ਪਈ ਰਾਜਵਰਨ ਸਾਹਿਬ ਹੀ ਆ ਹੂੰ ਇਸੇ ਨਾਲ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਹਾਂ ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਤ ਅਕਾਲ ਤਖਤ ਸਾਹਿਬ ਵੱਲੋਂ ਆ ਉਹਦੇ ਚੋਂ ਜਿਹੜੇ ਜਥੇਦਾਰੀ ਦੀ ਨਿਯੁਕਤੀ ਆ ਨਾ ਜੋ ਵੀਰ ਜੀ ਰਾਣੇ ਨੇ ਗੱਲ ਕੀਤੀ ਉਹ ਬਿਲਕੁਲ ਇਸੇ ਤਰ੍ਹਾਂ ਆ ਉਹ ਸੰਗਤ ਦਾ ਖਾਲਸੇ ਪੰਥ ਦਾ ਜਿਹੜਾ ਡਿਸੀਜਨ ਆ ਤੇ ਜਥੇਦਾਰ ਜਿਹੜਾ ਲੀਡ ਕਰਨ ਵਾਲਾ ਹੁੰਦਾ ਆ ਇਹਦੇ ਚ ਕੋਈ ਸ਼ੱਕ ਨਹੀਂ ਵੀ ਅੱਜ ਉਹ ਬੈਠੇ ਉੱਥੇ ਆ ਪਰ ਲੀਡ ਸਾਨੂੰ ਇੱਥੇ ਕਰਦੇ ਆ ਪੈ ਕਿਆ ਬਾਤ ਉਹਨਾਂ ਦੀ ਲੀਡ ਕਰਨ ਦਾ ਅੱਜ ਉਹਨਾਂ ਦੀ ਲੀਡ ਕਰਨ ਸਤਕਾ ਹੀ ਅੱਜ ਇਹ ਸਾਰੇ ਇਕੱਠੇ ਹੋ ਗਏ ਇੱਥੇ ਬੈਠੇ ਦੇਖੋ ਜਦੋਂ ਅਸੀਂ ਪ੍ਰਾਤਨ ਲਿਖਤਾਂ ਨੂੰ ਪੜ੍ਹਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ ਬੜਾ ਸੁਣ ਜਿਕਰ ਆਉਂਦਾ ਹੈ ਜਸਾ ਸਿੰਘ ਆਲੂ ਵਾਲੀਆ ਦੇ ਵਾਸਤੇ ਉਹਨਾਂ ਯੰਗ ਦੇ ਮੈਦਾਨ ਦੇ ਵਿੱਚ ਜੀ ਉਹਨਾਂ ਦੇ ਬੜੀਆਂ ਸੱਟਾਂ ਲੱਗੀਆਂ ਨੇ ਹਾਂਜੀ 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 ਲਿਖਤ ਦਸਦੀ ਉਹਨਾਂ ਦੀ ਵੀ ਸਿੰਘ ਜੀ ਘਾਓ ਬਾਈ ਖਾਏ ਹਾਂਜੀ ਹਾਂਜੀ ਫਿਰ ਵੀ ਸਿੰਘ ਜੀ ਲੜਤੋ ਜਾਏ ਹਾਂਜੀ ਤੇ ਜਦੋਂ ਇੰਨੇ ਘਾਓ ਲੱਗੇ ਨੇ ਨਾ ਸਿੰਘ ਨੇ ਸੋਚਿਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ ਉਹਨਾਂ ਨੇ ਉਹਦੀ ਘੋੜੇ ਨੂੰ ਹਾਂਜੀ ਅੱਡੀ ਮਾਰੀ ਵੀ ਘੋੜਾ ਭੱਜ ਜਾਏ ਹਾਂਜੀ ਤਾਰੀਖ ਦੇ ਵਿੱਚ ਹੁੰਦਾ ਤਾਰੀਖ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਹਾਂਜੀ 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 ਤੇ ਫਿਰ ਜੱਸਾ ਸਿੰਘ ਆਲੂ ਵਾਲੇ ਕਹਿੰਦਾ ਵੇਖੋ ਜਥੇਦਾਰ ਦੀ ਸੋਚ ਕੀ ਹੁੰਦੀ ਹੈ ਉਹ ਕਹਿੰਦੇ ਪੰਥ ਕਹੇ ਹਮ ਕੋ ਕਰ ਠੱਠਾ ਘੋੜ ਭਜਾਏ ਜਸਾਦ ਸਿੰਘ ਨਠਾ ਜੀ ਵੀ ਤੂੰ ਮੇਰੇ ਕੋਲੇ ਨੂੰ ਅੱਡੀ ਮਾਰ ਦਿੱਤੀ ਉਹ ਵੀ ਜੇ ਮੈਂ ਇਸ ਯੰਗ ਦੇ ਮੈਦਾਨ ਦੇ ਵਿੱਚੋਂ ਭੱਜ ਗਿਆ ਤੇ ਪੰਥ ਦੇ ਵਿੱਚ ਮੂੰਹ ਲੈ ਕੇ ਕਿਵੇਂ ਬੈਠਾਂਗਾ ਉਹ ਮੈਨੂੰ ਠੱਠਾ ਕਹੇਗਾ ਜੀ ਉਹ ਮੈਨੂੰ ਕਹੇਗਾ ਵੀ ਇਹ ਜਥੇਦਾਰ ਵੇਖੋ ਜਥੇਦਾਰ ਲਫ਼ਜ਼ ਬੜਾ ਵਧੀਆ ਬੜਾ ਕੀਮਤੀ ਲਫ਼ਜ਼ ਹੈ ਜਿਵੇਂ ਭਾਈ ਸਾਹਿਬ ਨੇ ਕਿਹਾ ਏ ਜਥੇ ਨੂੰ ਅਗਵਾਈ ਦੇਣ ਵਾਲਾ ਜੀ ਜਿਵੇਂ ਮੇਰੇ ਵੀਰ ਕੀਰਤਨੀ ਵੀਰ ਹੁੰਦੇ ਨੇ ਉਹਨਾਂ ਦਾ ਵੀ ਇੱਕ ਜਥੇਦਾਰ ਹੁੰਦਾ ਹੈ ਵੀ ਜਿਹੜਾ ਉਹਨਾਂ ਤਿੰਨਾਂ ਨੂੰ ਜਾਂ ਚੌ ਵੀਰਾਂ ਨੂੰ ਅਗਵਾਈ ਦਿੰਦਾ ਹੈ ਜੀ ਹੁਣ ਕੌਮ ਦਾ ਜਥੇਦਾਰ ਕੌਮ ਦੇ ਜਥੇਦਾਰ ਨੂੰ ਮਾਨਸਿਕ ਤੌਰ ਤੇ ਧਾਰਮਿਕ ਤੌਰ ਤੇ ਉਸ ਨੂੰ ਪੋਲੀਟੀਕਲ ਤੌਰ ਤੇ ਰਾਜਨੀਤਿਕ ਤੌਰ ਤੇ ਕਿਸੇ ਦਾ ਵੀ ਗੁਲਾਮ ਨਹੀਂ ਹੋਣਾ ਚਾਹੀਦਾ ਜਿਵੇਂ ਅਸੀਂ ਆਮ ਪੜਦੇ ਆਂ ਲਿਖਤਾਂ ਦੇ ਵਿੱਚ ਵੀ ਭਾਈ ਸਾਹਿਬ ਅਕਾਲੀ ਫੂਲਾ ਸਿੰਘ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜਾਛ ਨਾ ਛੱਡੀ ਬਿਲਕੁਲ ਆਮ ਲਿਖਤਾਂ 'ਚ ਮਿਲਦਾ ਹੈ ਸਾਨੂੰ ਵੀ ਆਪਾਂ ਪੜਦੇ ਆਂ ਜੀ ਜੀ ਹੁਣ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਉਣ ਵਾਲਾ ਭਾਈ ਅਕਾਲੀ ਅਕਾਲੀ ਗੁਰਲਾ ਸਿੰਘ ਇਸ ਲੈਵਲ ਦੀ ਸੋਚ ਰੱਖਣ ਵਾਲਾ ਬੰਦਾ ਹੋਵੇ ਜਿਹੜਾ ਭਾਵੇਂ ਅਗਲੇ ਬੰਨੇ ਕੋਈ ਹੋਵੇ ਕੋਈ ਲੀਡਰ ਹੋਵੇ ਬਾਦਲ ਹੋਵੇ ਕੋਈ ਕੈਪਟਨ ਹੋਵੇ ਅਸੀਂ ਕਿ ਇਹਨੇ ਵੀ ਅਸੀਂ ਜੇ ਬਾਦਲ ਦੀ ਗੱਲ ਕਰੀਏ ਅਸੀਂ ਆਪਾਂ ਕਿਸੇ ਦਾ ਨਾਮ ਲੈ ਕੇ ਜਿਹੜਾ ਚੈਨਲ ਦੇ ਉੱਤੇ ਕੋਈ ਗੱਲ ਉਹਦੇ ਵਾਸਤੇ ਉਹਦੇ ਵਾਸਤੇ ਆਪਾਂ ਗਰੇਜ ਕਰਾਂਗੇ ਬਿਲਕੁਲ ਹੁਣ ਕੋਈ ਸਰਕਾਰ ਹੋਵੇ ਤੇ ਕਿਸੇ ਸਰਕਾਰ ਦਾ ਕੋਈ ਲੀਡਰ ਹੋਵੇ ਭਾਵੇਂ ਕੋਈ ਆਪਣੇ ਨੂੰ ਪੰਥਕ ਸਰਕਾਰ ਅਖਵਾਉਂਦੀ ਹੈ ਵੇ ਜਾਂ ਦੂਸਰਾ ਧੜਾ ਇਹਦਾ ਮਤਲਬ ਇਹ ਨਹੀਂ ਵੀ ਜੇ ਅਸੀਂ ਆਪਣੀ ਜਿਹੜੀ ਖੌਤੀ ਪੰਥਰ ਸਕਾਰ ਦੇ ਖਿਲਾਫ ਬੋਲਦੇ ਨੇ ਤੇ ਦੂਜਾ ਧੜਾ ਜਿਹੜਾ ਏ ਅਸੀਂ ਉਹਦੀ ਸਪੋਰਟ ਕਰਦੇ ਹਾਂ ਅਸੀਂ ਸਿਰਫ ਉਸ ਧੜੇ ਦੀ ਸਪੋਰਟ ਕਰਦੇ ਹਾਂ ਜਿਹੜਾ ਗੁਰੂ ਦਾ ਧੜਾ ਏ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਧੜਾ ਏ ਹਾਂ ਉਸ ਗੁਰੂ ਗ੍ਰੰਥ ਸਾਹਿਬ ਦੇ ਧੜੇ ਨੂੰ ਅੱਗੇ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਉਹ ਸੋਚ ਨੂੰ ਅੱਗੇ ਲੈ ਕੇ ਚੱਲ ਰਿਹਾ ਹਾਂ ਉਹਦੀ ਸਪੋਰਟ ਉਹਦੇ ਹੱਕ 'ਚ ਜਿਹੜੇ ਨਰੇ ਆ ਮਾਰਨਾ ਸਾਡਾ ਫਰਜ਼ ਬਣਦਾ ਹੈ ਜਥੇਦਾਰ ਵੀ ਐਸੋ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਆ ਸੋਚ ਹੋਵੇ ਆਜ਼ਾਦ ਮਾਨਸਿਕਤਾ ਹੋਵੇ ਕਿਉਂਕਿ ਮਰਬਾਣੀ ਦਾ ਕਨਸੈਪਟ ਆ ਤਖਤ ਬਹੇ ਤਖਤੇ ਦੇ ਲਾਇਕ ਤੇ ਦੂਜੇ ਪਾਸੇ ਜਦੋਂ ਆਪਾਂ ਗੁਰਬਾਣੀ ਦੀ ਸਟੱਡੀ ਕਰਨੇ ਆ ਉਹ ਜਿਹੜੇ ਬਿਲਕੁਲ ਕਲੀਅਰ ਜਿਹੜੇ ਸ਼ਬਦ ਮਿਲਦੇ ਆ ਅੰਧਾ ਅਗੂ ਜੇਥੀਏ ਕਿ ਆਪਾਂ ਅਧਰ ਜਾਣੇ ਵੀ ਜਿਹੜਾ ਆਪ ਹੀ ਅੱਖਾਂ ਜਿਹਦੀਆਂ ਨਹੀਂ ਹੈਗੀਆਂ ਉਹ ਸਮਾਜਿਕ ਤੌਰ ਤੇ ਉਹ ਜਿਹੜਾ ਆ ਵਿਦਿਅਕ ਤੌਰ ਤੇ ਉਹ ਬੰਦਾ ਪੋਲਿਟੀਕਲ ਤੌਰ ਤੇ ਇੰਨੀ ਸੋਝਵਾਂ ਨਹੀਂ ਹੈਗਾ ਤੇ ਉਹ ਕਿੱਦਾਂ ਕਿਸੇ ਨੂੰ ਲੀਡ ਕਰ ਸਕਦਾ ਇਹ ਗੱਲਾਂ ਜਿਹੜੀਆਂ ਆ ਬਿਲਕੁਲ ਸਾਡੇ ਸਾਹਮਣੇ ਤੇ ਕਲੀਅਰ ਨੇ ਆਪਾਂ ਆਪਣੇ ਟੌਪਿਕ ਵੱਲ ਆਈਏ ਵੀ ਹੁਣ ਜਿਹੜੀਆਂ ਮੀਡੀਏ ਦੇ ਵਿੱਚ ਸਰਦਾਰ ਬਲਵੰਤ ਸਿੰਘ ਰਾਜੋਆਣੇ ਦੀਆਂ ਕੁਝ ਚਿੱਠੀਆਂ ਜਿਹੜੀਆਂ ਆਪਾਂ ਸਾਰੇ ਪੜਨੇ ਆਪਏ ਉਹ ਚੜ੍ਹਦੀ ਕਲਾ ਦਾ ਸਬੂਤ ਆ ਹਾਂਜੀ ਪਰ ਦੂਜੇ ਪਾਸੇ ਜਦੋਂ ਸੰਤ ਸਮਾਜ ਮੈਂ ਇਹ ਕੁਐਸਚਨ ਜਿਹੜਾ ਆ ਇੱਥੇ ਕਰਨਾ ਜ਼ਰੂਰੀ ਸਮਝਦਾ ਆ ਵੀ ਜਦੋਂ ਸੰਤ ਸਮਾਜ ਗਿਆ ਇੱਕ ਪਾਸੇ ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਸਪੈਸ਼ਲੀ ਤੌਰ ਤੇ ਉਹਨਾਂ ਨੂੰ ਕਿਹਾ ਵੀ ਮੈਂ ਉਹਨਾਂ ਨੂੰ ਮਿਲਣਾ ਚਾਹਣਾ ਪਰ ਦੂਜੇ ਪਾਸੇ ਇੱਕ ਆਪਣਾ ਜਿਹੜਾ ਸੰਤ ਸਮਾਜ ਸੀਗਾ ਜਿਨ੍ਹਾਂ ਦੀ ਗਿਣਤੀ ਬਹੁਤਾਤ ਦੇ ਵਿੱਚ ਆ ਪੰਜਾਬ ਦੇ ਵਿੱਚ ਪਰ ਫਿਰ ਉਹਨਾਂ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ ਪਰ ਦੂਜੇ ਪਾਸੇ ਉਹ ਸਾਡਾ ਸੰਤ ਸਮਾਜ ਹੁਣ ਤੱਕ ਇਹ ਗੱਲ ਕਹਿੰਦਾ ਹੈ ਵੀ ਅਸੀਂ ਪੰਥ ਨੂੰ ਲੀਡ ਕਰਨੇ ਆ ਅਸੀਂ ਹਰ ਸਾਲ ਜਿਹੜਾ ਆ ਇਹਨਾਂ ਪ੍ਰਚਾਰ ਤੋਂ ਬਾਅਦ ਸਾਡੇ ਇੰਨਾ ਅੰਮ੍ਰਿਤਪਾਣ ਪ੍ਰਾਣੀ ਕਰਦੇ ਆ ਹੂੰ ਹੂੰ ਉਹਨਾਂ ਦਾ ਉਸ ਸੰਤ ਸਮਾਜ ਨੂੰ ਜਿਹੜਾ ਉਹ ਸੰਤ ਸਮਾਜ ਆ ਉਹਨਾਂ ਨੂੰ ਨਾਂ ਮਿਲਣ ਦਾ ਕੀ ਕਾਰਨ ਸੀਗਾ ਵੇਖੋ ਉਹਦੇ ਵਿੱਚ ਨਾ ਇੱਕ ਬੜੀ ਵਧੀਆ ਗੱਲ ਸਮਝਣ ਵਾਲੀ ਹੈ ਜੀ ਕਿ ਭਾਈ ਸਾਹਿਬ ਕਿਉਂ ਨਹੀਂ ਮਿਲੇ ਉਹਨਾਂ ਵੀਰਾਂ ਨੂੰ ਜੀ ਮੈਂ ਉਹਨਾਂ ਨੂੰ ਵੀਰ ਕਹਾਵਾਂਗਾ ਵੇਖੋ ਸੰਤ ਸ਼ਬਦ ਬੜਾ ਕੀਮਤੀ ਹੈਵੇਂ ਹਰ ਇੱਕ ਨਾ ਨਾ ਲਾਇਆ ਕਰੀ ਆਪਾਂ ਜੀ ਉਹ ਉਹਨਾਂ ਵੀਰਾਂ ਨੂੰ ਕਿਉਂ ਨਹੀਂ ਮਿਲੇ ਭਾਈ ਸਾਹਿਬ ਨੰਬਰ 1 ਜਦੋਂ ਅਸੀਂ ਭਾਈ ਪ੍ਰਲਾਦ ਦਾ ਲਿਖਿਆ ਆ ਦੋਰਾ ਜੀ ਪੜਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਜ਼ਬਾਤਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਲਿਖਿਆ ਵੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਤਵੇ ਚਲਾਇਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੀ ਹੁਣ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਹੈ ਤਵੇ ਚਲਾਇਓ ਸੰਤ ਸਮਾਜ ਨਹੀਂ ਠੀਕ ਹੈ ਹੁਣ ਭਾਈ ਬਲਵੰਤ ਸਿੰਘ ਰਾਜੋਵਾਲਾ ਜਿਹੜਾ ਹੈ ਉਹ ਇੱਕ ਪੰਥਕ ਹੈ ਹਾਂਜੀ ਹਾਂਜੀ ਉਹਦੀ ਪੰਥਕ ਸੋਚ ਹੈ ਜੀ ਜੀ ਇਸ ਕਰਕੇ ਉਹ ਅਕਾਲ ਤਖਤ ਦੇ ਝੰਡੇ ਨੂੰ ਵੀ ਬਰਕਰਾਰ ਰੱਖਣਾ ਚਾਹੁੰਦਾ ਹੈ ਤੇ ਨਾਲ ਅਕਾਲ ਤਖਤ ਦੇ ਝੰਡੇ ਨੂੰ ਬਰਕਰਾਰ ਰੱਖਦਾ ਹੋਇਆ ਉਹਦਾ ਮਤਲਬ ਇਹ ਨਹੀਂ ਕਿ ਕਿਸੇ ਇੰਡੀਵੀਜੂਅਲ ਨੂੰ ਕਿਸੇ ਪਰਸਨੈਲਿਟੀ ਨੂੰ ਜੀ ਉਹ ਵੈਲਿਊ ਕਰ ਰਿਹਾ ਹੈ ਨਹੀਂ ਉਹਨੇ ਅਕਾਲ ਤਖਤ ਦੇ ਝੰਡੇ ਨੂੰ ਬਰਕਰਾਰ ਰੱਖਣ ਵਾਸਤੇ ਉਸ ਇੰਸਟੀਟਿਊਸ਼ਨ ਨੂੰ ਕਿਉਂਕਿ ਅਸੀਂ ਨਾ ਨਾ ਜਾਣਦੇ ਹੋਏ ਅਸੀਂ ਇੰਸਟੀਟਿਊਸ਼ਨਲ ਡਿਸਟਰਕਸ਼ਨ ਕਰ ਪੈਨੇ ਜਿਹੜੀ ਕਿ ਬੜੀ ਖਤਰਨਾਕ ਗੱਲ ਹੈਗੀ ਸਾਡੇ ਵਿੱਚ ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਸਾਡਾ ਉਹ ਇੱਕ ਸਾਡਾ ਇਹੋ ਜਿਹਾ ਇੰਸਟੀਟਿਊਸ਼ਨ ਹੈ ਜਿੱਥੇ ਬੈਠ ਕੇ ਕਾਲ ਦਾ ਮਤਲਬ ਵੈਸੇ ਉਹ ਸਿਧਾਂਤ ਜਿਹੜਾ ਸਮੇਤੋਂ ਰਹਤ ਹੈ ਹਾਂਜੀ ਹਾਂਜੀ ਕਾਲ ਦਾ ਕਾਲ ਤੱਕ ਜਿਹੜਾ ਹੈ ਨਾ ਉਹ ਸਿਧਾਂਤ ਜਿਹੜਾ ਸਮੇਤੋਂ ਰਹਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਸਮੇਤੋਂ ਰਹਤ ਹੈ ਆਵਾਜ਼ ਸੱਚ ਹੈ ਜਗਤ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਹੈ ਜੀ ਜੀ ਠੀਕ ਹੈ ਨਾ ਹੁਣ ਉਸ ਸਿਧਾਂਤ ਨੂੰ ਪ੍ਰਚਾਰਨ ਵਾਸਤੇ ਉਸ ਬਿਲਡਿੰਗ ਨੂੰ ਵਰਤਣਾ ਉਸ ਬਿਲਡਿੰਗ ਦਾ ਨਾਮ ਰੱਖਿਆ ਗਿਆ ਜੀ ਇਹ ਉਹ ਤਖਤ ਹੈ ਜਿੱਥੇ ਅਕਾਲ ਦਾ ਸਿਧਾਂਤ ਲਾਗੂ ਕੀਤਾ ਜਾਂਦਾ ਹੈ ਇਸ ਕਰਕੇ ਉਸ ਨੂੰ ਅਸੀਂ ਅਕਾਲ ਤਖਤ ਕਹਿੰਦੇ ਸਾਡੇ ਦੇਵ ਦੇ ਵਿੱਚ ਉਹਦੀ ਜਿਹੜੀ ਇੱਜ਼ਤ ਹੈ ਜੀ ਦੇ ਵਿੱਚ ਉਹਦੀ ਇੱਜ਼ਤ ਹੈ ਉਹ ਤਖਤ ਹੈ ਸਾ ਹੁਣ ਉਹਨੂੰ ਗੁਰੂ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਉੱਥੇ ਰਵਾਇਤ ਤੋੜੀ ਗਈ ਵੀ ਇੱਥੇ ਸੰਗਤ ਦੇ ਵਿੱਚ ਬੰਦਾ ਪੇਸ਼ ਹੋਵੇ ਹਾਂਜੀ ਹਾਂਜੀ ਸਾਰੇ ਪੰਥ ਦੇ ਸਾਡੇ ਇਹ ਮੈਂ ਨਹੀਂ ਕਹਿੰਦਾ ਇਹ ਮਰਿਆਦਾ ਵੀ ਕਹਿੰਦੀ ਹੈ ਪੰਥਕ ਰਹਿਤ ਮਰਿਆਦਾ ਪੜੋ ਜਦੋਂ ਪੰਥਕ ਰਹਿਤ ਮਰਿਆਦਾ ਪੜਦੇ ਉਹਦੇ ਵਿੱਚ ਅਸੀਂ ਜਾ ਕੇ ਪੜਾਂਗੇ ਵੀ ਤਨਖਾਹ ਲਾਉਣ ਦੀ ਵਿਧੀ ਕੀ ਹੈ ਹਾਂਜੀ ਤਰਖਾ ਲਾਉਣ ਦੀ ਵਿਧੀ ਕਿ ਆ ਵੀ ਸੰਗਤ ਦੇ ਵਿੱਚ ਬੰਦਾ ਪੇਸ਼ ਹੋਵੇ ਆਪਣੇ ਆਪ ਨੂੰ ਗਿਲਟੀ ਮੰਨਦਾ ਹੋਵੇ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਤੇ ਸੰਗਤ ਚੋਂ ਪੰਜ ਬੰਦੇ ਉੱਠ ਕੇ ਉਸ ਬੰਦੇ ਨੂੰ ਕਹਿਣ ਛੋਟੀ ਮੋਟੀ ਸੇਵਾ ਲਾ ਦੇਣਾ ਕਿਉਂਕਿ ਉਹ ਗਿਲਟੀ ਮੰਨ ਚੁੱਕਾ ਹੈ ਜਿਹੜਾ ਬੰਦਾ ਗਿਲਟੀ ਮੰਨ ਚੁੱਕਾ ਹੈ ਨਾ ਉਹਨੂੰ ਉਹਨੂੰ ਸਿਰਫ ਅਹਿਸਾਸ ਹੋ ਚੁੱਕਾ ਹੈ ਵੀ ਮੈਂ ਹੁਣ ਗਲਤਾਂ ਤੇ ਸੰਗਤ ਦੇ ਵਿੱਚੋਂ ਪੰਜ ਬੰਦੇ ਕੋਈ ਵੀ ਉੱਠ ਕੇ ਜੀ ਬਿਲਕੁਲ ਬਿਲਕੁਲ ਉਹਨੂੰ ਉਹਨੂੰ ਸੇਵਾ ਲਾ ਦੇਣਾ ਵੀ ਭਾਈ ਸਾਹਿਬ ਤੁਸੀਂ ਆ ਕਰਨਾ ਹੈ ਹਾਂਜੀ ਹਾਂਜੀ ਇਹ ਸੰਗਤ ਜੋ ਪੰਜ ਬੰਦਿਆਂ ਦੀ ਗੱਲ ਸੀ ਜੀ ਹੁਣ ਜਿਨ੍ਹਾਂ ਪੰਜਾਂ ਦਾ ਕਨਸੈਪਟ ਅਹੀਂ ਲੈ ਲਿਆ ਉਹ ਤੇ ਹੈ ਸੋ ਇਹ ਕਰਕੇ ਅਸੀਂ ਪੰਥਕ ਮर्यादा ਤੋਂ ਦੂਰ ਜਾ ਚੁੱਕੇ ਹੁਣ ਪਾਈ ਬਲਵੰਤ ਸਿੰਘ ਰਾਜੋਵਾਨੀ ਦੇ ਚਿੱਠੀਆਂ ਪੜੋ ਹੁਣ ਆਪਾਂ ਜਦੋਂ ਉਹਨਾਂ ਦੇ ਚਿੱਠੀਆਂ ਦੀ ਗੱਲ ਕਰਦੇ ਆ ਉਹਨਾਂ ਦੀਆਂ ਚਿੱਠੀਆਂ ਦੇ ਵਿੱਚੋਂ ਜਿਹੜੀ ਜਿਹੜਾ ਪੰਥਕ ਦਰਦ ਝਲਕਦਾ ਹੈ ਉਦੋਂ ਤੋਂ ਇਹ ਗੱਲ ਕਲੀਅਰ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਨੇ ਲੇਕਿਨ ਕਿਸੇ ਇੰਡੀਵਿਜੂਅਲ ਨੂੰ ਨਹੀਂ ਯਕੀ ਤੁਸੀਂ ਪਹਿਲਾਂ ਜਿਹੜੀ ਗੱਲ ਕੀਤੀ ਨਾ ਖਾਲਸੇ ਦੀ ਡੈਫੀਨੇਸ਼ਨ ਉਹਦੇ ਚ ਮੀਡਲਮੈਨ ਤੇ ਤੁਸੀਂ ਉਹ ਜਦੋਂ ਖਾਲਸੇ ਦੀ ਆਪਾਂ ਡੈਫੀਨੇਸ਼ਨ ਕਹਿੰਦੇ ਆ ਨਾ ਖਾਲਸੇ ਦੀ ਜਦੋਂ ਪਰਭਾਸ਼ਾ ਆਪਾਂ ਸਮਝਦੇ ਆ ਉਹ ਚ ਮੀਡਲਮੈਨ ਨੂੰ ਖਤਮ ਕੀਤਾ ਦੇਖੋ ਕਾਹ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਨੀ ਹੁਣ ਖਾਲਸਾ ਉਹ ਸ਼ਬਦ ਹੈ ਜਿਹਨੂੰ ਭਗਤ ਕਬੀਰ ਵੀ ਵਰਤ ਰਹੇ ਨੇ ਹਾਂਜੀ ਹਾਂਜੀ ਭਗਤ ਕਬੀਰ ਖਾਲਸੇ ਸ਼ਬਦ ਨੂੰ ਵਰਤ ਰਹੇ ਨੇ ਹਾਂਜੀ ਹਾਂਜੀ ਲੇਕਿਨ ਉਹਦਾ ਕੰਡੀਸ਼ਨ ਹੈ ਕਾਹ ਕਬੀਰ ਜਨ ਭੈ ਖਾਲਸੇ ਕੌਣ ਭਗਤ ਪ੍ਰੇਮ ਭਗਤ ਜੈ ਜਾਨੀ ਜੀ ਜਿਹਨਾਂ ਨੇ ਪ੍ਰੇਮਾ ਭਗਤੀ ਸਮਝ ਲਈ ਜਿਹਨਾਂ ਨੇ ਉਸ ਸੱਚ ਦੇ ਸਿਧਾਂਤ ਨੂੰ ਸਮਝ ਲਿਆ ਉਹਨੂੰ ਖਾਲਸੇ ਕਹਿੰਦੇ ਨੇ ਇੱਕ ਦੇ ਨਾਲ ਜੁੜ ਗਏ ਜਿਹੜੇ ਉਸ ਇੱਕ ਦੇ ਨਾਲ ਜਿਹਨਾਂ ਦਾ ਕਨੈਕਸ਼ਨ ਉਹਦੇ ਨਾਲ ਅਕਾਲ ਪੁਰਖ ਦੇ ਨਾਲ ਹੋ ਗਿਆ ਉਹਨਾਂ ਨੂੰ ਖਾਲਸੇ ਕਹਿੰਦੇ ਨੇ ਭਗਤ ਕਬੀਰ ਜੀ ਕਹਿ ਰਹੇ ਨੇ ਹੁਣ ਉਸੇ ਅਕਾਲ ਦਾ ਕਨਸੈਪਟ ਜਿਹੜਾ ਵਾ ਜਿਹਨੂੰ ਅਕਾਲ ਬੁੰਗਾ ਪਹਿਲਾਂ ਕੀ ਕਿਹਾ ਜਾਂਦਾ ਸੀ ਇਹ ਨਾਮ ਜਦੋਂ ਆਪਾਂ ਤਾਰੀਖ ਪੜ੍ਹ ਤਾਰੀਖ ਤੋਂ ਸਾਨੂੰ ਪਤਾ ਲੱਗਦਾ ਹੈ ਉਸ ਤੋਂ ਬਾਅਦ ਅਕਾਲ ਤਖਤ ਦੇ ਰੂਪ ਦੇ ਵਿੱਚ ਅਸੀਂ ਅੱਜ ਮੰਨਦੇ ਹਾਂ ਲੇਕਿਨ ਉਹਦਾ ਮਤਲਬ ਪਿਛੇ ਸਿਧਾਂਤ ਦਾ ਏ ਹੁਣ ਜਿੰਨੇ ਫੈਸਲੇ ਉੱਥੇ ਹੁੰਦੇ ਨੇ ਇਹ ਪਿੱਛੇ ਇੱਕ ਨਿਖਾਜਾ ਕਮਰਾ ਬਣਾਇਆ ਹੈ ਮੈਂ ਇੱਥੇ ਇੱਕ ਜਿਹੜੀ ਗੱਲ ਇਹਦੇ ਨਾਲ ਰਿਲੇਟ ਜਿਹੜਾ ਹੈ ਕੁਐਸਚਨ ਹੈ ਇੱਕ ਵੀ ਜਦੋਂ ਅਕਾਲ ਤਖਤ ਤੇ ਜਿਹੜੀਆਂ 250 ਜਥੇਬੰਦੀਆਂ ਆਪਾਂ ਸਾਰੇ ਜਾਣਦੇ ਆ ਵੀ ਇਹਨਾਂ ਨੇ ਆਪ ਸੱਦਿਆ ਉਹਨਾਂ ਨੂੰ ਵੀ ਤੁਸੀਂ ਆ ਕੇ ਆਪੋ ਆਪਣੇ ਵਿਚਾਰ ਦਿਓ ਹਾਂਜੀ ਵੀ ਆਪੋ ਆਪਣੇ ਵਿਚਾਰ ਦੇ ਕੇ ਕੁਝ ਆਪਾਂ ਰਲ ਮਿਲ ਕੇ ਇੱਕ ਪਲੇਟਫਾਰਮ ਤੇ ਬੈਠ ਕੇ ਕੁਝ ਇੱਕ ਵਿੱਚ ਦਾ ਜਿਹੜਾ ਸਾਂਝਾ ਫੈਸਲਾ ਲੈ ਲਈਏ ਪੰਥ ਨੇ ਹਾਂਜੀ 250 ਜਥੇਬੰਦੀਆਂ ਉੱਥੇ ਪਹੁੰਚੀਆਂ ਚੈਨਲ ਲਾਈਵ ਉਸ ਚੀਜ਼ ਨੂੰ ਕਵਰ ਕਰਦਾ ਸੀਗਾ ਪਿਆ ਪਰ ਬਾਅਦ ਦੇ ਵਿੱਚ ਉਸ ਅਕਾਲ ਤਖਤ ਨੂੰ ਜਿਹਨੂੰ ਭਾਈ ਸਾਹਿਬ ਜੀ ਸਮਰਪਿਤ ਆ ਉਥੋਂ ਕੁਝ ਏਦਾਂ ਦਾ ਵੇਖਣ ਨੂੰ ਮਿਲਿਆ ਕਿ ਕੋਈ ਸਕਤਰੇਤੀਆਂ ਕੋਈ ਕਮਰਾ ਕਹਿੰਦੇ ਸੀਗੇ ਮੈਂ ਉਹਨੂੰ ਚੰਗੀ ਤਰ੍ਹਾਂ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਹੈਗਾ ਵੀ ਉੱਥੇ ਕਹਿੰਦੇ ਜਥੇਦਾਰਾ ਸਾਹਿਬ ਨੇ ਬੁਲਾਇਆ ਜਥੇਦਾਰ ਸਾਹਿਬਾਨ ਨੇ ਇਹ ਕਿੱਥੋਂ ਤੱਕ ਸੱਚ ਆ ਵੇਖੋ ਗੱਲ ਇਹ ਆ ਵੀ ਮੈਂ ਵੀ ਸਿੱਖ ਚੈਨਲ ਤੇ ਦੇਖਿਆ ਏ ਹਾਂਜੀ ਜਦੋਂ ਅਕਾਲ ਤਖਤ ਵੇਖੋ ਬੜਾ ਵਧੀਆ ਰੋਲ ਉਹਨਾਂ ਨੇ ਪਲੇ ਕੀਤਾ ਹੈ ਹਾਂਜੀ ਕੁਝ ਸਮੇਂ ਆਸਤੇ ਏਦਾਂ ਲੱਗਾ ਵੀ ਜਿੱਦਾਂ ਉਹਨਾਂ ਨੇ ਮਤਲਬ ਇੱਕ ਹੱਥ ਦੇ ਵਿੱਚ ਮਸ਼ਾਲ ਲੈ ਲਈ ਹੈ ਕਾਲੀ ਫੂਲਾ ਸਿੰਘਾਂ ਨੂੰ ਵੀ ਸਾਰੇ ਜਥੇਬੰਦੀਆਂ ਵਾਲੇ ਸਾਨੂੰ ਸੁਨੇਹਾ ਭੇਜਣ ਸਾਨੂੰ ਮੈਸੇਜ ਭੇਜਣ ਸਾਨੂੰ ਦੱਸਣ ਸਲਾਹ ਦੇਣ ਐਡਵਾਈਸ ਦੇਣ ਵੀ ਕੀ ਕਰਨਾ ਚਾਹੀਦਾ ਹਾਂਜੀ ਹਾਂਜੀ ਤੇ ਜਥੇਬੰਦੀਆਂ 250 ਜਥੇਬੰਦੀ ਉੱਥੇ ਪਹੁੰਚੀ ਮੈਂ ਸਿੱਖ ਚੈਨਲ ਤੇ ਦੇਖ ਰਿਹਾ ਸੀ ਜੋ ਉੱਥੇ ਵਰਤਾਰਾ ਹੋਇਆ ਮੈਂ ਉਹਦੀ ਰੈਫਰੈਂਸ ਲੈ ਕੇ ਗੱਲ ਕਰ ਰਿਹਾ ਹਾਂ ਹੁਣ ਜਦੋਂ ਸਾਰੀਆਂ ਜਥੇਬੰਦੀਆਂ ਪਹੁੰਚ ਗਈਆਂ ਉੱਥੇ ਹੁਣ ਇਹ ਜਿੰਨੇ ਭਾਈ ਸਾਹਿਬ ਨੇ ਇੱਕ ਕਮਰੇ ਚ ਵੜ ਕੇ ਬੈਠੇ ਨੇ ਪਿੱਛੇ ਹਾਂਜੀ ਉਹ 70 ਦਾ ਕਮਰਾ ਹੈ ਜਿੱਦੇ ਵਿੱਚ ਬੜ ਕੇ ਬੈਠੇ ਨੇ ਹੁਣ ਸੱਦਿਆ ਤੁਸੀਂ ਜਥੇਬੰਦੀਆਂ ਨੂੰ ਸਾਰੀਆਂ ਨੂੰ 250 ਜਥੇਬੰਦੀ ਹੈ ਉਹਨਾਂ ਦਾ ਜਿੰਨਾ ਵੀ ਤੁਸੀਂ ਉਹਨਾਂ ਦਾ ਜੋ ਵੀ ਸੋਨਾ ਹੈ ਜੋ ਮੈਮੋਰੰਡਮ ਲੈ ਕੇ ਆਏ ਨੇ ਉਹ ਸਾਹਮਣੇ ਬਹਿ ਕੇ ਕਰੋ ਬਿਲਕੁਲ ਕਿਉਂਕਿ ਮਸਲਾ ਸੰਗਤ ਦਾ ਹੈ ਕਿਸੇ ਇਕੱਲੇ ਦਾ ਨਹੀਂ ਅੱਜ ਭਾਈ ਬਲਵੰਤ ਸਿੰਘ ਅਮਾਮ ਦੀ ਦੁਨੀਆ ਦੀ ਆਵਾਜ਼ ਬਣ ਚੁੱਕਾ ਹੈ ਅਸੀਂ ਉਸ ਆਵਾਜ਼ ਦੀ ਗੱਲ ਕਰ ਰਹੇ ਹਾਂ ਇੱਥੇ ਕੋਈ ਪਰਸਨਲ ਇਸ਼ੂ ਲੈ ਕੇ ਤੇ ਆ ਨਹੀਂ ਰਹੇ ਅਸੀਂ ਹੁਣ ਦੂਸਰੀ ਗੱਲ ਵੇਖੋ ਅਕਾਲ ਤਖਤ ਉਸ ਇੰਸਟੀਚਿਊਸ਼ਨ ਦਾ ਡਿਸਟਰਕਸ਼ਨ ਕਿਵੇਂ ਹੋ ਰਿਹਾ ਹੈ ਉਹ ਕਮਰਾ ਆਪ ਬਣਾਇਆ ਗਿਆ ਹੈ ਤਾਂ ਕਿ ਉਸ ਕਮਰੇ ਦੀ ਹੋਂਦ ਨੂੰ ਅੱਗੇ ਲੈ ਜਾਂਦਾ ਜਾਵੇ ਉਹ ਕਮਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰਾਜੀਨਾਮੇ ਸਮਝੌਤੇ ਕੀਤੇ ਜਾਂਦੇ ਨੇ ਰੈਫਰੈਂਸ ਅਖਬਾਰ ਹੈਗੀ ਜਿ ਪਰਦੇਆਂ ਦੇ ਵਿੱਚ ਕਾਫੀ ਕੁਝ ਜਿੱਦਾਂ ਜਦੋਂ ਅਸੀਂ ਮੀਡੀਆ 'ਚ ਪੜਦੇ ਸਾਨੂੰ ਪਤਾ ਲੱਗਦਾ ਹੈ ਜੀ ਤੇ ਤਰ੍ਹਾਂ ਤਰ੍ਹਾਂ ਦੇ ਸਮਝੌਤੇ ਹੋਏ ਵੀ ਉੱਥੇ ਗਰੇਜ਼ ਕਰੀਦਾ ਹੈ ਮੀਡੀਆ 'ਚ ਨਾਲ ਲੈਣ ਤੋਂ ਹੁਣ ਉੱਥੇ ਬੜੇ ਬੜੇ ਵੱਡੇ ਸਮਝੌਤੇ ਹੁੰਦੇ ਨੇ ਕਮਰਿਆਂ ਦੇ ਵਿੱਚ ਪਰ ਅਸਲ ਬੰਦਾ ਜਿਹੜਾ ਜਾਗਦੀ ਜ਼ਮੀਰ ਵਾਲਾ ਵਾ ਉਹਨਾਂ ਕਮਰਿਆਂ ਚ ਨਹੀਂ ਜਾਂਦਾ ਜੀ ਉਹ ਕਹਿੰਦਾ ਵੀ ਜੇ ਮੇਰੀ ਗਲਤੀ ਹੈ ਤਾਂ ਤੂੰ ਇੱਥੇ ਆ ਪੰਥ ਨੇ ਇਹ ਗੱਲ ਕਹੀ ਵੀ ਅਸੀਂ ਲੈ ਕੇ ਆਏ ਆ ਤੇਰੇ ਕੋਲ ਭਾਈ ਬਲਵੰਤ ਸਿੰਘ ਦਾ ਮਸਲਾ ਤੁਸੀਂ ਪਿਛੇ ਤੁਰੇ ਫਿਰਦੇ ਜੇ ਫਿਰ ਭਾਈ ਬਲਵੰਤ ਸਿੰਘ ਦੀ ਜਿਹੜੀਆਂ ਲਿਖਤਾਂ ਵਿੱਚੋਂ ਇਹ ਗੱਲ ਕਲੀਅਰ ਹੁੰਦੀ ਆ ਵੀ ਉਹ ਜਿਹੜੀ ਅਕਾਲ ਤਖਤ ਆ ਉਹਨੂੰ ਸਿੱਖੀ ਦੀ ਸਰਵੋੱਚ ਅਦਾਲਤ ਮੰਨਦੇ ਆਪਾਂ ਤੇ ਜਿਹੜੇ ਅਦਾਲਤਾਂ ਦੇ ਫੈਸਲੇ ਹੁੰਦੇ ਆ ਆਪਾਂ ਸਾਰਿਆਂ ਨੂੰ ਪਤਾ ਆ ਵੀ ਕੋਰਟ ਦੇ ਵਿੱਚ ਸਾਰਿਆਂ ਦੇ ਸਾਹਮਣੇ ਜਿਹੜੀਆਂ ਗੱਲਾਂ ਹੁੰਦੀਆਂ ਆ ਜਿਹੜੀ ਗੱਲਬਾਤ ਆ ਪਰ ਦੂਜੇ ਪਾਸੇ ਜਿਹੜਾ ਉਹ ਆਪਾਂ ਕਮਰੇ ਵਾਲੀ ਗੱਲ ਕਰ ਰਹੇ ਹਾਂ ਨੂੰ ਵੇਖੋ ਉਹ ਕਮਰਾ ਕਿ ਜੱਜ ਦਾ ਘਰ ਹੈ ਹਾਂਜੀ ਤੇ ਕੋਈ ਵੀ ਫੈਸਲਾ ਜੱਜ ਘਰੇ ਬੈ ਕੇ ਨਹੀਂ ਕਰਦਾ ਅੱਜ ਤੱਕ ਨਹੀਂ ਹੋਇਆ ਨੰਬਰ ਨੰਬਰ 1 ਤੇ ਉਹ ਵੇਖੋ ਇਹ ਕਨਸੈਪਟ ਕਿੱਥੋਂ ਆ ਰਿਹਾ ਹੈ ਅੱਜ ਦੀ ਅਦਾਲਤ ਜਿਹੜਾ ਕਨਸੈਪਟ ਲੈ ਰਹੀ ਨਾ ਕਿ ਜੋ ਜੱਜ ਫੈਸਲਾ ਕਰੇਗਾ ਨਾ ਉਹ ਸਾਹਮਣੇ ਬਹਿ ਕੇ ਦੁਨੀਆ ਦੇ ਵਿੱਚ ਕਰੇਗਾ ਉਹਦੀ ਅਦਾਲਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਦੇ ਬੈਠੇ ਹੋਣਗੇ ਜੀ ਫੈਸਲਾ ਕਰੇਗਾ ਉਹਨਾਂ ਦੇ ਸਾਹਮਣੇ ਸਾਹਮਣੇ ਕਰੇਗਾ ਕਿਉਂ ਕਰੇਗਾ ਕਿਉਂਕਿ ਉੱਥੇ ਉਹ ਕਿਸੇ ਦੀ ਫੇਵਰ ਨਹੀਂ ਕਰ ਸਕਦਾ ਜਾ ਨਾ ਕਿਸੇ ਦੇ ਅਗੇਂਸਟ ਹੋ ਸਕਦਾ ਉਹਨੂੰ ਲਾਜ਼ ਹੋਏਗੀ ਸਾਹਮਣੇ ਹਾਂਜੀ ਗੁਰੂ ਦਾ ਸਦਾਤ ਹੈਗਾ ਬੜਾ ਵਧੀਆ ਵਿੱਚ ਸੰਗਤ ਹਰ ਪ੍ਰਭ ਹਰ ਪ੍ਰਭ ਵਸੇ ਜੀ ਵਸੇ ਜੀ ਹੁਣ ਸੰਗਤ ਦੇ ਵਿੱਚ ਰੱਬ ਵਸਦਾ ਦੱਸਿਆ ਉਹਨਾਂ ਨੇ ਹਾਂਜੀ ਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਗੁਰੂ ਪਾਸ਼ਾ ਜੀ ਤੁਹਾਡੇ ਦਰਸ਼ਨ ਕਿੱਥੋਂ ਕਰੀਏ ਤੇ ਕਹਿੰਦੇ ਨੇ ਆਤਮਾ ਗ੍ਰੰਥ ਮੈਂ ਸਰੀਰ ਪੰਥ ਮੈਂ ਹੁਣ ਪੰਥ ਨੂੰ ਸੰਗਤ ਨੂੰ ਕਿੱਡੀ ਜ਼ਬਰਦਸਤ ਕਿੱਡੀ ਵਧੀਆ ਵੈਲਿਊ ਗੁਰੂ ਨੇ ਦਿੱਤੀ ਹੈ ਕਿ ਜਿਹੜਾ ਵੀ ਫੈਸਲਾ ਹੈ ਨਾ ਇਸ ਸੰਗਤ ਦੇ ਵਿੱਚ ਇੱਥੇ ਆਣ ਕੇ ਸਾਡੇ ਜਿਹੜੇ ਜਮੀਰ ਹੈ ਨਾ ਆਮ ਤੁਸੀਂ ਗੁਰਦਾਰੇ ਜਾਓ ਜੇ ਕੋਈ ਮਾੜਾ ਕੰਮ ਕੀਤਾ ਹੋਵੇ ਨਾ ਬੰਦੇ ਦਾ ਜਮੀਰ ਅੰਦਰਵਾਜਾ ਮਾਰਦਾ ਹਾਂਜੀ 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 ਕਿਉਂਕਿ ਉੱਥੇ ਵਾਈਬ੍ਰੇਸ਼ਨ ਹੈ ਤਰ੍ਹਾਂ ਤਰ੍ਹਾਂ ਦੀ ਸੰਗਤ ਦੀ ਵਾਈਬ੍ਰੇਸ਼ਨ ਤੁਹਾਨੂੰ ਪ੍ਰਭਾਵਿਤ ਕਰ ਜਾਂਦੀ ਹੈ ਜੀ ਹੁਣ ਫੈਸਲਾ ਜਿਹੜਾ ਸੀ ਜਦੋਂ ਅਕਾਲ ਦੇ ਵਿੱਚ ਫੈਸਲਾ ਅਕਾਲ ਤਖਤ ਦਾ ਫੈਸਲਾ ਸੀ ਉਹ ਸੰਗਤ ਦੇ ਸਾਹਮਣੇ ਬਹਿ ਕੇ ਸਾਰੀਆਂ ਜਥੇਬੰਦੀਆਂ ਨੇ ਵਿਚਾਰਾ ਕਰਦੇ ਕਿਉਂਕਿ ਮੇਰੇ ਇੱਕ ਸੋਚਣ ਦੀ ਲਿਮਟ ਹੈ ਮੇਰੀ ਇੱਕ ਸਰਟਨ ਨੌਲੇਜ ਹੈ ਹੁਣ ਜੇ ਮੈਂ 5 ਬੰਦੇ ਉਥੇ ਬੈਠੇ ਮੈਂ ਆਪਣੇ ਆਪ ਨੂੰ ਅਲਟੀਮੇਟ ਨਹੀਂ ਕਹਿ ਸਕਦਾ ਹੁਣ ਜਿਹੜੇ ਅਗਲੇ ਬੰਦੇ 250 ਜਿਹੇ ਬੰਦੀ ਆਈਏ ਕੀ ਪਤਾ ਉਹਨਾਂ ਦੇ ਵਿੱਚ ਕਿੰਨੇ ਇੰਟੈਲੈਕਚੁਅਲ ਕਿੰਨੇ ਸਿਆਣੇ ਵਧੀਆ ਫੈਸਲੇ ਲੈ ਕੇ ਬੰਦੇ ਬੈਠੇ ਹੋਣ ਤੁਸੀਂ ਸਲਾਹ ਕਰੋ ਨਾ ਸਾਰਿਆਂ ਦੇ ਨਾਲ ਲੇਕਿਨ ਇਹ মিডিਆ ਨਾ ਪਿੱਛੇ ਜਾ ਕੇ ਉਹਨਾਂ ਨੂੰ ਬਾਹਰ ਕੱਢਿਆ ਬਾਦ ਸ਼ਾਮ ਨੂੰ ਬਾਹਰ ਆਏ ਫਿਰ ਉਹਨਾਂ ਨੇ ਫੈਸਲਾ ਸੁਣਾਇਆ ਵਰਡਾਂ ਨੂੰ ਟਵਿਸਟ ਕਰਕੇ ਆਪਣੇ ਘਰ ਨੂੰ ਲਾਉਣ ਵਾਸਤੇ ਉਹ ਐਡਾ ਵਧੀਆ ਨਹੀਂ ਜਿਹੜੀ 8 ਮੈਂਬਰੀ ਪਿੱਛੋਂ ਜਿਹੜੀ ਜਥੇਬੰਦੀ ਸੀ ਨਾ ਹਾਂਜੀ 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 ਫਿਰ ਉਹਨਾਂ ਨੇ ਇਹ ਰੋਲ ਅਦਾ ਕੀਤਾ ਵੀ ਜੋ ਅਸੀਂ ਮੈਮੋਰੰਡਮ ਦਿੱਤਾ ਸੀ ਸਾਰੀ ਮੇਰਾ ਅਗਲਾ ਕੁਐਸਚਨ ਵੀ ਇਹੀ ਸੀਗਾ ਵੀ ਜਿਹੜਾ ਉਹ 8 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਵਿੱਚ ਆਪਣੇ ਈਸਡੂ ਸਾਹਿਬ ਸੀਗੇ ਜਾਂ ਜਗਤਾਰ ਸਿੰਘ ਜਾਚਕ ਸਾਹਿਬ ਸੀਗੇ ਇਹ 8 ਮੈਂਬਰੀ ਜਿਹੜੀ ਕਮੇਟੀ ਸੀਗੀ ਇਹਨਾਂ ਨੇ ਕੀ ਰੋਲ ਉੱਥੇ ਪਲੇ ਕੀਤਾ ਦੇਖੋ ਇਹਨਾਂ ਦਾ ਰੋਲ ਬਹੁਤ ਵਧੀਆ ਰਿਹਾ ਏ ਮੈਂ ਐਪਰੀਸ਼ੀਏਟ ਕਰਦਾ ਵਾਂ ਵੀ ਇਹ ਕਮੇਟੀ ਸਮੇਂ ਅਨੁਸਾਰ ਹਾਂਜੀ ਬਹੁਤ ਸਮੇਂ ਤੇ ਉਹਨਾਂ ਨੇ ਹੋਂਦ ਚ ਲਿਆਂਦੀ ਇਹ ਪ੍ਰੇਜ਼ ਵਰਦੀ ਹੈਗੀ ਆ ਫਿਰ ਜਿਹੜਾ ਇਹਨਾਂ ਨੇ ਰਿਐਕਸ਼ਨ ਲਿਆ ਹੈ ਹਾਂਜੀ ਉਹ ਵੀ ਬਹੁਤ ਵਧੀਆ ਹੈ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਹੇਦਾਰ ਸਾਹਿਬ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਹਲਚਲ ਮੱਚੇ ਵੀ ਆ ਕੰਮ ਹੋਣਾ ਚਾਹੀਦਾ ਅਸੀਂ ਸਾਨੂੰ ਬਲਵੰਤ ਸਿੰਘ ਦੀ ਮਾਫੀ ਨਹੀਂ ਉਹਨੂੰ ਅਸੀਂ ਬਿਨਾਂ ਸ਼ਰਤ ਰਿਹਾ ਕਰਾਉਣਾ ਹੈ ਫਿਰ ਅੱਠ ਮੈਂਬਰੀ ਕਮੇਟੀ ਨੇ ਫੈਸਲਾ ਸੁਣਾਇਆ ਕਿ 28 ਤਰੀਕ ਨੂੰ ਪੰਜਾਬ ਬੰਦ ਹੋਏਗਾ ਨਾਲ ਉਹਨਾਂ ਨੇ ਗੱਲ ਕਹੀ ਵੀ ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ ਜੀ ਕਿਉਂਕਿ ਇਹਨਾਂ ਨੇ ਪੰਥ ਦਾ امام ਦਾ ਫੈਸਲਾ ਨਹੀਂ ਸੁਣਾਇਆ ਇਹਦੇ ਪਿੱਛੇ ਇੱਕ ਰਾਜਨੀਤੀ ਚਲ ਰਹੀ ਹੈ ਹੁਣ ਉਹਨਾਂ ਨੇ ਦੱਸਿਆ ਠਾਈ ਤੇਰੀ ਨੂੰ ਪੰਜਾਬ ਬੰਦ ਹੋਏਗਾ ਉਹਦਾ ਕਾਰਨ ਕੀ ਹੈ ਤੁਸੀਂ ਜਦੋਂ ਨਗਰ ਕੀਰਤਨ ਦੀ ਆਧਾਰਨ ਦਿੱਤੀ ਸੀ ਨਾ ਨਗਰ ਕੀਰਤਨ ਬਾਰੇ ਦੱਸਿਆ ਸੀ ਉਹਦੀ ਡੈਫੀਨੇਸ਼ਨ ਦਿੱਤੀ ਸੀ ਦੇ ਨਗਰ ਕੀਰਤਨ ਦਾ ਨਾਮ ਸੀ ਪਹਿਲਾਂ ਪਤਾ ਕੀ ਜਲੂਸ ਹਾਂਜੀ ਨਗਰ ਕੀਰਤਨ ਦਾ ਪਹਿਲਾ ਪੁਰਾਣਾ ਨਾਮ ਸੀ ਜਲੂਸ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਸ਼ੁਰੂ ਹੋਇਆ ਹੈ ਜਿਵੇਂ ਤੁਸੀਂ ਦੱਸਿਆ ਜੀ ਇਹ ਤੋਂ ਬਾਅਦ ਇਹ ਨਗਰਾਂ ਦੇ ਵਿੱਚ ਜਾਂਦਾ ਜਾਣਾ ਸ਼ੁਰੂ ਹੋਇਆ ਹਮ ਕੀਰਤਨ ਦੇ ਰੂਪ ਦੇ ਵਿੱਚ ਹਾਂਜੀ ਹਾਂਜੀ ਫਿਰ ਇਹ ਨਗਰ ਕੀਰਤਨ ਹੋ ਗਿਆ ਟਰਨ ਹੋਇਆ ਜੀ ਬਿਲਕੁਲ ਹੁਣ ਇਹ ਇੱਕ ਨਗਰ ਉਹਨਾਂ ਨੇ ਦੱਸਿਆ ਵੀ 28 ਨੂੰ ਪੰਜਾਬ ਬੰਦ ਹੈ ਮਜ਼ਾਰਾ ਕੀਤਾ ਜਾਏਗਾ ਹਮ ਇੱਕ ਜਲੂਸ ਦੇ ਰੂਪ ਦੇ ਵਿੱਚ ਉਸ ਗਵਰਨਮੈਂਟ ਨੂੰ ਦਿਖਾਇਆ ਜਾਏਗਾ ਪੀ ਤੁਸੀਂ ਮਿਨਿਓਰਿਟੀ ਨੂੰ ਸਪਰੈਸ ਕਰਨ ਦੀ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜੀ। ਸੋ ਉਹਨਾਂ ਦਾ ਐਕਸ਼ਨ ਬਹੁਤ ਵਧੀਆ ਸੀ ਤੇ ਪ੍ਰੇਜ਼ ਵਰਦੀ ਹੈ। ਇਦਾਂ ਸਾਨੂੰ ਸਾਰੇ ਵੀਰਾਂ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਪਰ ਦੂਜੇ ਪਾਸੇ ਮੀਡੀਆ ਦੇ ਵਿੱਚ ਇੱਕ ਬਿਆਨ ਆਇਆ ਵੀ ਜਥੇਦਾਰਾਂ ਵੱਲੋਂ ਆਪਣੇ ਜਿਹੜੇ ਕੌਮ ਨੂੰ ਲੀਡ ਕਰਦੇ ਆਪਾਂ ਉਹਨਾਂ ਵੱਲੋਂ ਇੱਕ ਆਦੇਸ਼ ਜਾਰੀ ਹੋਇਆ। ਹਾਂਜੀ। ਆਦੇਸ਼ ਤੇ ਹੁਕਮਨਾਮਾ ਇਹ ਜਿਹੜੇ ਸ਼ਬਦ ਦੇ ਆ ਇਹ ਹੈਨ ਬੜੇ ਬਹੁਤ ਲਾਗੇ ਲਾਗੇ ਲੱਗਦੇ ਆ ਪਰ ਮੈਨੂੰ ਲੱਗਦਾ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਹੂੰ ਹੂੰ। ਲੋਕੋ ਗੱਲ ਇਹ ਹੈ ਆਦੇਸ਼ ਦਾ ਆਦੇਸ਼ ਤੇ ਹੁਕਮਨਾਮੇ ਦੇ ਵਿੱਚ ਬਹੁਤਾ ਜਿਆਦਾ ਕੋਈ ਫਰਕ ਨਹੀਂ ਹੈਗਾ ਲੇਕਿਨ ਹਾਂ ਲੈਂਗੁਏਜ ਨੂੰ ਪੋਲਾਈਟ ਕਰਨ ਵਾਸਤੇ ਆਦੇਸ਼ ਵਰਤ ਲਿਆ ਹਾਂਜੀ ਇੱਕ ਤੇ ਹੁਕਮ ਹੁਣ ਮੈਨੂੰ ਇੱਕ ਹੁੰਦਾ ਸ਼ਬਦ ਜਿੱਦਾਂ ਜਿਹਨੂੰ ਬੋ ਕਹਿੰਦੇ ਨੇ ਆ ਬੂਥਾ ਮੂੰਹ ਨੂੰ ਬੂਥਾ ਕਹਿੰਦੇ ਨੇ ਹਮ ਹਮ ਇੱਕ ਹੁੰਦਾ ਸ਼ਬਦ ਮੁਖ ਇੱਕ ਹੁੰਦਾ ਸ਼ਬਦ ਮੁਖੜਾ ਇਤਨਾ ਸ਼ਬਦਾਂ ਚ ਫਰਕ ਹੈਗਾ ਸ਼ਬਦ ਇੱਕ ਹੀ ਆ ਜਦੋਂ ਆਪਾਂ ਅੰਗਰੇਜ਼ੀ ਚ ਲੈ ਲਈਏ ਇੱਕ ਹੁੰਦਾ ਹੈ ਲੁੱਕ ਇੱਕ ਹੁੰਦਾ ਹੈ ਵਾਚ ਇੱਕ ਹੁੰਦਾ ਹੈ ਪੀਪ ਪੀਕ ਓਗਲ ਇਹ ਸਭ ਵੇਖਣ ਦੇ ਸ਼ਬਦ ਨੇ ਸੀ ਵੀ ਵੇਖਣ ਦਾ ਹੀ ਸ਼ਬਦ ਹੈ ਲੇਕਿਨ ਇਹਨਾਂ ਦੇ ਪਿੱਛੇ ਜਿਹੜੀ ਸੈਂਸ ਛੁਪੀ ਹੈ ਨਾ ਉਹ ਵੱਖੋ ਵੱਖਰੀ ਹੈ ਹੁਣ ਆਦੇਸ਼ ਵਰਤ ਲਿਆ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਘਰੋਂ ਲਾਉਣ ਵਾਸਤੇ ਵੀ ਲੋਕਾਂ ਨੂੰ ਭੁਲੇਖਾ ਪਾ ਦਿਓ ਜੀ ਹੁਕਮ ਹੋ ਗਿਆ ਏ ਤੇ ਤਨ ਤਨ ਕਰਵਾ ਛੱਡੀ ਸਾਡੇ ਬਾਬਿਆਂ ਨੇ ਉੱਥੇ ਜਿਹੜਾ ਫਰਜ ਵਰਤਨ ਵਰਤਨ ਦਾ ਲਫ਼ਜ਼ ਵਰਤਨ ਦਾ ਬੰਦਾ ਸੀ ਨਾ ਵੀ ਅਸੀਂ ਹੁਕਮ ਦਿੰਨੇ ਜੀ ਜੀ ਇਹ ਗੱਲ ਅਸੀਂ ਹੁਕਮ ਦ ਜੀ ਤੇ ਕਾਲੀ ਫੂਲਾ ਸਿੰਘ ਵਾਲੀ ਸੋਚ ਹੁੰਦੀ ਅਸੀਂ ਹੁਕਮ ਦਿੰਨੇ ਆ ਇਹ ਸਰਕਾਰ ਨੂੰ ਵੀ ਪੰਜਾਬ ਬੰਦ ਕਰਵਾਵੇ ਤੇ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਅਸੈਂਬਲੀ ਚ ਮਤਾ ਪਾਸ ਕਰਵਾ ਕੇ ਆਵੇ ਜੀ ਇਹ ਸੀ ਅਸਲ ਜਿਹੜੀ ਜਿਹਨੂੰ ਅਸੀਂ ਬੜਕ ਕਹਿੰਦੇ ਆ ਇਹ ਤੇ ਮਾੜਾ ਮੋਟਾ ਇਹਦੇ ਵਿੱਚ ਕਈ ਤਰ੍ਹਾਂ ਦੇ ਸਮਝੌਤੇ ਹੋ ਜਾਂਦੇ ਜਦੋਂ ਤੁਹਾਨੂੰ ਪਤਾ ਹੀ ਹਾਂ ਹਾਂਜੀ ਹਾਂਜੀ ਬਹੁਤ ਛੋਟੀ ਗੱਲ ਤੁਸੀਂ ਕੀਤੀ ਵੀ ਜਿਹੜੀ 8 ਮੈਂਬਰੀ ਕਮੇਟੀ ਸੀਗੀ ਮੈਨੂੰ ਲੱਗਦਾ ਮੇਰੇ ਵੀਰ ਕੁਝ ਪੁੱਛਣਾ ਚਾਹੁੰਦੇ ਨੇ ਹਾਂ ਮੈਂ ਉਹਨਾਂ ਵੱਲ ਉਹਨਾਂ ਆਪਿੰਦਰ ਜੀ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਵੀਰ ਜੀ ਮੈਂ ਪੁੱਛਣਾ ਤਾਂ ਨਹੀਂ ਕੁਛ ਚਾਹੁੰਦਾ ਬਸ ਕੁਛ ਕਹਿਣਾ ਹੀ ਚਾਹੁੰਦਾ ਜੋ ਮੈਂ ਅੱਜ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਆਪਣਾ ਹੈ ਨਾ ਜੀ ਹਾਂ ਜੀ ਮੈਂ ਬਸ ਕੁਛ ਕਹਿਣਾ ਹੀ ਚਾਹੁੰਦਾ ਜਿਵੇਂ ਹਲੇ ਵੀ ਥੋੜਾ ਬੋਲਿਆ ਜਾ ਰਿਹਾ ਕਿ ਭਾਈ ਸਾਹਿਬ ਨੇ ਉਹਨਾਂ ਨੂੰ ਸਾਡੇ ਹੀ ਕਈ ਜਥੇਬੰਦੀਆਂ ਜਿਵੇਂ ਸਰਨੇ ਹੋਣੇ ਅਤਵਾਦੀ ਬੋਲ ਰਿਹਾ ਨਹੀਂ ਨਹੀਂ ਤੁਸੀਂ ਨਾਮ ਲੈ ਕੇ ਨਹੀਂ ਨੀ ਜੀ ਨਾਮ ਇਸ ਕਰਕੇ ਲੈਣਾ ਪੈਣਾ ਕਿ ਦੱਸਣਾ ਪੈਣਾ ਹਾਂਜੀ 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 ਕਿਉਂਕਿ ਮੀਡੀਆ ਦੀ ਮਜ਼ਦੂਰੀ ਹੈ ਕਿ ਹਾਂਜੀ ਉਹ ਅਤਵਾਦੀ ਸੀਗਾ ਮੈਂ ਮੰਨਦਾ ਕਿ ਉਹ ਕਹਿ ਰਹੇ ਨੇ ਕਿ ਫਾਂਸੀ ਉਹਨਾਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਵੀ ਆਪਾਂ ਕਿਸੇ ਦਾ ਨਾਮ ਵਰਤ ਕੇ ਜਿਹੜਾ ਆ ਨਾ ਕਿਸੇ ਵੀ ਵਿਅਕਤੀ ਦਾ ਨਾਮ ਲੈ ਕੇ ਮੈਂ ਇਸ ਕਰਕੇ ਦੇਣਾ ਚਾਹਨਾ ਹਾਂ ਕਿ ਉਹਨਾਂ ਨੇ ਜੋ ਕੀਤਾ ਉਹ ਸਰਕਾਰੀ ਨੌਕਰੀ ਕਰ ਰਹੇ ਸੀਗੇ ਉਹ ਆਪਣੀ ਜ਼ਿੰਦਗੀ ਬੜੇ ਤਰੀਕੇ ਨਾਲ ਗੁਜ਼ਾਰ ਸਕਦੇ ਸੀ ਜੀ 18 ਕਿੱਲੇ ਜ਼ਮੀਨ ਉਹਨਾਂ ਦੀ ਵੇਚ ਗਈ ਉਹਨਾਂ ਦੇ ਘਰ ਦੇ ਹਾਲਾਤ ਦੇਖ ਲਓ ਕਿੰਨੇ ਮਾੜੇ ਨੇ ਕਿੰਨਾ ਚੱਪਲੇ ਸੰਦੇ ਹਾਂਜੀ ਸਾਡੇ ਆਸਤੇ ਕੀਤਾ ਜੀ ਅਸੀਂ ਇੱਥੇ ਬਹਿ ਕੇ ਅੱਜ ਗੱਲ ਕਰ ਰਹੇ ਹਾਂ ਅਸੀਂ ਬਚ ਗਏ ਹਾਂ ਉੱਥੋਂ ਦੇ ਪੰਜਾਬ ਦੇ ਹਾਲਾਤ ਅਸੀਂ ਆਪਣੇ ਪਿਤਾ ਜੀ ਨੂੰ ਪੁੱਛ ਲਿਆ ਆਪਣੇ ਦਾਦਿਆਂ ਨੂੰ ਪੁੱਛ ਲਿਆ ਕਿ ਉੱਥੇ ਉਹ ਮੁੰਡਾ ਕਿਵੇਂ ਖਤਮ ਕਰ ਰਹੇ ਸੀਗੇ ਜਵਾਨੀ ਦਾ ਜੀ ਬਿਲਕੁਲ ਜੇ ਉਹ ਉਸ ਟਾਈਮ ਉਹ ਐਕਸ਼ਨ ਨਾ ਕਰਦੇ ਤੇ ਅੱਜ ਅਸੀਂ ਵੀ ਇੱਥੇ ਨਹੀਂ ਸੀ ਬੈਠੇ ਹੋਣਾ ਹੂੰ ਕੋਈ ਪਤਾ ਨਹੀਂ ਹੈ ਅਸੀਂ ਇਹ ਨਹੀਂ ਕਿਰਤ ਕਰਨਾ ਨਾ ਹੋ ਜਾਈਏ ਕਿ ਉਹਨਾਂ ਵਾਸਤੇ ਕੁਝ ਨਾ ਕਰੀਏ ਸਾਨੂੰ ਜਿੰਨਾ ਸਾਡੇ ਕੋਲ ਬੰਦਾ ਸਰਦਾ ਸਾਨੂੰ ਕਰਨਾ ਚਾਹੀਦਾ ਵਾ ਜੀ ਅਸੀਂ ਕੰਨੇ ਆ ਕਿ ਸਾਨੂੰ ਪੀਸਫੁਲੀ ਤਰੀਕੇ ਨਾਲ ਕਰਨਾ ਚਾਹੀਦਾ ਮੈਂ ਨਹੀਂ ਤੁਹਾਨੂੰ ਕਹਿੰਦਾ ਹਥਿਆਰ ਚੱਕ ਕੇ ਕਰ ਲਓ ਜਾਂ ਇਹ ਕਰ ਲਓ ਉਹ ਆਖਰੀ ਸਟੈਪ ਆਡਾ ਹਾਂਜੀ ਹਾਂਜੀ ਉਹ ਸ਼ੁਰੂ ਤੋਂ ਆਖਰੀ ਰਿਹਾ ਵਾ ਪਹਿਲਾਂ ਸਾਨੂੰ ਪਹਿਲੇ ਸਟੈਪ ਕਰਨੇ ਚਾਹੀਦੇ ਕਿ ਸਾਨੂੰ ਕਾਨੂੰਨੀ ਤੌਰ ਤੇ ਲੜਾਈ ਲੜਨੀ ਚਾਹੀਦੀ ਹੈ ਪ੍ਰੋਟੈਸਟ ਕਰਨੇ ਚਾਹੀਦੇ ਵੱਧ ਤੋਂ ਵੱਧ ਇੱਕ ਲੋਕ ਆਵਾਜ਼ ਬਣਾਨੀ ਚਾਹੀਦੀ ਹੈ ਆਪਣੇ ਉਥੇ ਮੀਡੀਆ ਨਹੀਂ ਦੱਸ ਰਿਹਾ ਕੁਝ ਵੀ ਜੀ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੀਡੀਆ ਕੁਝ ਨਹੀਂ ਦੱਸ ਰਿਹਾ ਕਿ ਉਥੋਂ ਦੇ ਬਾਦਲ ਸਰਕਾਰ ਨੇ ਉਹਨਾਂ ਦਾ ਹੀ ਚੈਨਲ ਅੱਗੇ ਲਿਆ ਰਹੇ ਨੇ ਤੇ ਮੈਨੂੰ ਨਾਂ ਲੈਣੇ ਪੈਣੇ ਕਿਉਂਕਿ ਨਾਂ ਤੋਂ ਬਗੈਰ ਕੁਝ ਨਾ ਆਪਾਂ ਸਾਰੇ ਜਾਣਦੇ ਆ ਜਿਹੜੇ ਵੀ ਸ਼ਰੋਤੇ ਹੈਗੇ ਤੇ ਦੂਸਰੀ ਗੱਲ ਸਾਡਾ ਇਨਾ ਪਰ ਜਵਾਬਦਾ ਹੈ ਜੀ ਮੀਡੀਆ ਦੇ ਵਿੱਚ ਲੈ ਸਕਦੇ ਜੀ ਅਸੀਂ ਪਰਿਵਾਰ ਉਥੇ ਸਾਡੇ ਵੀ ਹੈਗੇ ਨੇ ਹਾਂ ਜੀ ਅਸੀਂ ਉਹਨਾਂ ਦੇ ਜ਼ੋਰ ਪਾਈਏ ਕਿ ਤੁਸੀਂ ਇਹ ਅੱਗੇ ਕੰਮ ਤੋਰੋ ਕਿਉਂਕਿ ਦਿਨ ਬਹੁਤ ਥੋੜੇ ਰਹਿ ਗਏ ਨੇ ਅਸੀਂ ਆਪਣੇ ਹੱਥਾਂ ਦੇ ਹੱਥ ਆਪਣਾ ਰੱਖ ਕੇ ਨਹੀਂ ਬਹਿ ਸਕਦੇ ਸਾਨੂੰ ਇਹ ਕਰਨਾ ਪਏਗਾ ਕਿਉਂਕਿ ਉਹ ਅਸੀਂ ਕਿਰਤ ਕਰਨ ਨਹੀਂ ਹੈਗੇ ਹਾਂ ਜੀ ਅਸੀਂ ਆਵਾਜ਼ ਚੁੱਕੀਏ ਤੇ ਗਾਹ ਵਧਾਈਏ ਕਿ ਅਸੀਂ ਉਸ ਸਿੰਘ ਨੂੰ ਸਜ਼ਾ ਰੱਦ ਕਰਾਣੀ ਆ ਵੀ ਮਾਫੀ ਵੀ ਨਹੀਂ ਮੰਗਣੀ ਨਾ ਰਹਿਮ ਮੰਗਣਾ ਵਾ ਕਿਉਂਕਿ ਨੇ ਕੋਈ ਗਲਤੀ ਨਹੀਂ ਕੀਤੀ ਉਹਨੇ ਕੰਮ ਬਹੁਤ ਚੰਗਾ ਕੀਤਾ ਸੀ ਸਲਾਘਾ ਜੋ ਕੰਮ ਹੀ ਉਹਨੇ ਆਪਣੇ ਹਿਸਟਰੀ ਨੂੰ ਦੁਹਰਾਇਆ ਵਾ ਹਾਂਜੀ ਹਾਂਜੀ ਮੈਂ ਕਹਿਣਾ ਚਾਹੁੰਦਾ ਵਾ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਹਾਂਜੀ ਜੇ ਆਪਾਂ ਗੱਲ ਕਰਦੇ ਸੀ ਕਿ ਮੈਂ ਇੱਕ ਮਿੰਟ ਵੀਰ ਜੀ ਕੁਝ ਕਰ ਹਾਂਜੀ ਤੇ ਮੈਂ ਗੱਲ ਕਰਦਾ ਸੀ ਕਿ ਆਪੇ ਜਿਹੜੀ 8 ਮੈਂਬਰੀ ਕਮੇਟੀ ਆ ਵੀ ਜਿਹੜਾ ਉਹਨਾਂ ਨੇ ਰੋਲ ਪਲੇ ਕੀਤਾ ਬੜਾ ਸ਼ਲਾਘਾਯੋਗ ਆ ਵੀਰ ਜੀ ਇਹਨਾਂ ਨੇ ਗੱਲ ਕੀਤੀ ਗੁਰੂ ਬਖਸ਼ਿਸ਼ ਕਰੇ ਵੀ ਸਾਡੀ ਕੌਮ ਦੇ ਵਿੱਚ ਜਿਹੜੀਆਂ ਏਦਾਂ ਦੀਆਂ ਕਮੇਟੀਆਂ ਏਦਾਂ ਦਾ ਕੁਝ ਬਣੇ ਕਿਉਂਕਿ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਸ਼ਰੋਬਨੀ ਕਮੇਟੀ ਦੀ ਮੈਂ ਇੱਥੇ ਗੱਲ ਕਲੀਅਰ ਕਰਨੀ ਚਾਹੁੰਦਾ ਕਿਉਂਕਿ ਸਾਰੇ ਵੀਰਾਂ ਨੂੰ ਪਤਾ ਆ 1 ਸਾਲ ਦਾ ਸਾਲਾਨਾ ਬਜਟ ਹੈਗਾ 4 ਅਰਬ 28 ਕਰੋੜ 70 ਲੱਖ 4 ਅਰਬ 28 ਕਰੋੜ 70 ਲੱਖ ਸਾਲਾਨਾ ਬਜਟ ਆ ਤੇ ਜੇ ਆਪਾਂ ਨੂੰ ਪੁੱਛੀਏ ਵੀ ਕਿੰਨੇ ਤੁਸੀਂ ਜੋ ਜਪੰਥਕ ਚੈਨਲ ਚ ਜਾ ਕਿੰਨੀ ਕੋ ਤੁਸੀਂ ਪੰਥਕ ਚੈਨਲਾਂ ਦੀ ਮਦਦ ਕਰਦੇ ਹੋ ਪਾ ਦੂਜੇ ਪਾਸੇ ਜਦੋਂ ਉੱਥੇ ਪੰਜਾਬ ਦੇ ਵਿੱਚ ਪੰਥਕ ਚੈਨਲ ਕੋਈ ਜਾਗਰਤੀ ਲਿਆਉਂਦੇ ਆਪੇ ਤੇ ਉਹਨਾਂ ਦੇ ਸਿਰ ਪਾੜੇ ਜਾ ਰਹੇ ਵੇਖੋ ਮੈਂ ਇੱਕ ਤੁਹਾਡੀ ਗੱਲ ਨੂੰ ਪ੍ਰੋਟ ਪ੍ਰੋਟਤਾ ਦੇ ਦਵਾ ਵੈਸੇ ਜਿਹੜਾ ਸਿੱਖ ਚੈਨਲ ਆ ਨਾ ਮੈਂ ਇਹ ਕਹਿੰਦਾ ਪੀ ਜਿਹੜਾ ਸਿੱਖ ਚੈਨਲ ਆ ਇਹਦੀ ਜਿੰਨੀ ਫੰਡ ਨੇ ਨਾ ਇਹ ਸ਼੍ਰੋਮਣੀ ਕਮੇਟੀ ਨੂੰ ਪੇ ਕਰਨੇ ਚਾਹੀਦੇ ਨੇ ਇਸ ਚੈਨਲ ਨੂੰ ਕਿਸੇ ਕਿੱਤੇ ਵੀ ਇੱਥੇ ਕੋਈ ਪ੍ਰੋਗਰਾਮਰ ਨਾ ਕਰਨਾ ਪਵੇ ਸਟੂਡੀਓ 'ਚ ਬਹਿ ਕੇ ਜੇ ਸਾਡੇ ਫੰਡ ਨਹੀਂ ਪੂਰੇ ਹੁੰਦੇ ਸਾਨੂੰ ਫੰਡ ਦਿਓ ਕਿਉਂ ਫੰਡ ਮੰਗਲ ਜਦੋਂ ਕੰਮ ਕੌਮ ਦਾ ਕਰ ਰਹੇ ਨੇ ਤੇ ਕੌਮ ਦੀ ਸਰਮਹੋਰ ਜਥੇਬੰਦੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਕਿ ਤਰ੍ਹਾਂ ਤਰ੍ਹਾਂ ਵੇਖੋ ਆਮ ਚੈਨਲਾਂ ਦੇ ਉੱਤੇ ਵਾਧੂ ਫੰਡ ਖਾਦੇ ਨੇ ਉਹਨੇ ਚਲੋ ਖਾਦੇ ਨੇ ਕੋਈ ਗੱਲ ਨਹੀਂ ਲੇਕਿਨ ਇੱਧਰ ਕਰ ਦੇਣ ਕਵਰ ਹੋ ਜene ਜਿਹੜਾ ਮਾੜਾ ਮੋਟਾ ਕੀਤਾ ਇੱਧਰ ਲੈ ਬੈਲੈਂਸ ਬਲਾ ਲੈਣ ਇਸ ਚੈਨਲ ਨੂੰ ਸਪੋਰਟ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ ਤੇ ਕੱਲ ਨੂੰ ਜਦੋਂ ਇੱਥੇ ਸਾਡੇ ਕੋਲ ਜਥੇ ਜਥੇਦਾਰ ਆਉਂਦੇ ਨੇ ਸਾਡਾ ਫਰਜ ਬੰਦਾ ਹੈ ਉਹਨਾਂ ਨੂੰ ਕਹੀਏ ਵੀ ਇਹ ਤੁਹਾਡਾ ਆਪਦਾ ਚੈਨਲ ਹੈ ਇਹਨੂੰ ਸਪੋਰਟ ਕਰੋ ਕਿਉਂਕਿ ਪੰਥ ਦੀ ਗੱਲ ਪੰਥ ਦੀ ਗੱਲ ਕਰਨ ਡਿਆ ਹੈ ਸਿੱਖਾਂ ਦੀ ਗੱਲ ਕਰਨ ਡਿਆ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਡਿਆ ਹੈ ਇਹ ਤੁਹਾਡਾ ਫਰਜ ਬੰਦਾ ਹੈ ਤੁਹਾਨੂੰ ਤੇ ਐਪਰੀਸ਼ੀਏਟ ਕਰਨਾ ਚਾਹੀਦਾ ਇਹਨਾਂ ਨੂੰ ਤੇ ਇਹ ਜਿੰਨੀ ਸਪੋਰਟ ਯਾਰ ਰੈਦਰ ਦਨ ਅਹੀਂ ਪੈਸੇ ਦਈਏ ਬਹੁਤੇ ਅਹੀਂ ਇਦਾਂ ਕਰਦੇ ਵੀ ਪੈਸੇ ਪੱਲਿਓ ਦੇ ਜਾਨੇ ਨੇ ਜੀ ਲੈਣੇ ਉਹਨਾਂ ਤੋਂ ਅਹੀਂ ਦੇ ਜਾਨੇ ਪੱਲਿਓ ਉਹ ਜਿਹੜੇ ਫੰਡ ਕਾਦੇ ਆਸਤੇ ਨੇ ਵੇਖੋ ਗੁਰਦੁਆਰਾ ਜਿਹੜਾ ਨਾ ਗੁਰਦੁਆਰੇ ਦੀ ਟਰਮਨੋਲੋਜੀ ਸਮਝੋ ਕਿ ਗੁਰਦੁਆਰੇ ਦਾ ਇਕੱਲਾ ਕੰਮ ਇਹ ਨਹੀਂ ਵੀ ਉੱਥੇ ਜਾਓ ਲੰਗਰ ਛਾ ਕੇ ਤੇ ਘਰਾਂ ਨੂੰ ਆ ਜਾਓ ਗੁਰਦੁਆਰੇ ਦੇ ਕਈ ਗੁਰਦੁਆਰੇ ਦੇ ਨਾਲ ਕਈ ਕਨਸੈਪਟ ਜੁੜੇ ਨੇ ਗੁਰਦੁਆਰੇ ਦਾ ਮਕਸਦ ਹੈ ਸਕੂਲ ਖੋਲਣਾ ਜੀ ਗੁਰਦੁਆਰੇ ਦਾ ਮਕਸਦ ਹੈ ਸਰੀਰਕ ਤੌਰ ਤੇ ਜਿਵੇਂ ਕਿ ਅਸੀਂ ਸ਼ਾਸਤਰ ਵਿਦਿਆ ਦੀ ਗੱਲ ਕਰਦੇ ਆ ਅੱਜ ਇਹਨੂੰ ਤਬਦੀਲ ਕਰ ਲੋ ਅੱਜ ਦੇ ਸਮੇਂ ਅਨੁਸਾਰ ਜਿਮ ਖੋਲਣੇ ਗੁਰਦੁਆਰੇ ਦਾ ਕੰਮ ਅੱਜ মিডিਆ ਦਾ ਯੋਗ ਹੈ ਉਸ ਟਾਈਮ ਫੜੇ-ਫੜੇ ਸਪੀਕਰ ਲਾਏ ਜਾਂਦੇ ਸਨ ਪਿੰਡਾਂ-ਪਿੰਡਾਂ ਦੇ ਵਿੱਚ ਜਾਣਾ ਜਾਣਾ ਪੈਂਦਾ ਸੀ ਭਾਈ ਗੁਰਦਾਸ ਜੀ ਵਰਗੇ ਅਦਾਸੀਆਂ ਕਰਨੀਆਂ ਪੈਂਦੀਆਂ ਸਨ ਅੱਜ ਅਦਾਸੀ ਕਰਨ ਦੀ ਲੋੜ ਹੀ ਨਹੀਂ ਅਦਾਸੀ ਕਿਉਂ ਕਰਨੀ ਅੱਜ ਆ ਯੂਰਪ ਤੱਕ ਦਾ ਦਾਸੀ ਕਰ ਰਿਹਾ ਚੈਨਲ ਇਹ ਸਾਰੀ ਦੁਨੀਆ 'ਚ ਅਦਾਸੀ ਕਰ ਰਿਹਾ ਹੈ ਹੁਣ ਇਹ ਜਿਹੜੀਆਂ ਅਦਾਸੀਆਂ ਕਰ ਰਿਹਾ ਹੈ ਅਸੀਂ ਇਹਨਾਂ ਦੀਆਂ ਅਦਾਸੀਆਂ ਨੂੰ ਸਪੋਰਟ ਕਰੀਏ ਸੋ ਇਹ ਫਰਜ਼ ਬੰਦਾ ਹੈ ਸ਼੍ਰੋਮਣੀ ਕਮੇਟੀ ਦਾ ਵੀ ਇਹ ਤੁਹਾਡਾ ਆਪਦਾ ਚੈਨਲ ਆ ਇਹਨੂੰ ਵੀ ਸਪੋਰਟ ਕਰੋ ਜਿਹਨੇ ਏਡੀ ਇੱਕ ਲੋਕ ਆਵਾਜ਼ ਪੈਦਾ ਕਰੇ ਉਹ ਜਿਹੜੇ ਫਰਜ਼ ਹੈ ਉਹਨਾਂ ਪਿੱਛੇ ਜੀ ਆਪਾਂ ਚੈਨਲ ਤੇ ਸਾਰਿਆਂ ਨੂੰ ਪਤਾ ਵੀ ਉਹ ਆਪਣੇ ਫਰਜ਼ ਬੜੇ ਇਮਾਨਦਾਰੀ ਨਾਲ ਨਿਭਾਉਂਦੇ ਆ ਪੈ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਆ ਵੀ ਜਿੱਦਾਂ ਜਿਹੜੀ ਸੱਚ ਦੀ ਆਵਾਜ਼ ਆਵਾਮ ਦੇ ਸਾਹਮਣੇ ਜਾਂਦੀ ਆ ਵੀ ਉਹ ਕਿੱਦਾਂ ਬੰਦ ਕਰਨ ਦੀ ਕੋਸ਼ਿ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਡੈਗ ਡੈਬਿਟ ਸੈੱਟ ਕਰੀਏ ਵੱਧ ਤੋਂ ਵੱਧ ਇਸ ਚੈਨਲ ਦੀ ਸਪੋਰਟ ਕਰੀਏ ਕਿਉਂਕਿ ਜੇ ਅੱਜ ਪੰਥਕ মিডিਆ ਸਾਡੇ ਕੋਲ ਹੈਗਾ ਆ ਤੇ ਆ ਜਿਹੜੀ ਜਾਗਰਤੀ ਆ ਇਹਦਾ ਸਭ ਤੋਂ ਵੱਡਾ ਜਿਹੜਾ ਸਿਰ ਆਇਆ ਇਹ ਇਹ ਸਿੱਖ ਚੈਨਲ ਨੂੰ ਜਾਂਦਾ ਆ ਮੈਂ ਕਿਉਂਕਿ ਕਈ ਵਾਰੀ ਨਾ ਕਈ ਵਾਰੀ ਅਸੀਂ ਪੰਥਕ ਮੀਡੀਏ ਦੇ ਨਾਲ ਗੱਲਾਂ ਕਈ ਰਿਲੇਟ ਹੋਰ ਵੀ ਹੈਗੀਆਂ ਆ ਵੀ ਕਈ ਵਾਰੀ ਬਹੁਤ ਮੀਡੀਆ ਆਪਣੇ ਆਪ ਨੂੰ ਪੰਥਕ ਕਹੁੰਦੇ ਆ ਕੋਈ ਸ਼ੱਕ ਨਹੀਂ ਹੈਗਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਆ ਆਪਾਂ ਸਾਰਿਆਂ ਨੇ ਅੱਜ ਉਹਨਾਂ ਚੀਜ਼ਾਂ ਦਾ ਪ੍ਰਤੱਖ ਜਿਹੜਾ ਆ ਸਬੂਤ ਸਾਡੇ ਸਾਹਮਣੇ ਸੀਗਾ ਤੁਸੀਂ ਸਾਰੇ ਵੀਰ ਨਾਲ ਸੀਗੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਅਸੀਂ ਪੰਥਕ ਜਿਹੜਾ ਨਾਂ ਵਰਤ ਕੇ ਜਿਹੜਾ ਪੰਥਕ ਸ਼ਬਦੇ ਬੜਾ ਅਨਮੋਲ ਆ ਉਹਦਾ ਨਾਂ ਵਰਤ ਕੇ ਤੇ ਕਿਹਵਰੀ ਗਮਰਾਹਗੁਨ ਪ੍ਰਚਾਰ ਕਰਨੇ ਆ ਤੇ ਹੋ ਵੀ ਰਿਹਾ ਆ ਵੇਖੋ ਮੈਂ ਮੈਂ ਇੱਥੇ ਗੱਲ ਕਹੂੰਗਾ ਇਹਦੇ ਤੋਂ ਅਸੀਂ ਕਿੱਦਾਂ ਸੁਚੇਤ ਹੋਣਾ ਆ ਜਦੋਂ ਅ ਅਸੀਂ ਮਾਨਸਿਕ ਰੋਗਾਂ ਦੀ ਸਟੱਡੀ ਕਰਦੇ ਆ ਨਾ ਉਹਦੇ ਚ ਇੱਕ ਫੋਬੀਆ ਬਿਮਾਰੀ ਹੈਗੀ ਆ ਜਿਹੜੀ ਕਿ 10 ਪ੍ਰਕਾਰ ਦੀ ਹੈ ਇੱਕ ਮਿਸਕਲੀਨੀਅਸ ਫੋਬੀਆ ਏ ਉਹਨੂੰ ਪਾ ਕੇ 11 ਪ੍ਰਕਾਰ ਦੀ ਹੋ ਜਾਂਦੀ ਉਹਦੇ ਚ ਇੱਕ ਫੋਬੀਆ ਜਦੋਂ ਪਲਾਂਟਸ ਐਂਡ ਐਨੀਮਲ ਫੋਬੀਆ ਸਾਡੇ ਕੋਲ ਟਾਈਮ ਆ ਹਮ ਉਹਦੇ ਵਿੱਚ ਰਹਿ ਕੇ ਗੱਲ ਕਰੂੰਗਾ ਤੁਸੀਂ ਛੋਟੇ ਟਾਈਮ ਦੇ ਵਿੱਚ ਆਪਾਂ ਸੰਗਤ ਨੂੰ ਟਾਈਮ ਦੇਣਾ ਆ ਬਿਲਕੁਲ ਹੁਣ ਉਹਦੇ ਵਿੱਚ ਇੱਕ ਇੱਕ ਸੈਕਸ਼ਨ ਆਉਂਦਾ ਹੈ ਰਿਲੀਜੀਅਸ ਫੋਬੀਆ ਜੀ ਆ ਜਿਹੜੇ ਆਪਣੇ ਆਪ ਨੂੰ ਪੰਥਕ ਬਣਾ ਕੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰੀ ਜਾਂਦੇ ਨੇ ਨਾ ਇਹ ਉਸ ਰਿਲੀਜੀਅਸ ਫੋਬੀਆ ਦੇ ਮਰੀਜ਼ ਹੈਗੇ ਨੇ ਜੀ ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਅਸੀਂ ਬੜੇ ਬੜੇ ਡਾਕਟਰ ਤੇ ਪੈਦਾ ਕੀਤੇ ਨੇ ਐਮਬੀਬੀਐਸ ਐਮਡੀ ਪੈਦਾ ਕੀਤੇ ਨੇ ਐਮਡੀ ਮੈਡੀਸਨ ਪੈਦਾ ਕਰ ਦਿੱਤੇ ਲੇਕਿਨ ਇਹ ਧਰਮ ਦੇ ਨਾਮ ਲੈ ਕੇ ਮਾਨਸਿਕ ਰੋਗੀ ਹੋ ਚੁੱਕੇ ਆ ਜੀ ਸਾਨੂੰ ਇਹ ਨਹੀਂ ਪਤਾ ਵੀ ਸੱਚ ਕੀ ਹੈ ਸਿਰਫ ਉਹ ਧਰਮ ਦਾ ਨਾਮ ਲੈ ਕੇ ਸਾਨੂੰ ਉਹ ਗਮਰਾਹ ਕਰੀ ਜਾਂਦੇ ਨੇ ਤੇ ਅਸੀਂ ਉਹਨਾਂ ਦੇ ਕੋਲੋਂ ਗਮਰਾਹ ਹੋ ਜਾਂਦੇ ਆ ਸੋ ਇਸ ਕਰਕੇ ਸਾਨੂੰ ਫਰਜ ਪਛਾਣਨ ਦੀ ਜ਼ਰੂਰਤ ਹੈ ਵੀ ਧਰਮ ਆਖਣੇ ਔਖਾ ਸੱਚਾ ਨਾਮ ਇਹਦੇ ਵਿੱਚ ਇਹਦੇ ਵਿੱਚ ਸਾਰਾ ਧਰਮ ਛੁਪਿਆ ਜੇ ਆਖਣ ਔਖਾ ਸੱਚਾ ਨਾਮ ਦਾ ਮਤਲਬ ਇਹ ਨਹੀਂ ਵੀ ਜਪਜੀ ਪੜਨੀ ਔਖੀ ਹੈ ਆਖਣ ਔਖਾ ਸੱਚਾ ਨਾਮ ਦਾ ਮਤਲਬ ਇਹ ਨਹੀਂ ਵੀ ਸੁਖਮਣੀ ਪੜਨੀ ਔਖੀ ਉਹ ਤੇ ਪੜ ਹੀ ਲੈਂਦੇ ਨੇ ਪੰਜ ਪੰਜ ਸੁਖਮਣੀ ਸਾਹਿਬ ਵੀ ਸਾਡੇ ਵੀਰ ਪੜਦੇ ਨੇ ਅਸੀਂ ਪੜਦੇ ਹਾਂ ਹੁਣ ਪੰਜ ਸੁਖਮਣੀਆਂ ਪੜਨੀਆਂ ਔਖੀਆਂ ਨਹੀਂ ਆਖਣ ਔਖਾ ਸਾਚਾ ਨਾਉ ਵੀ ਉਸ ਸੁਖਮਣੀ ਨੂੰ ਆਖਣਾ ਔਖਾ ਹੀ ਗਾਂ ਜਾ ਕੇ ਉਸ ਸੁਖਮਣੀ ਦੇ ਸਿਧਾਂਤ ਦੀ ਗੱਲ ਕਰਨੀ ਔਖੀ ਉਸ ਜਪਜੀ ਦੇ ਸਿਧਾਂਤ ਦੀ ਗੱਲ ਕਰੋ ਜਪਜੀ ਦਾ ਸਿਧਾਂਤ ਨਿਰਭਾਉ ਕੀ ਬਾਤ ਹੈ ਜਪਜੀ ਦਾ ਸਿਧਾਂਤ ਨਿਰਭਾਉ ਹੈ ਉਸ ਨਿਰਭਾਉ ਨੂੰ ਆਖਣਾ ਔਖਾ ਹੀ ਗਾਂ ਜਾ ਕੇ ਹੁਣ ਜੋ ਭਾਈ ਬਲਵੰਤ ਸਿੰਘ ਨੇ ਕਿਹਾ ਨਾ ਇਹ ਉਹ ਨਾਮ ਸੀ ਜਿਹੜਾ ਆਖਣਾ ਔਖਾ ਸੀ ਹਾਂ ਪਰ ਉਹਨੇ ਉਹਨੇ ਕਹਿ ਕੇ ਖਾਤਾ ਅੱਜ ਉਹਨੇ ਲੋਕ ਆਵਾਜ਼ ਬਣਾ ਦਿੱਤੀ ਹੁਣ ਉਹਨੇ ਕੋਈ ਕਥਾ ਨਹੀਂ ਕੀਤੀ ਕਥਾ ਨਹੀਂ ਕੀਤੀ ਕੋਈ ਸਟੇਜਾਂ ਤੇ ਬੈਠ ਕੇ ਲੇਕਿਨ ਉਹਦੀ ਇੱਕ ਗੱਲ ਹੀ ਕਥਾ ਬਣ ਗਈ ਹਾਂਜੀ ਬਹੁਤ ਧੰਨਵਾਦ ਵੀਰ ਜੀ ਤੇ ਮੈਂ ਹੁਣ ਬੇਨਤੀ ਕਰਾਂਗਾ ਵੀ ਆਪਣਾ ਕੋਈ ਵੀਰ ਜਿਹੜਾ ਸੰਗਤ ਦੇ ਵਿੱਚੋਂ ਕੋਈ ਪੁੱਛਣਾ ਚਾਹੁੰਦਾ ਸੀਗਾ ਗੱਲਬਾਤ ਭਾਈ ਸਾਹਿਬ ਜੀ ਕੁਝ ਕਹਿਣਾ ਚਾਹੁੰਦੇ ਆ ਆਪਣਾ ਮੈਸੇਜ ਜਿਹੜਾ ਆ ਕੋਮ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਭਾਈ ਗੁਰਜੀ ਕਾਕਾ ਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਜੀ ਬਹੁਤ ਛੋਟੇ ਟਾਈਮ ਦੇ ਵਿੱਚ ਪਲੀਸ ਹੈ ਨਾ ਅਸੀਂ ਪੰਜਾਬੀ ਸਾਡੀ ਨਹੀਂ ਅਚੀ ਨਹੀਂ ਆ ਗਈ ਅਸੀਂ ਅੰਗਰੇਜ਼ੀ ਵਿੱਚ ਗੱਲਬਾਤ ਕਰ ਸਕਦੇ ਹਾਂ ਹਾਂਜੀ ਹਾਂਜੀ ਤੁਸੀਂ ਕਰ ਸਕਦੇ ਆ ਅਸੀਂ ਵੈਸੇ ਓਰੀਜਨਲੀ ਜੰਮੂ ਕਸ਼ਮੀਰ ਦੇ ਹੈਗੇ ਜੀ ਤੇ ਅਸੀਂ ਰੀਸੈਂਟਲੀ ਆਪਣੇ ਉੱਥੇ ਜਿਹੜੇ ਰਿਸ਼ਤੇਦਾਰ ਉਹਨਾਂ ਨਾਲ ਗੱਲ ਕੀਤੀ ਹੈ ਪਟਿਆਲਾ ਵੀ ਰਹਿੰਦੇ ਨੇ ਸਾਡੇ ਰਿਸ਼ਤੇਦਾਰ ਤੇ ਉਹਨਾਂ ਨੂੰ ਮਾਈਕ ਤੁਸੀਂ ਪਲੀਜ਼ ਆਪਣੇ ਮੂੰਹ ਦੇ ਨਾਲ ਤੇ ਉਹਨਾਂ ਨੂੰ ਇਸ ਮਸਲੇ ਬਾਰੇ ਪਤਾ ਹੀ ਨਹੀਂ ਸੀਗਾ ਅਸੀਂ ਹੈਰਾਨ ਹੋ ਗਏ ਕਿ ਪਟਿਆਲਾ ਰਹਿਣ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਵੀ ਨਹੀਂ ਪਤਾ ਤੇ ਮੈਂ ਸੁਣਿਆ ਕਿ ਸਿੱਖ ਚੈਨਲ ਸ਼ਾਇਦ ਇੰਡੀਆ ਵਿੱਚ ਵੀ ਖੁੱਲੇਗਾ ਉਹ ਤੁਹਾਨੂੰ ਪੁੱਛਣਾ ਸੀ ਉਹ ਉਹਦੀ ਉਮੀਦ ਕੀ ਹੈ ਨਹੀਂ ਇਹ ਆਪਣਾ ਯੋਗਦਾਨ ਜਿਹੜਾ ਹੈ ਨਾ ਇੰਡੀਆ ਦੇ ਵਿੱਚ ਉੱਥੇ ਜਿਹੜੇ ਪੰਥਕ ਸਰਕਾਰਾਂ ਦੇ ਚੈਨਲ ਆ ਨਾ ਇੱਕ ਪਾਸੇ ਉਹਨਾਂ ਦਾ ਰੋਲ ਵੇਖ ਲਓ ਤੇ ਇੱਕ ਪਾਸੇ ਆਪਣੇ ਸਿੱਖ ਚੈਨਲ ਜਿਹੜਾ ਇੱਥੇ ਆਪਣੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਚੱਲਦਾ ਪਿਆ ਇਹਦਾ ਜਿਹੜਾ ਰੋਲ ਹੈ ਆਪਣੇ ਸਾਹਮਣੇ ਆ ਸਾਨੂੰ ਇੱਕ ਇੱਕ ਜਿਹੜੀ ਉੱਥੋਂ ਦੀ ਜੋ ਵੀ ਕਰੰਟ ਇਵੈਂਟ ਹੈਗੇ ਆ ਇੱਕ ਇੱਕ ਮਿੰਟ ਦੀ ਸਾਡੀ ਜਾਣਕਾਰੀ ਜਿਹੜੀ ਹੈ ਸੰਗਤ ਦੇ ਸਾਹਮਣੇ ਰੂਬਰੂ ਕਰਦੇ ਆਪਾਂ ਤੇ ਇਹ ਆਪਣਾ ਉੱਥੇ ਔਰੈਡੀ ਰੋਲ ਪਲੇ ਕਰਦੇ ਆਪਾਂ ਤੇ ਜਦੋਂ ਆਪਾਂ ਸਾਰੇ ਰਲ ਮਿਲ ਕੇ ਆਪਾਂ ਉਹਦੀ ਸਪੋਰਟ ਕਰਾਂਗੇ ਇਹਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਇਹ ਆਪਾਂ ਜਿਹੜਾ ਇਹ ਹੋਰ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਸਿੱਖੀ ਦੀ ਗੱਲ ਜਿਹੜੀ ਹੈ ਸਿੱਖਾਂ ਤੱਕ ਪਹੁੰਚਾਵਾਂਗੇ ਬਹੁਤ ਮੈਂ ਬੇਨਤੀ ਕਰਾਂਗਾ ਵੀ ਵੀਰ ਜੀ ਵੀਰ ਸਰਜੀਤ ਸਿੰਘ ਜੀ ਜੇਰੀ ਕੁਝ ਕਹਿਣਾ ਚਾਹੁੰਦੇ ਆ ਸੰਗਤ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਆ ਤੇ ਮੈਂ ਬੇਨਤੀ ਕਰਾਂਗਾ ਵੀ ਬਹੁਤ ਟਾਈਮ ਜਿਹੜਾ ਹੈ ਆਪਣੇ ਕੋਲ ਉਹਨਾਂ ਕੋ ਹੈਗਾ ਆ ਤੇ ਤੁਸੀਂ ਉਹਦੇ ਵਿੱਚ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭਾਈ ਬਲਵੰਤ ਸਿੰਘ ਰਾਜਵਾਲਾ ਨੂੰ ਕੇਸਰੀ ਸਲਾਮ ਤੇ ਗੱਲ ਹੋਈ ਆ ਉਹਨਾਂ ਨੂੰ ਜਥੇਦਾਰ ਸਾਪਨ ਦੀ ਜਥੇਦਾਰ ਦਾ ਕੰਮ ਕੀ ਹੁੰਦਾ ਦੂਰ ਅੰਦੇਸ਼ੀ ਸੋਚ ਰੱਖਣੀ ਜੀ ਬਿਲਕੁਲ ਉਸ ਬੰਦੇ ਨੇ 17 ਸਾਲ ਅੰਦਰ ਬਹਿ ਕੇ ਮੱਖੀਆਂ ਨਹੀਂ ਮਾਰੀਆਂ ਹਾਂ 17 ਸਾਲ ਵੈ ਕੇ ਲਿਟਰੇਚਰ ਪੜ੍ਹਿਆ ਗੁਰਬਾਣੀ ਦੀ ਸਟੱਡੀ ਕੀਤੀ ਤੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਿਆਂਦਾ ਹੈਗਾ ਇਹੋ ਜੇ ਬੰਦੇ ਨੂੰ ਅਕਾਲ ਤਖਤ ਦਾ ਜਿ세 ਰਸ ਆਪਣਾ ਬਹੁਤ ਹੀ ਵਧੀਆ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਇਹ ਬਹੁਤ ਵੱਡੀ ਲੀਡ ਦੇ ਸਕਦਾ ਹੈਗਾ ਕੌਮ ਨੂੰ ਅੱਗੇ ਲਿਜਾਣ ਦੇ ਵਿੱਚ ਮੈਨੂੰ ਨਾ ਇੱਕ ਬੜੇ ਕਮਾਲ ਦੀਆਂ ਲੈਣਾ ਯਾਦ ਆ ਗਈਆਂ ਮੈਂ ਉਹ ਅਸਲ ਦੇ ਵਿੱਚ ਲਿਖੀਆਂ ਆਪ ਹੀ ਸੀਗੀਆਂ ਪਰ ਮੈਂ ਅੱਜ ਤੁਹਾਡੇ ਸਾਰੇ ਨਾਲ ਸ਼ੇਅਰ ਕਰਨੀਆਂ ਚਾਹੁੰਨਾ ਉਹ ਕਹਿੰਦੇ ਰਾਹੀ ਰੁਕ ਹੀ ਜਾਂਦੇ ਨੇ ਜਿਹੜੇ ਤੁਰਨ ਵਾਲੇ ਆ ਨਾ ਰਾਹੀ ਰੁਕ ਹੀ ਜਾਂਦੇ ਨੇ ਕਿਤੇ ਖਲੋਹੀ ਜਾਂਦੇ ਨੇ ਧੁਰ ਮੰਜ਼ਲ ਤੇ ਆਸ਼ਿਕ ਤੇ ਕਾਤਲ ਦੋ ਹੀ ਜਾਂਦੇ ਨੇ ਜੀ ਕਤਲ ਕਰਨ ਵਾਲਾ ਤੇ ਕਤਲ ਹੋਣ ਵਾਲਾ ਮੰਜ਼ਲ ਤੇ ਦੋਵੇਂ ਪਹੁੰਚ ਜਾਂਦੇ ਆ ਧੁਰ ਮੰਜ਼ਲ ਤੇ ਆਸ਼ਿਕ ਤੇ ਕਾਤਲ ਦੋ ਹੀ ਜਾਂਦੇ ਨੇ ਜਿਸ ਥਾਂ ਤੇ ਅੰਤ ਨੂੰ ਗੈਰਤਤਾ ਵਿਸ਼ਰਾਮ ਕਰਦੀ ਏ ਉਹਨਾਂ ਥਾਵਾਂ ਨੂੰ ਸਜਦੇ ਹੋਈ ਜਾਂਦੇ ਨੇ ਉਹਨਾਂ ਥਾਵਾਂ ਨੂੰ ਸਜਦੇ ਹੋਈ ਜਾਂਦੇ ਨੇ ਤੇ ਜਿਹੜੇ ਅੱਜ ਉਹ ਪੈੜਾਂ ਪਾਉਂਦੇ ਆ ਪੈ ਉਹ ਸਾਡੀ ਮਰੀ ਹੋਈ ਗੈਰਤਤਾ ਨੂੰ ਸਾਡੇ ਸੁੱਤੇ ਹੋਏ ਜ਼ਮੀਰ ਨੂੰ ਐਓ ਜਿਹਾ ਖਲੋਣਾ ਆ ਸਾਡੇ ਪੰਥ ਦੇ ਸਾਹਮਣੇ ਇੱਕ ਐਓ ਜਿਹਾ ਸਬੂਤ ਆ ਵੀ ਜਿਹੜਾ ਆਪਾਂ ਆ ਸਾਰੀ ਜਾਗ੍ਰਿਤੀ ਵੇਨੇ ਆ ਪੈ ਉਹ ਦੋ ਸ਼ਬਦ ਵਰਤਾਰਾ ਤੇ ਨਜ਼ਾਰਾ ਜਿਹੜੇ ਆ ਉਹਨਾਂ ਨੇ ਸਾਰੇ ਦੀ ਸਾਰੀ ਕੌਮ ਨੂੰ ਇੱਕ ਵਾਰੀ ਖਲੂਨ ਕੇ ਰੱਖ ਦਿੱਤਾ ਇਹ ਕਹਿ ਦਿੱਤਾ ਵੀ ਖਾਲਸਾ ਨਾ ਤੇ ਰਹਿਮ ਕਿਸੇ ਤੋਂ ਮੰਗਦਾ ਆ ਕਿਉਂਕਿ ਖਾਲਸਾ ਦੇ ਖੁਦ ਰਹਿਮ ਕਰਨ ਵਾਲਾ ਆ ਲੋਕਾਂ ਤੇ ਖਾਲਸਾ ਜਿਹੜਾ ਖੁਦ ਮੁਖਤਿਆਰ ਆ ਖਾਲਸਾ ਰਹਿਮ ਦੀਆਂ ਪੀਲਾਂ ਕਰਨ ਵਾਲਾ ਨਹੀਂ ਪਰ ਦੂਜੇ ਪਾਸੇ ਜਿਹੜਾ ਆਪਾਂ ਪੰਥਕ ਚੈਨਲ ਨੇ ਜਿਹੜਾ ਇਹ ਕੰਮ ਕਰਦੇ ਆ ਪੈ ਜਿਹੜਾ ਸੰਗਤ ਦੇ ਸਾਹਮਣੇ ਇਹ ਸਾਰਾ ਕੁਝ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਮੇਰੀ ਬੇਨਤੀ ਆ ਵੀ ਸੰਗਤ ਦੇ ਵਿੱਚੋਂ ਆਪਣੇ ਕੋਲ ਥੋੜਾ ਕੋ ਟਾਈਮ ਹੋ ਰਿਹਾ ਚਾਰ ਪੰਜ ਮਿੰਟ ਦਾ ਵੀ ਕੋਈ ਸੱਜਣ ਕੋਈ ਵੀਰ ਆਪਣਾ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਕੌਮ ਦੇ ਨਾਂ ਤੇ ਜਿੱਥੇ ਉਸ ਵੀਰ ਨੇ ਨਾ ਕੌਮ ਨੂੰ ਇਕੱਠਿਆਂ ਕੀਤਾ ਹੈਗਾ ਤੇ ਉੱਥੇ ਇੱਕ ਹੋਰ ਸੰਦੇਸ਼ ਬੜਾ ਵੱਡਾ ਦਿੱਤਾ ਹੈਗਾ ਜੀ ਗੁਰਬਾਣੀ ਪੜਨ ਦਾ ਤੇ ਲਿਟਰੇਚਰ ਪੜਨ ਦਾ ਹਾਂਜੀ ਹਾਂਜੀ ਉਸ ਬੰਦੇ ਦੇ ਚਿਹਰੇ ਤੋਂ ਆਪ ਹੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੈਂ ਪਹਿਲਾਂ ਗੱਲ ਇੱਕ ਗੁਰਬਾਣੀ ਤੇ ਇਤਿਹਾਸ ਉਹਦੇ ਚਿਹਰੇ ਤੋਂ ਛਲਛਲ ਕਰਦਾ ਨਜ਼ਾਰਾ ਆਉਂਦਾ ਇੰਨੇ ਕਹਿ ਕੇ ਖਿਮਾ ਦਾ ਜੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਲੀਸ ਟਾਈਮ ਬਹੁਤ ਸ਼ੋਰਟ ਹੈ ਤੁਸੀਂ 1-2 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਗੱਲ 1 ਮਿੰਟ ਲੈ ਆ ਵਾਹਿਗੁਰੂ ਖਾਲਸਾ ਫਤਿਹ ਹਾਂਜੀ ਹਾਂਜੀ ਤੇ ਭਾਈ ਰਾਜਵਾਨ ਬਲਵੰਤ ਸਿੰਘ ਰਾਜਵਾਨ ਜੀ ਨੇ ਉਹ ਕੰਮ ਕੀਤਾ ਕਿ ਜਿਵੇਂ ਮਾੜੀ ਜਿਹੀ ਮਿਸਾਲ ਆਂਦੀ ਹੈ ਕਹਿੰਦੇ ਬੰਦਾ ਤੇਲ ਲੈਣ ਗਿਆ ਕਹਿੰਦਾ ਪਿੱਛੇ ਬੋਲਦ ਘੁੰਮੀ ਜਾਂਦਾ ਸੀ ਉਹ ਕਹਿੰਦਾ ਤੇਰਾ ਬੋਲਦ ਬੜਾ ਸਾਉ ਲੱਗਦਾ ਕੋਈ ਹੱਕ ਨਹੀਂ ਰਿਹਾ ਕਹਿੰਦੇ ਪਤਾ ਨਹੀਂ ਅੱਖ ਤੇ ਪੱਟੀ ਬੰਨੀ ਐ ਤੇ ਉਹ ਚਿੰਤਕ ਸੀਗਾ ਉਹ ਕਹਿੰਦਾ ਚਾਹੇ ਜਾਨਵਰ ਹੋਵੇ ਚਾਹੇ ਇਨਸਾਨ ਹੋਣ ਹਾਂਜੀ ਅਗਿਆਨਤਾ ਦੀ ਪੱਟੀ ਬੰਨ੍ਹੋ ਸ਼ੋਸ਼ਣ ਕਰਦ ਲੋ ਇਹਨਾਂ ਦਾ ਹਾਂਜੀ ਹਾਂਜੀ ਤੇ ਇਹ ਸਾਇੰਸ ਵੀ ਡਾਕਟਰ ਸਾਇੰਸ ਵੀ ਆਪਣਾ ਮੈਡੀਕਲ ਸਾਇੰਸ ਵੀ ਪ੍ਰੂਫ ਕਰ ਦਿਆ ਤਿੰਨ ਸਾਲ ਅੱਖਾਂ ਤੇ ਪੱਟੀ ਬੰਨ੍ਹ ਲੋ ਅੱਖਾਂ ਆਪਣੀਆਂ ਰੋਸ਼ਨੀ ਗਵਾ ਦਿੰਦੀਆਂ ਜੀ ਭਾਈ ਬਲਵੰਤ ਸਿੰਘ ਰਾਜਵਾਨ ਨੇ ਇਹ ਅਗਿਆਨਤਾ ਦੀ ਪੱਟੀ ਕੌਮ ਦੀ ਅੱਖ ਤੋਂ ਲਾਈ ਹੈ ਇਹ ਕੌਮ ਦੀ ਤਰਾਸ ਦੀ ਹੋਊਗੀ ਕਿ ਦੁਆਰਾ ਉਹ ਪੱਟੀ ਜਿਉਂ ਨੇ ਆ ਬੰਨ ਲਈ ਬਹੁਤ ਸਾਰੇ ਤਰੀਕੇ ਦੇ ਨਾਲ ਤੁਸੀਂ ਜਿਹੜੀ ਰਮਜ਼ ਆਪ ਦੀ ਗੱਲ ਕੀਤੀ ਬਿਲਕੁਲ ਤੇ ਬਾਕੀ ਆਪਣਾ ਚੈਨਲ ਦਾ ਆਪਾਂ ਬਾਰ ਬਾਰ ਕਹਿ ਰਹੇ ਹਾਂ ਬਣਦਾ ਫਰਜ਼ ਹੁਣ ਮੈਂ ਇੱਥੇ ਬੈਠਾ ਆਪਣੇ ਘਰ ਸ ਵੀ ਆਪਾਂ ਡੋਇੰਗ ਰੂਮ ਚੰਗਾ ਰੱਖਦੇ ਆ ਚਾਹੇ ਦੂਏ ਰੂਮ ਕਿੱਦਾਂ ਵੀ ਹੁਣ ਪਰ ਹੁਣ ਮੈਂ ਦੇਖ ਰਿਹਾ ਕਹਿਣਾ ਬਣਦਾ ਸਾਡਾ ਆ ਤਾਂ ਬੜਾ ਸੋਹਣਾ ਦਿਖ ਰਿਹਾ ਹਾਂ ਜਿਹਦਾ ਨਿਗਾ ਮਾਰੀ ਹੈ ਹੋਰ ਹਾਂਜੀ 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 ਇੱਕ ਸਿਕ ਕੌਮ ਦਾ ਪੰਚਾ ਹੋਵੇ ਤੇ ਉਹ ਹਾਂਜੀ ਬਿਲਕੁਲ ਸਪੋਰਟ ਕਰਨ ਦਾ ਵੀ ਫਰਜ਼ ਬਣਦਾ ਹੈ ਤੇ ਦਾਸ ਆਪਣੇ ਵੱਲੋਂ ਜਿੰਨਾ ਹੋ ਸਕੇਗਾ ਤੇ ਹੋਰ ਜਿਨੇ ਨੂੰ ਕਹਿ ਸਕੂਗਾ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਹਨਾਂ ਐਪਰੀਸ਼ੀਏਟ ਕੀਤਾ ਹੈ ਨਾ ਤੇ ਹੁਣ ਸਾਡੇ ਸਾਹਮਣੇ ਇੱਕ ਛੋਟਾ ਜਿਹਾ ਕੁਐਸਚਨ ਹੈ ਇੱਕ ਦੋ ਮਿੰਟਾਂ ਦੇ ਵਿੱਚ ਆਪਾਂ ਜਿਹੜਾ ਕਿਉਂਕਿ ਪ੍ਰੋਗਰਾਮ ਦਾ ਟਾਈਮ ਜਿਹੜਾ ਆ ਬਹੁਤ ਥੋੜਾ ਆ ਜਿਹੜਾ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸਰਦਾਰ ਬਲਵੰਤ ਸਿੰਘ ਰਾਜੋਆ ਨੂੰ ਤੇ ਉਹਨਾਂ ਨੇ ਹੁਣ ਜਿੱਦਾਂ ਕੁਝ ਖਬਰਾਂ ਆਈਆਂ ਆ ਵੀ ਉਹਨਾਂ ਨੇ ਉਹ ਜਿਹੜਾ ਖਿਤਾਬ ਆ ਵਾਪਸ ਕਰ ਦਿੱਤਾ ਉਹਨਾਂ ਦੀ ਭੈਣ ਭੈਣ ਜੀਰਾਂ ਦੀ ਜਿਹੜੀ ਸਟੇਟਮੈਂਟ ਸੀਗੀ ਪਲੀਜ਼ ਇੱਕ ਦੋ ਮਿੰਟ ਦੇ ਵਿੱਚ ਤੁਸੀਂ ਇਹਦੇ ਬਾਰੇ ਗੱਲ ਕਰੋ ਵੇਖੋ ਮੈਂ ਇਨਡਾਇ ਹੇਗਾ ਹਾਂਜੀ ਫਕਰੇ ਕੌਮ ਦਾ ਹਾਂਜੀ ਹੁਣ ਉਹੋ ਬੰਦੇ ਖਤਾਬ ਦੇ ਰਹੇ ਨੇ ਜਿੰਦਾ ਸ਼ਹੀਦ ਦਾ ਅਸੀਂ ਉਹਨਾਂ ਦੇ ਖਤਾਬ ਲਈਏ ਕਿਉਂ ਪਹਿਲੀ ਤੇ ਗੱਲ ਹੈ ਵੀ ਸ਼ਹੀਦ ਜਿਹੜਾ ਸ਼ਹੀਦ ਹੁੰਦਾ ਹੈ ਹਾਂਜੀ ਇਹ ਜਿੰਦਾ ਸ਼ਹੀਦ ਇੱਕ ਨਵਾਂ ਇਹਨਾਂ ਨੇ ਟਰਮਨੋਲੋਜੀ ਲੈ ਲੈਂਦੀ ਹਾਲਾਂਕਿ ਜਿੰਦਾ ਸ਼ਹੀਦ ਦਾ ਖਤਾਬ ਇਹ ਨਹੀਂ ਵੀ ਮਿਲਦਾ ਆਪਾਂ ਨੂੰ ਤਵਾਰੀਖ ਦੇ ਵਿੱਚੋਂ ਐਗਜ਼ਾਮਪਲ ਨਹੀਂ ਮਿਲਦੀ ਮਿਲਦੀ ਹੈ ਲੇਕਿਨ ਇਹਨਾਂ ਦੇ ਕੋਲੋਂ ਦਿੱਤਾ ਹੋਇਆ ਖਤਾਬ ਜਿਹੜਾ ਹੈ ਉਹਦੀ ਕਿੰਨੀ ਕੀ ਵੈਲਿਊ ਹੋਏਗੀ ਪੀ ਇਹਨਾਂ ਨੇ ਸਿਰਫ ਆਪਣਾ ਪੱਲਾ ਝਾੜਿਆ ਏ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕੌਮ ਦੀਆਂ ਕੌਮ ਦੇ ਸਾਹਮਣੇ ਦੱਸ ਕੇ ਜੀ ਸਾਡੇ ਸਾਡੇ ਕੋਲ ਵੇਖੋ ਪਾਵਰ ਹੈਗੀ ਹੈ ਜੀ ਅਸੀਂ ਜਿੰਦਾ ਸ਼ਹੀਦਾਂ ਨੂੰ ਖਤਾਬ ਦੇ ਦਿੱਤਾ ਲੇਕਿਨ ਉਹ ਜਿੰਦਾ ਸ਼ਹੀਦ ਜਿਹੜਾ ਇਹਨਾਂ ਦੇ ਕਹਿੰਦੇ ਨਹੀਂ ਹੈ ਉਹ ਜਿੰਦਾ ਸ਼ਹੀਦ ਆਪਣੇ ਕਰਮਾ ਕਰਕੇ ਆ ਇਸ ਕਰਕੇ ਅੱਜ ਜਦੋਂ ਅਸੀਂ ਭੈਣ ਜੀ ਉਹਨਾਂ ਦਾ ਬਿਆਨ ਸੁਣਿਆ ਨਾ ਪੈਂਜੀ ਉਹਨਾਂ ਦਾ ਬਿਆਨ ਸੁਣਿਆ ਸਿੱਖ ਚੈਨਲ ਦੇ ਉੱਤੇ ਇੱਕ ਬੰਦੇ ਉਹ ਕਹਿ ਰਹੇ ਨੇ ਖਿਤਾਬ ਦੇ ਰਹੇ ਆ ਦੂਸਰ ਬੰਦੇ ਸਿੱਖ ਚੈਨਲ ਦਾ ਜਿਹੜਾ ਕਲਿੱਪ ਆ ਬਹੁਤ ਵਧੀਆ ਇਹਨਾਂ ਦਾ ਉਦਮ ਸੀ ਦੂਸਰਾ ਕਲਿੱਪ ਆ ਰਿਹਾ ਹੈ ਹਾਂਜੀ ਹਾਂਜੀ ਇਹ ਖਿਤਾਬ ਨੂੰ ਮੈਂ ਐਕਸੈਪਟ ਨਹੀਂ ਕਰਦਾ ਬਿਲਕੁਲ ਵੇਖੋ ਦੂਸਰੀ ਗੱਲ ਜਿਹੜੀ ਹੈ ਨਾ ਮੈਂ ਸ਼ਾਰਟ ਦੇ ਵਿੱਚ ਕਹਿਣਾ ਚਾਹੁੰਦਾ ਇੱਕ ਸੈਕਿੰਡ ਇੱਕ ਮਿੰਟ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਇਹ ਸੰਤ ਸਮਾਜ ਨੂੰ ਨਹੀਂ ਮਿਲੇ ਉਹ ਜਿਹੜਾ ਭਾਈ ਸਾਹਿਬ ਨੇ ਕਿਹਾ ਨਾ ਭਾਈ ਸਾਹਿਬ ਜਗਰੂ ਸਿੰਘ ਬੈਠੇ ਨੇ ਅੱਖਾਂ ਦੇ ਉੱਤੇ ਉਹਨਾਂ ਨੇ ਅਗਿਆਨਤਾ ਦੀ ਸਾਡੇ ਪੱਟੀ ਬੰਨ੍ਹ ਦਿੱਤੀ ਸੀ ਤੇ ਜਿਹੜੇ ਸਾਡੀਆਂ ਅੱਖਾਂ ਦੇ ਉੱਤੇ ਅਗਿਆਨਤਾ ਦੀ ਪੱਟੀ ਬੰਨ੍ਹਣ ਵਾਲੇ ਲੋਕ ਸਨ ਉਹ ਨਹੀਂ ਸੀ ਚਾਹੁੰਦੇ ਵੀ ਉਹਨਾਂ ਨਾਲ ਜੱਫੀ ਪਾ ਕੇ ਮਿਲਣ ਜੀ ਜਾਗਦੀ ਜ਼ਮੀਰ ਵਾਲੇ ਬੰਦੇ ਨੂੰ ਉਹ ਭਾਵੇਂ ਕੋਈ ਨਾਰਮਲ ਬੰਦਾ ਚਲੇ ਜਾਵੇ ਉਹ ਮਿਲੇਗਾ ਸੋ ਇਸ ਕਰਕੇ ਅਗਿਆਨਤਾ ਜੋ ਬਾਹਰ ਆਈ ਹੈ ਵਕਤੋਂ ਵੱਧ ਅਸੀਂ ਸਟੱਡੀ ਕਰੀਏ ਬਾਣੀ ਦੀ ਜਿੰਨੀ ਬਾਣੀ ਦੀ ਸਟੱਡੀ ਕਰਾਂਗੇ ਅਸੀਂ ਸਟੱਡੀ ਕਰਾਂਗੇ ਉਨਾ ਹੀ ਸਾਡਾ ਮਾਈਂਡ ਵਿਕਸਤ ਹੋਏਗਾ ਕਿਤੇ ਗੱਲ ਉਹੀ ਹੋਗੀ ਨਾ ਉਹ ਕਹਿੰਦੇ ਮuje ਇਸ ਬਾਤ ਕਾ ਗਮ ਨਹੀਂ ਕਿ ਕਾਰਵਾ ਲੁੱਟ ਗਿਆ ਸ਼ੱਕ ਹੁੰਦਾ ਹੈ ਤਾਂ ਸਿਰਫ ਤੇਰੀ ਰਹਿਬਰੀ ਪਰ ਸ਼ੱਕ ਹੁੰਦਾ ਹੈ ਤਾਂ ਸਿਰਫ ਤੇਰੀ ਰਹਿਬਰੀ ਪਰ ਆਪਣੇ ਕੋਲ ਟਾਈਮ ਜਿਹੜਾ ਹੈ 1-2 ਮਿੰਟ ਨੇ ਤੇ ਆਪਾਂ ਜਿੱਥੇ ਅੱਜ ਇਸ ਪਲੇਟਫਾਰਮ ਤੇ ਇਕੱਠੇ ਹੋਏ ਆਂ ਸਾਡਾ ਬੀਂਗ ਸਿੱਖ ਇਹ ਫਰਜ਼ ਬਣਦਾ ਆ ਵੀ ਅਈਓ ਜਿਹੜੇ ਪੰਥਕ ਮੀਡੀਆ ਆ ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਸਟੱਡੀ ਕਰਦੇ ਆ ਪਾਈ ਗੁਰਦਾਸ ਜੀ ਦੀ ਰਚਨਾ ਦੀ ਸਟੱਡੀ ਕਰਦੇ ਆ ਤੇ ਉਹਨਾਂ ਵਿੱਚ ਬੜੇ ਇੱਕ ਕੀਮਤੀ ਸ਼ਬਦ ਆਏ ਮੈਂ ਇਹ ਮੀਡੀਆ ਦੇ ਬਾਰੇ ਬੋਲਣਾ ਚਾਹੁੰਦਾ ਆ ਉਹ ਕਹਿੰਦੇ ਜੈਸੇ ਛਤ ਮੰਦਰ ਛਤ ਕਹਿੰਦੇ ਆ 100 ਨੂੰ ਸੰਸਕ੍ਰਿਤ ਦਾ ਸ਼ਬਦ ਆ ਕਹਿੰਦੇ ਜੈਸੇ ਛਤ ਮੰਦਰ ਕੰਚਨ ਕੇ ਉਸਾਰ ਦੇਲੇ ਜਿਵੇਂ 100 ਮੰਦਰ ਸੋਨੇ ਦਾ ਬਣਾ ਦਿੱਤਾ ਜਾਵੇ ਨਾ 100 ਘਰ ਤੇ ਦੂਜੇ ਪਾਸੇ ਉਹਦੇ ਬਰਾਬਰ ਦੀ ਕੀ ਉਹਨਾਂ ਨੇ ਚੀਜ਼ ਰੱਖ ਦਿੱਤੀ ਜਿਵੇਂ ਛਤ ਮੰਦਰ ਕੰਚਨ ਕੇ ਉਸਾਰਦੇ ਨੇ ਤੈਸਾ ਪੁੰਨ ਗੁਰਸਿੱਖ ਕੋ ਇੱਕ ਸ਼ਬਦ ਸੁਨਾਏ ਕਾ ਵੀ ਦੂਜੇ ਪਾਸੇ ਕਿਸੇ ਗੁਰਸਿੱਖ ਨੂੰ ਇੱਕ ਸ਼ਬਦ ਸਿਖਾ ਦਿੱਤਾ ਜਾਵੇ ਜਾਂ ਗੁਰਬਾਣੀ ਦੇ ਨਾਲ ਜੋੜ ਦਿੱਤਾ ਜਾਵੇ ਜਾਂ ਇਹੋ ਜਿਹੇ ਜਿਹੜੇ ਪੰਥ ਦੇ ਵਿੱਚ ਪੰਥਕ ਏਕਤਾ ਦੇ ਕੰਮ ਨੇ ਇਹੋ ਜਿਹਾ ਇੱਕ ਕੰਮ ਵੀ ਹੋ ਜਾਵੇ ਤੇ ਉਹ 100 ਬੰਦਰਾਂ ਦੇ ਬਰਾਬਰ ਹੈ 100 ਸੋਨੇ ਦੇ ਘਰਾਂ ਦੇ ਬਰਾਬਰ ਹੈ ਮੈਂ ਸੋਰੀ ਮੰਦਰਾ ਦੀ ਘਰਾਂ ਦੀ ਗੱਲ ਕਰਨਾ 100 ਸੋਨੇ ਦੇ ਘਰਾਂ ਦੇ ਬਰਾਬਰ ਹੈ ਜਿਹੜੇ 골ਡਨ ਦੇ ਘਰ ਆ ਤੇ ਦੂਜੇ ਪਾਸੇ ਇੱਕ ਪੰਥਕ ਕੰਮ ਕਰ ਦਿੱਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਆ ਸਿੱਖ ਚੈਨਲ ਦਾ ਤੇ ਸਾਨੂੰ ਸਾਰਿਆਂ ਦਾ ਫਰਜ ਬਣਦਾ ਆ ਵੀ ਅੱਜ ਅਸੀਂ ਜਿਹੜੇ ਇਹ ਪ੍ਰੋਗਰਾਮ ਲਾਈਵ ਵੰਨੇ ਆ ਪਏ ਇੱਥੇ ਪ੍ਰੋਗਰਾਮ ਸਟੂਡੀਓ ਦੇ ਵਿੱਚ ਆ ਕੇ ਕਰਨੇ ਆ ਪਏ ਉਸ ਜਿੰਦਾ ਸ਼ਹੀਦ ਦੀ ਸੋਚ ਨੂੰ ਆਪਾਂ ਆਪਣੇ ਦਿਲਾਂ ਦੇ ਵਿੱਚ ਲੈ ਕੇ ਚੱਲਣਾ ਆ ਉਥੇ ਨਾਲ ਹੀ ਸਾਡਾ ਫਰਜ ਬਣਦਾ ਵੀ ਜਿਹੜੀ ਉਹ ਗੱਲ ਉਹਨਾਂ ਦਾ ਜਿਹੜਾ ਮੈਸੇਜ ਜਿਹੜੇ ਪਹਚਾਇਆ ਆ ਉਹਦੀ ਅਸੀਂ ਸਪੋਰਟ ਕਰੀਏ ਕਿਉਂਕਿ ਉਹ ਕਹਿੰਦੇ ਆ ਜੋ ਸ਼ਹੀਦ ਹੁਆ ਕਰਤੇ ਹਨ ਉਹ ਕਬੀ ਨਹੀਂ ਮਰਤੇ ਹਨ ਬਲਕਿ ਉਹ ਜੀਤੇ ਹਨ ਜੰਨਤ ਮੇ ਖੁਸ਼ੀ ਕਰਤੇ ਹਨ ਜੰਨਤ ਕਹਿੰਦੇ ਆ ਦਿਲਾਂ ਨੂੰ ਉਹ ਦਿਲਾਂ ਦੇ ਵਿੱਚ ਹਮੇਸ਼ਾ ਚਾਹ ਦੇ ਵਿੱਚ ਹੀ ਰਹਿੰਦੇ ਆ ਸਾਡੇ ਖੇੜੇ ਦੇ ਵਿੱਚ ਜਿਹੜੇ ਆ ਉਹਨਾਂ ਜਹਨ ਦੇ ਵਿੱਚ ਉਹਨਾਂ ਦੀ ਸੋਚ ਰਹਿੰਦੀ ਆ ਤੇ ਜਿਨ੍ਹਾਂ ਨੇ ਉਹ ਸੋਚ ਸਾਡੇ ਦਿਲਾਂ ਦੇ ਵਿੱਚ ਲੈ ਕੇ ਆਂਦੀ ਆਇਓ ਜੇ ਪੰਥਕ ਮੀਡੀਆ ਦਾ ਸਾਨੂੰ ਫਰਜ ਬਣਦਾ ਆ ਵੀ ਅਸੀਂ ਵੱਧ ਤੋਂ ਵੱਧ ਸਪੋਰਟ ਕਰੀਏ ਵੱਧ ਤੋਂ ਵੱਧ ਇਹਦਾ ਸਾਥ ਦੇਈਏ ਤੁਸੀਂ ਲਾਸਟ ਦੇ 1 ਮਿੰਟ ਵਾਸਤੇ ਕੋਈ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹੋਵੇ ਆਪਣੇ ਸਿੱਖ ਚੈਨਲ ਦੇ ਨਾਂ ਤੇ ਜਾਂ ਭਾਈ ਰਾਜੋਵਾਨਾ ਸਾਹਿਬ ਜੀ ਦੇ ਜਿਹੜੀ ਗੱਲ ਆ ਉਹ ਮੀਡੀਆ ਤੇ ਜਿਹੜਾ ਉਹਨਾਂ ਦਾ ਸੰਦੇਸ਼ ਹੈ ਇਕੱਠਾ ਕਰਕੇ ਤੁਸੀਂ 1 ਮਿੰਟ ਦੇ ਵਿੱਚ ਦੇ ਸਕਦੇ ਆ ਹਾਂ ਸਭ ਤੋਂ ਪਹਿਲਾਂ ਤੇ ਧੰਨਵਾਦ ਪੰਥਕ ਚੈਨਲ ਦਾ ਸਿੱਖ ਚੈਨਲ ਦਾ ਜਿਨ੍ਹਾਂ ਨੇ ਬਹੁਤ ਵਧੀਆ ਰੋਲ ਆਪਣਾ ਨਿਭਾਇਆ ਹੈ ਕਿ ਇੰਡੀਆ ਦੇ ਵਿੱਚ ਅਜੇ ਖਬਰ ਥੋੜੀ ਜੀ ਲੀਕ ਹੋਈ ਸੀ ਜਦੋਂ ਇਹਨਾਂ ਦੇ ਸੱਜਣ ਨੇ ਆਣ ਕੇ ਸਟੂਡੀਓ ਦੇ ਵਿੱਚ ਸਾਰਿਆਂ ਨੂੰ ਦੱਸ ਦਿੱਤਾ ਹੈ ਕਿ ਇਹ ਕੰਮ ਹੋਣ ਵਾਲਾ ਹੈ ਕਿ ਅੰਦਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਇਹ ਕੰਮ ਹੋਣ ਵਾਲਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਵਧੀਆ ਰੋਲ ਰਿਹਾ ਹੈ ਅੱਜ ਅੱਜ ਜਦੋਂ ਅਸੀਂ ਨਗਰ ਕੀਰਤਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਸੋ ਸਾਡਾ ਸਾਰੇ ਵੀਰਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸਿੱਖ ਚੈਨਲ ਦਾ ਸਪੋਰਟ ਕਰੀਏ ਜਿੰਨੀ ਹੋ ਸਕਦੀ ਹੈ ਤੈ ਦਿਲੋਂ ਸਪੋਰਟ ਕਰੀਏ ਇਹਨਾਂ ਦੀ ਫਿਜ਼ੀਕਲੀ ਵੀ ਤੇ ਮਾਇਕ ਤੌਰ ਤੇ ਵੀ ਸੋ ਦਾਸ ਇਹਨਾਂ ਕਹਿ ਕੇ ਖਿਮਾ ਦਾ ਜਾ ਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਲਾਸਟ ਦੇ ਉੱਤੇ ਆਪਾਂ ਫਿਰ ਇੱਕ ਵਾਰੀ ਜਿਹੜੀ ਗੱਲ ਕਰਨੀ ਆ ਉਹੀ ਆ ਵੀ ਕਬੀਰ ਜਦ ਆਏ ਜਗਤ ਮੇ ਕਬੀਰ ਜਦ ਹਮ ਆਏ ਜਗਤ ਮੇ ਜਗਤ ਹਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ ਈਓ ਜੇ ਮਹਾਨ ਯੋਧੇ ਈਓ ਜੇ ਮਹਾਨ ਜਰਨੈਲ ਜਿਨ੍ਹਾਂ ਨੇ ਇੱਕ ਈਓ ਜੇ ਖਲੂਣਾ ਦਿੱਤਾ ਕਿ ਸੁੱਤੀ ਕੌਮ ਜਿਹੜੀ ਆ ਇੱਕ ਸੁਰਤਾ ਦੇ ਵਿੱਚ ਆ ਗਈ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਈ ਅਸੀਂ ਉਹਨਾਂ ਦਾ ਜਿਹੜਾ ਮੈਸੇਜ ਆ ਉਹਨਾਂ ਦੀ ਜਿਹੜੀ ਸੋਚ ਆ ਵੇਖੋ ਉਹ ਕਹਿੰਦੇ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਅਸੀਂ ਉਹਨਾਂ ਦੀ ਸੋਚ ਨੂੰ ਲੈ ਕੇ ਆਪਣੇ ਦਿਲਾਂ ਦੇ ਵਿੱਚ ਆਪਣੇ ਜਿਹੜੇ ਛੋਟੇ-ਮੋਟੀਆਂ ਰੰਜਸ਼ਾਂ ਆ ਆਪਣੇ ਛੋਟੇ-ਮੋਟੇ ਜਿਹੜੇ ਭੇਦਿਆ ਉਹਨੂੰ ਥੱਲੇ ਛੱਡ ਕੇ ਉਹਨਾਂ ਚੀਜ਼ਾਂ ਤੋਂ ਉੱਤਾ ਉੱਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਇਹਨਾਂ ਜ਼ਾਲਮ ਸਰਕਾਰਾਂ ਨੂੰ ਦੱਸ ਦਈਏ ਕਿ ਸਿੱਖ ਨਾਮ ਕਾਇਆ ਮੁਕਨੇ ਆ ਤੇ ਨਾ ਹੀ ਸਿੱਖਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਅਸੀਂ ਗੁਲਾਮ ਬਣਾ ਸਕਦੇ ਆ ਸਿੱਖ ਇੱਕ ਗੁਲਾਮ ਖਸਤੀ ਦਾ ਪ੍ਰਤੀਕ ਨਹੀਂ ਖਾਲਸਾ ਜਿਹੜਾ ਹੈ ਖੁਦ ਮੁਖਤਿਆਰ ਆ ਖਾਲਸਾ ਜਿਹੜਾ ਹੈਗਾ ਇੱਕ ਅਕਾਲ ਪੁਰਖ ਦੇ ਨਾਲ ਜੁੜਿਆ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰਾਂ ਦਾ ਜਿਹੜੇ ਸਟੂਡੀਓ ਦੇ ਵਿੱਚ ਆਏ ਤੇ ਖਾਸ ਕਰਕੇ ਵੀਰ ਪ੍ਰਭਦੀਪ ਸਿੰਘ ਜੀ ਹਰਾਂ ਦਾ ਬੜਾ ਜਿਨ੍ਹਾਂ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਆ ਇਹ ਗੱਲਾਂ ਕੀਤੀਆਂ ਕਿਉਂਕਿ ਜਦੋਂ ਵੀ ਪੰਥ ਦੇ ਵਿੱਚ ਕੋਈ ਏਦਾਂ ਦੇ ਮਸਲੇ ਹੁੰਦੇ ਆ ਵੀਰ ਜਿਹੜੀ ਬਹੁਤ ਸੋਹਣਾ ਰੋਲ ਪਲੇ ਕਰਦੇ ਆ ਜਿੱਦਾਂ ਪਿੱਛੇ ਜੀ ਕਿਸੇ ਨੇ ਅੰਮ੍ਰਿਤ ਤੇ ਕਮੈਂਟ ਕੀਤਾ ਕਿਸੇ ਇਸਲਾਮ ਵੀਰ ਦੇ ਪ੍ਰਚਾਰਕ ਨੇ ਇਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਸਚਜੇ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਤੇ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਟਾਈਗਰ ਜੱਥਾ UK ਸਰਚ ਕਰਕੇ ਤੇ ਦੂਜੇ ਪਾਸੇ ਜਿਹੜਾ ਅੱਜ ਮੀਡੀਆ ਦਾ ਰੋਲ ਆ ਤੇ ਬਹੁਤ ਬਹੁਤ ਧੰਨਵਾਦ ਸਿੱਖ ਚੈਨਲ ਦਾ ਤੇ ਆਪਾਂ ਇੱਕ ਜਿੱਥੇ ਉਨ੍ਹਾਂ ਦੀ ਸੋਚ ਨੂੰ ਲੈ ਕੇ ਦਿਲਾਂ ਵਿੱਚ ਜਾਣਾ ਆ ਮਨ ਦੇ ਵਿੱਚ ਇੱਕ ਸੋਚ ਹੋਰ ਲੈ ਕੇ ਜਾਣੀ ਆ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਸਿੱਖ ਚੈਨਲ ਦੇ ਡਾਇਰੈਕਟ ਡੈਬਿਟ ਸੈੱਟ ਕਰਨੇ ਆ ਕਿਉਂਕਿ ਇਹ ਆਉਣ ਵਾਲੇ ਜਿਹੜੇ ਪੰਥਕ ਮਸਲੇ ਆ ਆਉਣ ਵਾਲੀ ਪੰਥ ਦੀ ਸੋਚ ਆ ਸਾਡੀ ਪਨੀਰੀ ਦੀ ਜਿਹੜੀ ਸੋਚ ਆ ਅਸੀਂ ਉਸ ਚੀਜ਼ ਨੂੰ ਜਿਹੜਾ ਆ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣਾ ਆ ਤੇ ਉਹਦੇ ਵਾਸਤੇ ਤੁਹਾਡੀ ਮਾਇਕ ਸਹਾਇਤਾ ਦੀ ਬੜੀ ਲੋੜ ਆ ਤੇ ਮੇਰੀ ਬੇਨਤੀ ਸਾਰੇ ਵੀਰਾਂ ਦੇ ਪੈਰਾਂ ਦੇ ਚਰਨਾਂ ਦੇ ਵਿੱਚ ਵੀ ਆਪਾਂ ਆਪੋ ਆਪਣੇ ਡਾਇਰੈਕਟ ਡੈਬਿਟ ਸੈੱਟ ਕਰਵਾਈਏ ਸੋ ਇਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਜੀ ਪ੍ਰੋਗਰਾਮ ਨੂੰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਦਾਸ ਏਡਾ ਪ੍ਰੋਫੈਸ਼ਨਲ ਨਹੀਂ ਹੈਗਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ